ਪਰਿਆ ਤੋ ਸ਼ਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਏਕੋ ਕਹੀਏ ਨਾਨਕਾ,
ਦੇਖੋ
ਬਿਰਤੀਆਂ ਇਕਾਗਰ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ, ਕੰਨਾਂ ਦੇ ਨਾਲ ਵਿਚਾਰ ਅਤੇ ਬਾਣੀ ਨੂੰ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਨੂੰ ਨਿਰਣੇ ਪੂਰਵਕ ਜਾਣ ਕੇ ਹਿਰਦੇ 'ਚ ਧਾਰਨ ਕਰੋ, ਰਸਨਾ ਨਾਲ ਜਦੋਂ ਵਾਰੀ ਆਵੇ ਗੱਜ ਵੱਜ ਕੇ ਬੋਲੋ, ਸਿੱਧੀਆਂ ਧਾਰਨਾ ਸ਼ਬਦ ਦਾ ਸਿਧਾਂਤ ਆਪ ਸਰਵਣ ਕਰੋਗੇ, ਫਲ ਕਿੰਨਾ ਹੋਏਗਾ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਰੇ ਰਾਮ। ਵਿਧੀ ਪੂਰਵਕ ਕੋਈ ਜਗ ਕਰੇ, ਪੂਰੀ ਮਰਿਆਦਾ ਰੱਖੇ, ਉਹਦਾ ਇੱਕ ਫਲ ਹੋਇਆ ਕਰੇ, ਉਸ ਫਲ ਦੇ ਬਰਾਬਰ ਜੇ ਕੋਈ ਆਪਣੇ ਗੁਰੂ ਵੱਲ ਨੂੰ ਆਉਂਦਾ ਸ਼ਰਧਾ ਧਾਰ ਕੇ, ਉਸ ਨੂੰ ਉਨੇ ਹੀ ਕਦਮਾਂ ਦਾ ਫਲ ਪ੍ਰਾਪਤ ਹੋ ਜਾਇਆ ਕਰਦਾ। ਇੱਥੇ ਬੈਠ ਕੇ ਜੇ ਵਿਧਪੂਰਕ ਬਾਣੀ ਸੁਣਦਾ ਹੈ, ਵਿਚਾਰਾਂ ਸੁਣਦਾ ਹੈ, ਤਾਂ ਉਸਨੂੰ ਮਹਾਰਾਜ ਕਹਿੰਦੇ ਕਰੋੜਾਂ ਜੱਗਾਂ ਦਾ ਫਲ ਪ੍ਰਾਪਤ ਹੋ ਜਾਂਦਾ। ਇਹ ਕੋਈ ਅਥਕਥਨੀ ਨਹੀਂ ਹੈ, ਅਤੇ ਨਾ ਇਹ ਕੋਈ ਕਵਿਤਾ ਹੈ, ਨਾ ਕੋਈ ਇਹ ਰੁਚੀ ਲਾਉਣ ਵਾਲੀ ਬਾਤ ਹੈ, ਇਹ ਤੱਥ ਹੈ। ਬਾਣੀ ਜੋ ਹੈ ਅਕਾਲ ਪੁਰਖ ਦੇ ਦਰ ਤੋਂ ਰਲੇ ਹੋਈ ਹੋਈ ਹੈ। ਅੱਜ ਕੱਲ੍ਹ ਦੇ ਜਿਹੜੇ ਚਿੰਤਕ ਨੇ, ਜਿਨ੍ਹਾਂ ਨੂੰ ਅਸੀਂ ਬਹੁਤ ਮੰਨਦੇ ਹਾਂ ਵੱਡੇ ਕਰਕੇ, ਵੀ ਇਹ ਜੀ ਇਹਨੇ ਡਾਕਟਰੇਟ ਕੀਤੀ ਹੋਈ ਹੈ, ਇਹ ਡੀ ਲਿਟ ਹੈ, ਉਹ ਬਾਣੀ ਨੂੰ ਬਾਣੀ ਨਹੀਂ ਮੰਨਦੇ, ਕਵਿਤਾ ਮੰਨਦੇ ਨੇ, ਗੁਰੂ ਨੂੰ ਕਵੀ ਕਵੀ ਆਖਦੇ ਨੇ। ਕਿੰਨੀਆਂ ਕਿਤਾਬਾਂ ਨੇ ਪਹਿਲਾਂ ਆਤਮ ਮਾਰਗ 'ਚ ਉਹਨਾਂ ਨੇ ਲੇਖ ਲਿਖਣੇ ਸ਼ੁਰੂ ਕਰੇ। ਮੈਂ ਤੁਹਾਨੂੰ ਤਾਂ ਅਜੇ ਇੰਨਾ ਹੀ ਨਹੀਂ ਪਤਾ ਵੀ ਬਾਣੀ ਔਰ ਕਵਿਤਾ 'ਚ ਕੀ ਫਰਕ ਹੁੰਦੀ ਆ। ਕਵਿਤਾ ਉਹ ਹੁੰਦੀ ਹੈ ਜਿਹਦੇ ਵਿੱਚ ਕਰੈਕਸ਼ਨ ਹੋਇਆ ਕਰਦੀ ਆ, ਬੁੱਧੀ ਮੰਡਲ ਦੇ ਉੱਚੀ ਸਤਾ ਤੋਂ ਥੱਲੇ ਆਉਂਦੀ ਆ। ਉਹ ਹੁਣ ਆਈ ਹੈ, ਰਾਤੋ ਰਾਤ ਪਈ ਰਹੇ, ਸਵੇਰ ਨੂੰ ਉਹਦੇ 'ਚ ਕੱਟ ਬੱਟ ਛਾਂਟੀ ਫੇਰ ਸ਼ੁਰੂ ਹੋਜੂ, ਫੇਰ ਪਈ ਰਹੇ, ਫੇਰ ਹੋਜੂ। ਬਾਣੀ ਉਹ ਹੁੰਦੀ ਹੈ ਜੋ ਅਨੁਭਵ ਦੇ ਦੇਸ਼ 'ਚੋਂ, ਆਤਮ ਦੇਸ਼ 'ਚੋਂ ਆਉਂਦੀ ਹੈ, ਸੁਧੀ ਸੁਧਾਈ। ਉਹਦੇ 'ਚ ਨਾ ਕੋਈ ਅੱਖਰ, ਨਾ ਘੱਟ ਕੰਨਾ, ਨਾ ਕੋਈ ਸਿਆਰੀ, ਨਾ ਘੱਟ ਹੋ ਸਕਦੀ ਹੈ, ਨਾ ਵੱਧ ਹੋ ਸਕਦੀ ਹੈ। ਉਹ ਤੁਰ ਦਰਗਾਹ ਦਾ ਸੰਦੇਸ਼ ਹੁੰਦਾ, ਉਹਨੂੰ ਬਾਣੀ ਵੀ ਕਹਿੰਦੇ ਆ, ਇਲਹਾਮ ਵੀ ਕਹਿੰਦੇ ਆ, ਆਕਾਸ਼ਬਾਣੀ ਵੀ ਕਹਿੰਦੇ ਆ, ਦੇਵ ਬਾਣੀ ਵੀ ਇਸ ਨੂੰ ਆਖਿਆ ਜਾਂਦਾ ਹੈ, ਬ੍ਰਹਮ ਬਾਣੀ ਵੀ ਆਖਿਆ ਜਾਂਦਾ ਹੈ। ਮਹਾਰਾਜ ਕਹਿੰਦੇ ਅਸੀਂ ਕੁਛ ਨਹੀਂ ਜਾਣਦੇ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਜੈਸੀ ਮੈਂ ਆਵੇ ਖਤਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਬਾਣੀ ਆ ਰਹੀ ਹੈ, ਮਜ਼ਾਨਿਆ ਰਬਾਬ ਸੁਰ ਕਰ, ਬਾਣੀ ਆ ਰਹੀ ਹੈ।
ਬਾਣੀ ਕਿੰਨੇ ਗੈਪ ਨਾਲ ਆ ਰਹੀ ਹੈ, 1469 ਦੀ ਬਾਤ, 1569 ਨੌ ਸਾਲ ਨੂੰ ਕੋਈ ਪਾਣਾ ਬੀਤਣਾ, ਉਹਦੀ ਇੰਡੀਕੇਸ਼ਨ ਆ ਗਈਆਂ, ਕਹਿੰਦੇ ਬਾਣੀ ਆ ਰਹੀ ਹੈ, ਰਿਕਾਰਡ ਕਰ, ਪਾਪ ਕੀ ਜੰਝ ਲੈ, ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨ ਵੇ ਲਾ ਲਓ। 69 'ਚ ਲਿਖਾ ਦਿੱਤਾ, ਜਦੋਂ ਕਿ ਅਸਲੀ ਵਾਕਾ 78 'ਚ ਹੋਇਆ, ਆਵਨ 78, ਉਦੋਂ ਵੀ ਗਾਂ ਦਾ ਲਿਖਾ ਦਿੱਤਾ, ਜਾਣ 97, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਇਹ ਕਵਿਤਾ ਨਹੀਂ ਹੈ, ਇਹ ਤੁਰਕੀ ਬਾਣੀ ਹੈ। ਇਹ ਬਾਣੀ ਸੰਸਾਰ ਦਾ ਉਧਾਰ ਕਰਨ ਵਾਸਤੇ ਸ਼ਬਦ ਵਰਮ ਦੇ ਰੂਪ ਵਿੱਚ ਆਵਾਜ਼ ਅਤੇ ਅੱਖਰਾਂ ਦੇ ਵਿੱਚ ਸਾਕਾਰ ਹੋਈ ਹੈ। ਸਰੂਪ ਹੈ, ਚਾਹੇ ਸਰੀਰ ਦੇ ਸਰੂਪ 'ਚ ਹੋ ਜਾਵੇ, ਕਿਸੇ ਪਾਸੇ ਹੋ ਜਾਵੇ, ਸਿਧਾਂਤ ਹੈ। ਇਹਦੇ ਵਿੱਚ ਕੋਈ ਵੀ ਗੱਲ ਗਲਤ ਨਹੀਂ ਹੋਇਆ ਕਰਦੀ, ਸਹੀ ਹੋਇਆ ਕਰਦੀ ਹੈ, ਜੇ ਇਸ ਨੂੰ ਸਤ ਕਰਕੇ ਮੰਨੇ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਆਉਂਦੇ ਤਾਂ ਸਾਰੇ ਨੇ ਅਤੇ ਸਾਰੇ ਗਾਉਂਦੇ ਨੇ। ਮਹਾਰਾਜ ਕਹਿੰਦੇ ਥਾਂ ਕਿਹਦੀ ਪਵੇਗੀ, ਗਾਉਣਾ ਸੁਣਨਾ ਥਾਂ ਕਿਹਦਾ ਪਵੇਗਾ। ਉਹ ਥਾਂ ਪਾਉਣਾ ਸਾਡੇ ਇਖਤਿਆਰ ਨਹੀਂ ਹੈ, ਇਹ ਵਾਹਿਗੁਰੂ ਦੇ ਹੱਥ ਵਿੱਚ ਹੈ। ਗਾਵਿਆ ਸੁਣਿਆ ਹਰ ਤਿੰਨਕਾ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਤਿਗੁਰੂ ਦਾ ਅਤੇ ਸਿੱਖ ਦਾ ਸੰਬੰਧ ਆਗਿਆ ਨਾਲ ਜੁੜਿਆ ਹੋਇਆ, ਆਗਿਆ ਸਾਹਮਣੇ ਹੀ ਸਾਹਿਬ ਸੇਵਾ। ਗੁਰ ਕੇ ਗ੍ਰਹਿ ਸੇਵ ਕੋ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਹਿ, ਆਪਸ ਕੋ ਕੁਛ ਕਰਨਾ ਜਨਾਬ ਹੈ, ਹਰ ਹਰ ਨਾਮ ਦੇ ਸਭ ਤਿਆਗ। ਮਨ ਵਿੱਚ ਹੈ ਸਤਿਗੁਰ ਕੇ ਪਾ ਅਤੇ ਸੇਵਕ ਕੇ ਕਾਰਜ ਰਾਸ। ਸੋ ਬਾਣੀ ਸਾਡਾ ਉਧਾਰ ਕਰਨ ਵਾਸਤੇ ਇਹਦੇ ਵਿੱਚ ਬੇਅੰਤ ਤਰੀਕਿਆਂ ਦੇ ਨਾਲ ਇੱਕ ਸਿਧਾਂਤ ਸਮਝਾਇਆ ਗਿਆ। ਗੁਰਮਤ ਦਾ ਜੋ ਸਿਧਾਂਤ ਹੈ, ਇਹਨੂੰ ਸਮਝਣ ਦਾ ਯਤਨ ਕਰੋ। ਇਹ ਤਿੰਨ ਨਹੀਂ ਮੰਨਦਾ, ਟ੍ਰਿਨਿਟੀ ਨਹੀਂ ਮੰਨਦਾ ਹੈ, ਇਹ ਇੱਕ ਬਾਤ ਅਦਵੈਤਵਾਦ ਹੈ। ਇਹਦੇ ਵਿੱਚ ਵਾਹਿਗੁਰੂ ਤੋਂ ਬਗੈਰ ਹੋਰ ਹੈ ਹੀ ਕੋਈ ਨਹੀਂ, ਪਹਿਲਾਂ ਹੀ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਰੂਪ ਦੇ ਵਿੱਚ ਲਿਖ ਦਿੱਤਾ, ਫਰਮਾਨ ਕਰ ਦਿੱਤਾ। ਇੱਕ ਓਂਕਾਰ ਤੋਂ ਗੁਰਪ੍ਰਸ਼ਾਦ ਤੱਕ ਵਾਹਿਗੁਰੂ ਦਾ ਸਰੂਪ ਦੱਸ ਕੇ ਉਹਨਾਂ ਨੇ ਮੋਹਰ ਲਾ ਦਿੱਤੀ ਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਗੋਸੀ ਵੀ ਸੱਚ। ਜੇ ਕਿਤੇ ਸਾਰੀ ਜ਼ਿੰਦਗੀ ਦੇ ਅੰਦਰ ਇਹ ਦੋ ਤੁਕਾਂ ਸਮਝ ਆ ਜਾਣ ਅਤੇ ਬੁੱਝ ਲਵੇ ਬੰਦਾ, ਉਹਨੇ ਸਾਰੀ ਬਾਜ਼ੀ ਜਿੱਤ ਲਈ। ਜੇ ਦੋ ਨਹੀਂ ਆਉਂਦੀਆਂ ਤਾਂ ਬਾਜ਼ੀ ਜਿੱਤੀ ਹੋਈ ਹਾਰ ਕੇ ਤੁਰ ਜਾਂਦਾ। ਕੀ ਮਾਮੂਲੀ ਗੱਲ ਹੈ, ਕੋਈ ਇਹਦੇ ਵਿੱਚ ਡਿਕਸ਼ਨਰੀ ਦੇਖਣ ਦੀ ਲੋੜ ਨਹੀਂ ਹੈ, ਕੋਈ ਗ੍ਰੈਮੈਟੀਕਲੀ ਕੋਈ ਮਾਇਨੇ ਹੋਰ ਨਹੀਂ ਨਿਕਲ ਸਕਦੇ ਸਿੱਧੀ ਬੋਲੀ ਦੇ ਅੰਦਰ। ਲੇਕਿਨ ਇਹ ਵਜਨ ਜਿਹੜਾ ਜੀਭ ਤੋਂ ਚੁੱਕਿਆ ਨਹੀਂ ਜਾਂਦਾ, ਵੱਡੀ ਬਾਤ ਇਹ ਹੈ। ਅਸੀਂ ਜੋ ਹਾਂ, ਸਾਡੀ ਜੋ ਹਸਤੀ ਹੈ, ਉਹ ਇਸ ਵਜਨ ਨੂੰ ਚੁੱਕ ਨਹੀਂ ਸਕਦੀ ਬਿਲਕੁਲ। ਇਹਨੂੰ ਬੁੱਝਣ ਵਾਸਤੇ ਸਾਨੂੰ ਸਾਰਾ ਜੋ ਸਿਧਾਂਤ 1430 ਪੰਨੇ ਦੇ ਅੰਦਰ ਅਨੇਕ ਤਰੀਕਿਆਂ ਦੇ ਨਾਲ ਦਿੱਤਾ ਗਿਆ,
ਉਹਦੇ ਨਾਲ ਇਹ ਜੀਵ ਕਾਬਲ ਹੁੰਦਾ, ਪਰ ਜੀਵ ਦੇ ਹੱਥ ਵਿੱਚ ਕੁਛ ਨਹੀਂ ਹੈ। ਇਸ ਜੀਵ ਦੀ ਮਦਦ ਜਿੰਨੀ ਦੇਰ ਤੱਕ ਸਮਰੱਥ ਸਤਿਗੁਰੂ ਨਹੀਂ ਕਰਦਾ, ਇਹਦੇ ਇਹ ਨਹੀਂ ਚੱਕ ਸਮਝ ਸਕਦਾ। ਗੱਲ ਸਿੱਧੀ ਹੈ, ਕੋਈ ਔਖੀ ਨਹੀਂ ਹੈ, ਕਿਉਂਕਿ ਉਹ ਸਥਿਤੀ ਇਹਦੇ ਅੰਦਰ ਪੈਦਾ ਨਹੀਂ ਹੁੰਦੀ ਜਿੱਥੇ ਇਹ ਗੱਲ ਸਮਝੇ। ਉਹਦੇ ਵਾਸਤੇ ਤਿਆਗ ਦੀ, ਕੁਰਬਾਨੀ ਦੀ, ਤਪ ਦੀ, ਤਪੱਸਿਆ ਦੀ ਬੜੀ ਭਾਰੀ ਲੋੜ ਹੈ, ਪਰ ਸਤਿਗੁਰੂ ਦੀ ਗਾਈਡੈਂਸ ਤੋਂ ਬਗੈਰ ਨਹੀਂ ਇਹ ਗੱਲ ਸਮਝ ਆਉਂਦੀ। ਪ੍ਰਤੱਖ ਰੂਪ 'ਚ ਦੇਖ ਨਹੀਂ ਸਕਦਾ, ਜਾਣਿਆ ਜਾ ਸਕਦਾ, ਬੁੱਝਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਜਾਣਨਾ ਕੁਛ ਵੀ ਨਹੀਂ ਹੈ। ਇੱਕ ਬੁੱਧੀ ਮੰਡਲ ਦੇ ਸਟੋਰ ਦੇ ਵਿੱਚ ਇੱਕ ਹੋਰ ਬਾਤ ਜਮ੍ਹਾਂ ਕਰ ਲਈ। ਜਾਣ ਲਿਆ ਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲ ਹੈ। ਲੇਕਿਨ ਅਮਲ ਨਾ ਕਰ ਸਕਿਆ, ਉਹੀ ਕ੍ਰੋਧ ਹੈ, ਉਹੀ ਕਾਮ ਹੈ। ਉਹ ਜਾਣੇ ਦਾ ਕੀ ਫਾਇਦਾ ਹੋਇਆ ਜਿਹੜਾ ਵਕਤ ਉੱਤੇ ਕੰਮ ਨਹੀਂ ਦਿੰਦਾ। ਬੁੱਝਣ ਦੀ ਬਾਤ ਹੈ, ਸਾਰਾ ਜਿਹੜਾ ਸਾਡਾ ਰੂਹਾਨੀ ਜੀਵਨ ਹੈ ਇਹ ਇੱਕ ਗੱਲ ਨੂੰ ਬੁੱਝਣ ਹੈ। ਅਸੀਂ ਜੋ ਨਿਸ਼ਾਨੇ ਸਾਹਮਣੇ ਲੈਂਦੇ ਹਾਂ, ਮਹਾਂਪੁਰਸ਼ਾਂ ਦੇ ਜੀਵਨ ਸਾਹਮਣੇ ਲੈਂਦੇ ਹਾਂ, ਉਹ ਇਸ ਕਰਕੇ ਹੁੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਗੱਲ ਸਮਝ ਪੈ ਜਾਵੇ। ਇਹ ਮਨੋਰੰਜਨ ਬਾਤਾਂ ਨਹੀਂ ਹੋਇਆ ਕਰਦੀਆਂ। ਸਪਿਰਚੁਅਲ ਜਿਹੜੇ ਹੈ ਜੀਵਨ ਹੈ, ਉਹ ਚਮਕਦਾਰ ਰੋਸ਼ਨੀ ਦੇ ਸਿਤਾਰੇ ਹੋਇਆ ਕਰਦੇ ਨੇ, ਲਾਈਟ ਹਾਊਸਿਸ ਹੋਇਆ ਕਰਦੇ। ਉਹਨਾਂ ਦੀ ਲਾਈਟ ਵਿੱਚ ਚੱਲ ਕੇ ਅਸੀਂ ਆਪਣੇ ਮੰਜ਼ਿਲੇ ਮਕਸੂਦ 'ਤੇ ਪਹੁੰਚ ਸਕਦੇ ਹਾਂ। ਇਹ ਪੜ੍ਹਾਈ ਜਿਹੜੀ ਹੈ ਨਾ ਕਿਤਾਬਾਂ ਦੇ ਵਿੱਚ ਹੈ, ਨਾ ਕਿਸੇ ਹੋਰ ਥਾਂ ਦੇ ਉੱਤੇ ਹੈ। ਜਿੱਥੇ ਪੰਜਾਬੀ ਪੜ੍ਹਾਉਂਦੇ ਹਾਂ, ਪੰਜਾਬੀ ਦੇ ਅੱਖਰ ਪੜ੍ਹਾਉਂਦੇ ਹਾਂ, ਜਿੱਥੇ ਅਸੀਂ ਮਿਹਨੇ ਸਮਝਾਉਂਦੇ ਹਾਂ ਉੱਥੇ ਮਿਹਨੇ ਸਮਝਾਉਂਦੇ ਹਾਂ, ਇਹ ਨਹੀਂ। ਇਹਦੇ ਵਾਸਤੇ ਸਾਧਨਾ ਦੀ ਲੋੜ ਹੈ ਜ਼ਬਰਦਸਤ। ਆਪਣੇ ਆਪ ਨਾ ਮੋਹ ਟੁੱਟ ਸਕਦਾ, ਨਾ ਕ੍ਰੋਧ ਤੋਂ ਹਟ ਸਕਦਾ, ਨਾ ਲੋਭ ਹਟ ਸਕਦਾ, ਨਾ ਅਹੰਕਾਰ ਹਟ ਸਕਦਾ। ਇਹ ਬੜੇ ਜ਼ਬਰਦਸਤ ਬੈਰੀ ਨੇ। ਇੱਕ ਲੇਖ ਲਿਖਿਆ ਸੀ ਆਪਣੇ ਆਤਮ ਮਾਰਗ ਦੇ ਵਿੱਚ, ਮਨ ਮਵਾਸੀ ਰਾਜਾ। ਉਹ ਮਨ ਦੀ ਨਾਲ ਜਿਹੜਾ ਮਨ ਪਰਚਿਆ ਹੋਇਆ ਹੈ, ਉਹ ਆਕੀ ਹੋਇਆ ਬੈਠਾ ਜੀਵ ਆਤਮਾ ਤੋਂ। ਅਤੇ ਉਹਦੀ ਫੌਜ ਦਾ ਵਰਣਨ 60 ਜਰਨੈਲ ਲਿਖੇ ਸੀ, ਜੇ ਕਿਸੇ ਨੂੰ ਬੋਲਦਾ ਹੈ ਤਾਂ ਉਸ ਲੈ ਕੇ ਪੜ੍ਹ ਲਵੇ, ਕਿਉਂਕਿ ਉਹ ਇੱਕ ਰਾਜੇ ਦੀ ਕਥਾ ਸੀ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੇ ਲਿਖੀ ਸੀ। ਕਿ ਉਸਨੇ ਕਿਹਾ ਸੀ ਕਿ ਮੈਂ ਮਨ ਜਿੱਤ ਲਵਾਂਗਾ, ਪਰ ਜਿੱਤ ਨਾ ਸਕਿਆ, ਅਖੀਰ ਉਹਨੂੰ ਜਿਉਂਦੇ ਚੱਲਣਾ ਪਿਆ, ਕਿਉਂਕਿ ਮਨ ਦੇ ਜਿਹੜੇ ਸਾਥੀ ਨੇ ਜਰਨੈਲ, ਉਹ ਬਹੁਤ ਕਰੂਰ ਨੇ। ਬੜੇ ਡਿਟੇਲ ਦੇ ਨਾਲ ਉਹ ਗੱਲ ਲਿਖੀ ਗਈ ਆ। ਇੰਨਾ ਟਾਈਮ ਸਾਡੇ ਕੋਲ ਹੈ ਨਹੀਂ, ਬੜਾ ਸਹਿਜ ਦਾ ਜੀਵਨ ਅਸੀਂ ਗੁਜ਼ਾਰਨਾ ਚਾਹੁੰਦੇ ਹਾਂ, ਵੀ ਸਾਡੇ ਕਾਰੋਬਾਰ ਵੀ ਹੋਈ ਜਾਣ, ਬਾਲ ਬੱਚਿਆਂ 'ਚ ਵੀ ਰਹੀਏ। ਪਰ ਸਾਧ ਸਿੰਘ ਜੀ, ਇਹ ਬਹੁਤ ਔਖੀ ਚੀਜ਼ ਹੈ। ਲਗਾਤਾਰ ਤੱਤ ਬੇਤੇ ਜਾਗੇ ਹੋਏ ਮਹਾਂਪੁਰਸ਼ ਦੀ ਸੰਗਤ ਇਹਨੂੰ ਮਿਲਦੀ ਰਹੇ ਤਾਂ ਇਹ ਜਾਗਦਾ ਰਹਿੰਦਾ, ਨਹੀਂ ਸੌਂ ਜਾਂਦਾ। ਇਹ ਨਹੀਂ ਸੌਂਦਾ, ਇਹ ਬੜੀ ਭਾਰੀ ਗਾੜੀ ਨੀਂਦ ਦੇ ਵਿੱਚ ਸੁੱਤਾ ਪਿਆ, ਜਗਾਇਆ ਹੋਇਆ ਵੀ ਨਹੀਂ ਜਾਗਦਾ। ਮਾਇਆ ਦੀ ਜਿਹੜੀ ਨੀਂਦ ਹੈ, ਇਹ ਇੱਕ ਐਸਾ ਇਸ ਨੂੰ ਇੰਜੈਕਸ਼ਨ ਲੱਗਿਆ ਹੋਇਆ ਕਿ ਅੱਖ ਖੋਲਦਾ ਹੀ ਨਹੀਂ ਸਾਰੀ ਜ਼ਿੰਦਗੀ। ਤੇਹੀ ਗੁਣੀ ਸੰਸਾਰ ਭਰ ਨੂੰ ਸੁੱਤਾ, ਸੁੱਤਿਆਂ ਰਹਿਣ ਵਿਹਾਣੀ।
ਰਜੋ ਗੁਣ ਤਮੋ ਗੁਣ ਸਤੋ ਗੁਣ ਤਿੰਨ ਲਹਿਰਾਂ ਇਹਦੇ ਅੰਦਰ ਹਰ ਵਕਤ ਚੱਲਦੀਆਂ ਨੇ। ਇਹਦੇ ਇਨਫਲੂਐਂਸ ਦੇ ਅੰਦਰ ਸੁੱਤਾ ਪਿਆ, ਗੁਰੂ ਜਗਾ ਰਹੇ ਨੇ ਤਾਂ ਨਹੀਂ ਜਾਗਦਾ, ਜੇ ਕਹੇ ਅਸੀਂ ਤਾਂ ਜਾਗਦੇ ਹਾਂ ਇਹ ਤਾਂ ਸੁੱਤਾ ਪਿਆ। ਮਹਾਰਾਜ ਕਹਿੰਦੇ ਇਹਦੇ ਸਾਥੀ ਵੀ ਸੁੱਤੇ ਪਏ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨੀਂਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਵਾਸ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤੋ ਆਪਣੀ ਲੈ, ਸਗਲ ਸੇਰ ਹੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੂਸਨ ਹਾਰੇ ਪੰਚ ਬਟਵਾਰੇ, ਸੁਨੇ ਨਗਰ ਪੜੇ ਠੱਗ ਹਾਰੇ। ਇਹ ਦਿਨ ਰਾਤ ਲੁੱਟਿਆ ਜਾ ਰਿਹਾ, ਗੁਰੂ ਜਗਾਉਂਦੇ ਨੇ, ਇਸ ਨੂੰ ਜਾਗ ਨਹੀਂ ਆਉਂਦੀ। ਕਿੰਨਾ ਹੀ ਇਸ ਨੂੰ ਦੱਸੀ ਜਾਓ ਵੀ ਤੂੰ ਸੁੱਤਾ ਪਿਆ, ਯੂ ਆਰ ਇਨ ਏ ਸਲੀਪਿੰਗ ਮੂਡ, ਜਾਗਦਾ ਨਹੀਂ ਹੈ। ਨਹੀਂ ਇਸ ਦੀ ਇਹ ਵਿਸ਼ਵਾਸ ਹੀ ਨਹੀਂ ਕਰਦਾ, ਕਹਿੰਦਾ ਮੈਂ ਤਾਂ ਜਾਗਦਾ, ਮੈਂ ਸੁੱਤਾ ਨਹੀਂ ਪਿਆ। ਫਿਰ ਮਹਾਂਪੁਰਸ਼ ਕਹਿੰਦੇ ਨਹੀਂ, ਤੂੰ ਅੰਡਰ ਇਨਫਲੂਐਂਸ ਆਫ ਮਾਇਆ, ਤੈਨੂੰ ਨੀਂਦ ਚੜ੍ਹੀ ਹੋਈ ਹੈ, ਜਿਵੇਂ ਨਸ਼ੇ ਦੇ ਅੰਦਰ ਕੋਈ ਬੰਦਾ ਆਪਣੇ ਆਪ ਨੂੰ ਭੁੱਲ ਜਾਂਦਾ, ਐਂ ਤੂੰ ਮਾਇਆ ਦੇ ਅੰਦਰ ਭੁੱਲ ਜਾਂਦਾ। ਮਾਇਆ ਦੀ ਡਰਾਉਣੀ ਸ਼ਕਲ ਵੀ ਪੇਸ਼ ਕਰਦੇ ਹਾਂ ਕਿ ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ, ਬਗੈਰ ਦੰਦਾਂ ਤੇ ਸਾਰਾ ਸੰਸਾਰ ਖਾ ਲਿਆ ਮਾਇਆ ਨੇ। ਨਹੀਂ ਜਾਗ ਆਉਂਦੀ, ਮਹਾਂਪੁਰਸ਼ ਜਗਾਉਂਦੇ ਆ, ਹੱਕਾ ਮਾਰਦੇ ਆ, ਅਖੀਰ ਬੇਬਸ ਹੋ ਕੇ ਕਹਿਣਾ ਪਿਆ ਕਿ ਕਰਿਆ ਕੀ ਜਾਵੇ, ਵੀ ਕਾਰਨ ਕੀ ਹੈ। ਕਹਿੰਦੇ ਇਹਨਾਂ ਦੇ ਅਜੇ ਭਾਗ ਨਹੀਂ ਬਣੇ, ਭਾਗ ਨਾ ਬਣਨ ਕਰਕੇ ਇਹਨਾਂ ਨੂੰ ਜਾਗ ਨਹੀਂ ਆ ਰਹੀ। ਬੜਾ ਜਗਾਇਆ ਜਾਂਦਾ, ਕਹਿੰਦੇ ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ ਨਿੱਤ, ਚਾਰੇ ਵੇਦ ਛੇਈ ਸ਼ਾਸਤਰ ਸਤਾਈ ਸਿਮਰਤੀਆਂ ਉਪਨਿਸ਼ਦਾਂ ਕੁਰਾਨ ਸ਼ਰੀਫ ਤੌਰੇਤ ਅੰਜੀਲ ਜਮੂਰ ਬਾਈਬਲ ਗੁਰੂ ਗ੍ਰੰਥ ਸਾਹਿਬ ਅਨੇਕਾਂ ਮਹੰਤਵਾਂ ਇਸ ਜੀਵ ਨੂੰ ਜਗਾਉਂਦੇ ਨੇ ਵੀ ਤੂੰ ਜਾਗ ਤਾਂ ਸਹੀ, ਸੁਰਤੇ ਨਹੀਂ ਫੜਦਾ। ਇਹ ਕਹਿੰਦਾ ਮੈਂ ਜਾਗਿਆ ਹੋਇਆ, ਮਹਾਂਪੁਰਸ਼ ਕਹਿੰਦੇ ਤੂੰ ਸੁੱਤਾ ਪਿਆ, ਤੈਨੂੰ ਇਲਿਊਜ਼ਨ ਦੀ ਨੀਂਦ ਚੜ੍ਹੀ ਹੋਈ ਹੈ, ਤੇਰਾ ਸਰੀਰ ਜਿਹੜਾ ਹੈ ਨਾ ਇਹ ਮਾਇਆ ਦੇ ਮੰਡਲ ਵਿੱਚ ਜਾਗ ਰਿਹਾ, ਰੂਹਾਨੀ ਮੰਡਲ 'ਚ ਜਾਗ, ਉੱਥੇ ਦਾ ਚੱਲਣ ਹੋਰ ਹੈ, ਇੱਥੇ ਦਾ ਚੱਲਣ ਹੋਰ ਹੈ, ਇੱਥੇ ਵੈਰੀ ਨੇ, ਇੱਥੇ ਮਿੱਤਰ ਨੇ, ਇੱਥੇ ਜਾਣਕਾਰ ਨੇ, ਇੱਥੇ ਭੁੱਲੇ ਹੋਏ ਨੇ। ਪਿਆਰਿਆ ਜਦ ਤੈਨੂੰ ਜਾਗ ਆ ਗਈ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸਦੇ ਬਾਣੇ ਕੋਈ ਨਾ ਭੁੱਲਾ, ਜਿਨ ਸਗਲੋ ਬਰਮ ਪਛਾਤਾ, ਜਦੋਂ ਤੈਨੂੰ ਬਰਮ ਦੀ ਪਛਾਣ ਆ ਗਈ, ਬਰਮ ਦੀਸੇ ਬਰਮ ਸੁਣੀਏ, ਏਕ ਏਕ ਬਖਾਣੀਏ, ਆਤਮ ਬਸਾਰਾ ਕਰਨ ਹਾਰਾ ਪ੍ਰਭ ਇਹਨਾਂ ਨਹੀਂ ਜਾਣੀਆਂ, ਉਸ ਵੇਲੇ ਤੈਨੂੰ ਪਤਾ ਲੱਗੇਗਾ ਬੇਅੰਤ ਮਾਇਆ ਪਈ ਹੋਈ ਹੈ ਆਦਮੀ ਦੇ ਅੰਦਰ। ਕਿਸੇ ਕੋਲ ਪੈਸਾ ਜ਼ਿਆਦਾ ਹੈ, ਉਹਦੀ ਨੀਂਦ ਚੜ੍ਹ ਗਈ, ਕਿਸੇ ਕੋਲ ਅਹੁਦੇ ਦਾ, ਕਿਸੇ ਦਾ ਸਰੀਰ ਤਕੜਾ, ਕੋਈ ਗੱਲਾਂ ਬਹੁਤੀਆਂ ਜਾਣਦਾ। ਮਹਾਰਾਜ ਕਹਿੰਦੇ ਸੁੱਤਾ ਪਿਆ ਇਨਸਾਨ, ਜਾਗ ਨਹੀਂ ਇਸ ਵਾਰੀ, ਬਰੜਾ ਰਿਹਾ, ਬੈਰੀ ਮਿੱਤਰ ਧਾਰ ਰਿਹਾ, ਅਸਲੀਅਤ ਨੂੰ ਪਹੁੰਚ ਨਹੀਂ ਰਿਹਾ। ਹੁਣ ਪਹੁੰਚਿਆ ਕਿਵੇਂ, ਕੋਈ ਤਰੀਕਾ ਹੈ? ਡਿਊਟੀ ਲੱਗੀ ਹੈ ਮਹਾਂਪੁਰਸ਼ਾਂ ਦੀ ਵੀ ਜਗਾਓ ਇਹਨਾਂ ਨੂੰ, ਹੋਕੇ ਦੇ ਦੇ ਕੇ ਜਗਾਓ, ਸੁੱਤੇ ਪਏ ਨੇ ਸਾਰੇ, ਕੋਈ ਰਾਜ ਦੇ ਨਸ਼ੇ 'ਚ ਸੁੱਤਾ ਪਿਆ, ਕੋਈ ਧੰਦੇ ਨਸ਼ੇ 'ਚ, ਕੋਈ ਪੁੱਤਰਾਂ ਧੀਆਂ ਦੇ ਨਸ਼ੇ 'ਚ,
ਨਸ਼ੇ ਚੜ੍ਹੇ ਹੋਏ ਨੇ, ਜਾਂ ਨਸ਼ਾ ਚੜ੍ਹ ਜਾਂਦਾ ਤੁਸੀਂ ਦੁਨੀਆ ਦੇ ਨਸ਼ੇ ਦੇਖਦੇ ਹੋ। ਇੱਕ ਰਾਜਾ ਕਿਸੇ ਡਿਨਰ 'ਤੇ ਗਿਆ, ਉੱਥੇ ਜਾ ਕੇ ਬਹੁਤੀ ਸ਼ਰਾਬ ਪੀ ਲਈ, ਸ਼ਰਾਬ ਪੀ ਕੇ ਅਰਲ ਬਰਲ ਗੱਲਾਂ ਕਰਨ ਲੱਗ ਗਿਆ। ਉਸ ਵੇਲੇ ਵਜ਼ੀਰਾਂ ਨੇ ਸਮਝਿਆ ਕਿ ਮਹਾਰਾਜ ਜ਼ਿਆਦਾ ਨਸ਼ੇ 'ਚ ਹੋ ਗਏ। ਰੋਜ਼ ਦਾ ਹੀ ਅਸੀਂ ਰੋਜ਼ ਦੇ ਰੋਜ਼ ਸਾਨੂੰ ਤਜਰਬਾ ਇਹਨਾਂ ਗੱਲਾਂ ਦਾ। ਉਹਨਾਂ ਨੇ ਕਿਹਾ ਵੀ ਹੁਣ ਇਹਨੂੰ ਸੁਰਤ ਨਹੀਂ ਰਹੀ ਵੀ ਮੈਂ ਰਾਜਾ, ਵਾਪਸ ਲੈ ਜਾਂਦਾ ਬੱਗੀ 'ਚ ਬਿਠਾ ਕੇ। ਜਦ ਆਪਣੇ ਮਹਿਲਾਂ ਦੇ ਕੋਲ ਆਇਆ ਤਾਂ ਉੱਥੇ ਮਿਲਟਰੀ ਵਾਲੇ ਪਹਿਰਾ ਦੇ ਰਹੇ ਸੀ। ਅੰਦਰ ਜਾਣ ਵਾਸਤੇ ਕੁਆਟਰ ਸਾਈਨ ਹੁੰਦੀ ਹੈ, ਹਰ ਰੋਜ਼ ਬਦਲਦੀ ਹੈ, ਅਤੇ ਜੇ ਤਾਂ ਕੋਈ ਕੁਆਟਰ ਸਾਈਨ ਬੋਲ ਦੇਵੇ ਤਾਂ ਅੰਦਰ ਜਾ ਸਕਦਾ, ਨਹੀਂ ਸਮਝਿਆ ਜਾਂਦਾ ਕਿ ਨਜਾਇਜ਼ ਤਰੀਕੇ ਨਾਲ ਘੁਸਣਾ ਚਾਹੁੰਦਾ। ਲਿਹਾਜ਼ ਉੱਥੇ ਕਿਸੇ ਦੀ ਨਹੀਂ ਕੀਤੀ ਜਾਂਦੀ, ਚਾਹੇ ਰਾਜਾ ਹੀ ਆਪ ਆਵੇ ਤਾਂ ਵੀ ਨਹੀਂ ਅੰਦਰ ਲੰਘਣ ਦਿੰਦੇ। ਇਹ ਰਾਜਾ ਜਦ ਉੱਥੇ ਪਹੁੰਚਿਆ, ਉਹਨੇ ਕੁਆਟਰ ਸਾਈਨ ਮੰਗਿਆ, ਵਜ਼ੀਰ ਨੂੰ ਪੁੱਛਿਆ ਇਹ ਕੌਣ ਨੇ? ਕਹਿੰਦੇ ਪਹਿਰਾ ਦਿੰਦੇ ਨੇ ਮਹਾਰਾਜ, ਹਜ਼ੂਰ ਆਪ ਦਾ। ਕਹਿੰਦਾ ਮੈਂ ਕੌਣ ਹੈ? ਕਹਿੰਦੇ ਤੂੰ ਰਾਜਾ। ਕਹਿੰਦਾ ਮੈਂ ਤਾਂ ਕੋਈ ਰਾਜਾ ਨਹੀਂ, ਬੱਗੀ ਤੋਂ ਉਤਰ ਗਿਆ। ਕਹਿੰਦਾ ਰਾਈਫਲ ਲਿਆਓ, ਮੈਂ ਵੀ ਪਹਿਰਾ ਦੇਣਾ, ਮੇਰੇ ਵਰਦੀ ਪਾਓ। ਵਰਦੀ ਸਿਪਾਹੀ ਦੀ ਲਿਆਂਦੀ ਗਈ, ਪਹਿਨਾ ਦਿੱਤੀ ਗਈ, ਅਤੇ ਬੰਡੋਲੀਅਰ ਲਿਆਂਦਾ, ਰਾਈਫਲ ਲਿਆਂਦੀ, ਰੌਂਦ ਪਾ ਦਿੱਤੇ ਗਏ, ਪਹਿਰਾ ਦੇਣਾ ਸ਼ੁਰੂ ਕਰ ਦਿੱਤਾ। ਆਫਿਸਰ ਸਾਰੇ ਇੱਕ ਪਾਸੇ ਹੋ ਕੇ ਬੈਠ ਗਏ ਕਿ ਹਜ਼ੂਰ ਬਹੁਤ ਜ਼ਿਆਦਾ ਨਸ਼ੇ 'ਚ ਨੇ, ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ। 2 ਘੰਟੇ ਗੁਜਰਨ ਤੋਂ ਬਾਅਦ ਕਦੇ ਆਪਣੇ ਬੂਟ ਦੇਖਣ ਲੱਗ ਜਾਂਦਾ, ਕਦੇ ਬੰਡੋਲੀਅਰ ਦੇਖਦਾ। ਉਹਨਾਂ ਨੇ ਸਮਝ ਲਿਆ ਵੀ ਹੋਸ਼ ਪਰਤ ਆਈ ਹੈ ਇਸਦੀ। ਉਸੇ ਵੇਲੇ ਵਜ਼ੀਰ ਆਉਂਦਾ ਆ ਕੇ ਕਹਿੰਦਾ ਹਜ਼ੂਰ ਮਹਾਰਾਜ ਕੀ ਜੈ ਹੋ। ਕਹਿੰਦਾ ਕੀ ਗੱਲ, ਮੇਰੇ ਕੱਪੜੇ ਇਹੋ ਜਿਹੇ ਕਿੱਥੋਂ ਆ ਗਏ? ਕਹਿੰਦੇ ਮਹਾਰਾਜ ਇੱਧਰ ਆਓ, ਇਸ ਕਮਰੇ 'ਚ ਬਸਤਰ ਬਦਲ ਲਓ, ਫਿਰ ਦੱਸਦੇ ਹਾਂ ਤੁਹਾਨੂੰ। ਬਸਤਰ ਬਦਲੇ, ਹੋਰ ਹੋਸ਼ ਆ ਗਈ। ਕਹਿਣ ਲੱਗੇ ਮਹਾਰਾਜ ਨਸ਼ੇ ਦੇ ਅਧੀਨ ਆਪ ਇੰਨਾ ਹੋ ਗਏ ਸੀ ਕਿ ਆਪਨੇ ਕਿਹਾ ਕਿ ਮੈਂ ਰਾਜਾ ਨਹੀਂ ਹਾਂ, ਮੈਂ ਸਿਪਾਹੀ ਹਾਂ, ਮੈਂ ਪਹਿਰਾ ਦੇਣਾ। ਆਪਨੇ ਵਾਰ ਵਾਰ ਸਾਨੂੰ ਹੁਕਮ ਕੀਤਾ, ਅਸੀਂ ਫਿਰ ਵਰਦੀ ਲਿਆ ਤੀ ਮਹਾਰਾਜ। ਹੁਣ ਹਜ਼ੂਰ ਨੂੰ ਹੋਸ਼ ਆ ਗਈ, ਮਹਾਰਾਜ ਕੀ ਜੈ ਹੋ, ਅਤੇ ਆਪ ਹੁਣ ਆਪਣੇ ਮਹਿਲਾਂ ਵਿੱਚ ਚਲੋ। ਕਹਿਣ ਲੱਗਿਆ ਕਮਾਲ ਦੀ ਬਾਤ ਹੈ, ਮੈਂ ਇੰਨਾ ਭੁੱਲ ਗਿਆ। ਗੁਰੂ ਮਹਾਰਾਜ ਕਹਿੰਦੇ ਇਹਨੂੰ ਨਸ਼ਾ ਚੜ੍ਹ ਗਿਆ, ਇਹ ਜੀਵ ਨੂੰ ਇਹ ਇੰਨਾ ਭੁੱਲ ਗਿਆ ਕਿ ਇਹਨੂੰ ਆਪਣਾ ਗਿਆਨ ਨਹੀਂ ਰਿਹਾ ਵੀ ਮੈਂ ਕੌਣ। ਰਾਤ ਵੀ ਮੈਂ ਦੱਸਿਆ ਸੀ, ਸੁਣ ਰਹੇ ਤੂੰ ਕੌਣ, ਕਹਾਂ ਤੇ ਆਇਓ, ਤੂੰ ਕੌਣ ਹੈ ਇੰਨਾ ਕੁ ਤਾਂ ਜਾਣਦਾ ਨਾ ਵੀ ਮੈਂ ਫਲਾਣਾ। ਜਦ ਕਹੂਗਾ ਸਰੀਰ ਨੂੰ ਕਹੇਗਾ। ਅਤੇ ਮਹਾਂਪੁਰਸ਼ ਕਹਿੰਦੇ ਕਰਿਆ ਕੀ ਜਾਵੇ, ਜਗਾਉਂਦੇ ਹਾਂ ਦਿਨ ਰਾਤ ਜਗਾਉਂਦੇ, ਲੇਕਿਨ ਇਹ ਜੀਵ ਜਾਗਦਾ ਨਹੀਂ। ਫਰੀਦਾ ਕੋ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦੇਂਦੇ ਆ ਨਿੱਤ, ਜੋ ਸ਼ੈਤਾਨ ਬਜਾਇਆ ਸਿੱਖਿਤ ਫੇਰੇ ਚਿੱਤ। ਜਿਹੜਾ ਸ਼ੈਤਾਨ ਨੇ ਉਲਟੇ ਰਸਤੇ 'ਤੇ ਪਾ ਦਿੱਤਾ ਉਹ ਚਿੱਤ ਨਹੀਂ ਫੇਰਦਾ। ਇਸਲਾਮ ਵਿੱਚ ਭਲਾਉਣ ਵਾਲੀ ਸ਼ਕਤੀ ਨੂੰ ਸ਼ੈਤਾਨ ਦਾ ਨਾਮ ਦਿੱਤਾ ਗਿਆ। ਬੁੱਧ ਧਰਮ ਦੇ ਅੰਦਰ ਭਲਾਉਣ ਵਾਲੀ ਸ਼ਕਤੀ ਨੂੰ ਮਾਰ ਦੇਵਤੇ ਦਾ ਨਾਮ ਦਿੱਤਾ ਗਿਆ।
ਹਿੰਦੂ ਧਰਮ ਦੇ ਅੰਦਰ ਭੁਲਾਉਣ ਵਾਲੇ ਦੇਵਤੇ ਦਾ ਨਾਮ ਜਾਂ ਕਲਯੁੱਗ ਕਿਹਾ ਗਿਆ ਜਾਂ ਮਾਇਆ ਜਾਂ ਅਗਿਆਨ ਆਖਿਆ ਗਿਆ। ਉਹ ਇੱਕ ਜਜ਼ਬਾ ਜਿਹੜਾ ਹਾਵੀ ਹੋਇਆ ਸਾਡੇ ਦਿਮਾਗ 'ਤੇ, ਨਹੀਂ ਹੋਸ਼ ਆਉਣ ਦਿੰਦਾ, ਇੰਨੇ ਅਸੀਂ ਭੁੱਲ ਗਏ। ਇੱਕ ਵਾਰੀ ਮੈਂ ਇੱਕ ਪਿੰਡ ਗਿਆ ਦੁਆਬੇ ਦੇ ਵਿੱਚ, ਉੱਥੇ ਜਦ ਅਸੀਂ ਸਟੇਸ਼ਨ 'ਤੇ ਉਤਰਦੇ ਹੁੰਦੇ, ਉਹ ਪ੍ਰੇਮੀ ਤਾਂਗਾ ਲੈ ਕੇ ਆਉਂਦਾ, ਉਹਨਾਂ ਦਿਨਾਂ 'ਚ ਸਵਾਰੀਆਂ ਨਹੀਂ ਸੀ ਹੁੰਦੀਆਂ ਹੋਰ। ਉਹਨੇ ਜਦ ਮੈਨੂੰ ਦੇਖਣਾ ਇੱਕਦਮ ਲੈ ਆਉਣਾ, ਇਕੱਲੇ ਨੂੰ ਬਿਠਾ ਕੇ ਲੈ ਜਾਣਾ। 20-25 ਸਾਲ ਤੋਂ ਬਾਅਦ ਮੈਂ ਗਿਆ ਉੱਥੇ, ਮੈਂ ਕਿਹਾ ਵੀ ਉਹਨੂੰ ਮਿਲ ਕੇ ਆਵਾਂ, ਉਹ ਵਿਚਾਰਾ ਮੇਰੇ ਨਾਲ ਬੜਾ ਪ੍ਰੇਮ ਕਰਦਾ ਹੁੰਦਾ। ਮੈਂ ਜਦ ਜਾ ਕੇ ਪਤਾ ਕਰਿਆ, ਕਹਿੰਦੇ ਜੀ ਆਹ ਕਮਰੇ 'ਚ ਆਉ। ਪਛਾਣ ਲਿਆ ਉਸਨੇ ਮੈਨੂੰ ਚੰਗੀ ਤਰ੍ਹਾਂ, ਆਵਾਜ਼ ਦਿੱਤਾ, ਮੇਰਾ ਨਾਮ ਲਿਆ, ਕਹਿੰਦਾ ਅੰਦਰ ਆ ਜਾਓ, ਆ ਬਾਹਰ ਨਾ ਖੜੋ, ਕਹਿੰਦਾ ਸੋਫੇ ਪਏ ਨੇ ਨਾ ਅਤੇ ਬਹਿ ਜਾਓ। ਅਤੇ ਖੁੰਡ ਪਏ ਸੀ ਅੰਦਰ ਕਮਰੇ ਦੇ, ਲੱਕੜ ਪਈ ਸੀ। ਉਹਦੇ ਦਿਮਾਗ ਵਿੱਚ ਐਸੀ ਗੱਲ ਸਮਾ ਗਈ, ਉਹ ਲੱਕੜ ਨਹੀਂ ਸੀ ਕਹਿੰਦਾ, ਉਹਨੂੰ ਸੋਫੇ ਕਹਿੰਦਾ ਸੀ। ਮੈਨੂੰ ਦੱਸਤਾ, ਕਹਿਣ ਲੱਗੇ ਨੇੜੇ ਨਾ ਜਾਇਓ, ਇਹਦਾ ਦਿਮਾਗ ਗਲਤ ਹੋਇਆ ਹੋਇਆ, ਇਹਦਾ ਖਾਨਾ ਜਿਹੜਾ ਸਹੀ ਸੀ ਨਾ ਉਹ ਗਲਤ ਹੋ ਕੇ ਹੋਰ ਪਾਸੇ ਸੋਚ ਰਿਹਾ। ਇਹਨਾਂ ਨੂੰ ਇੱਕ ਬੰਦਾ ਆਇਆ ਪਿੰਡ ਦੇ ਕੋਲ, ਥੇ ਸੀ ਉੱਥੋਂ ਗੱਡਾ ਭਰਨ ਲੱਗ ਗਿਆ। ਉਸੇ ਵੇਲੇ ਮੈਨੂੰ ਛੱਡ ਕੇ ਉਹਨੂੰ ਗਾਲਾਂ ਕੱਢਣ ਲੱਗ ਗਏ, ਉੱਚੀ ਉੱਚੀ ਗੱਡੇ ਵਿਦ ਫੁੱਲ ਥਰੋਟ। ਕਹੇ ਮੇਰਾ ਕਿਲਾ ਢਾ ਰਿਹਾ ਤੂੰ, ਮੇਰੀਆਂ ਬੇਗਮਾਂ ਅੰਦਰ, ਮੇਰੀਆਂ ਰਾਣੀਆਂ ਨੇ, ਮੇਰਾ ਸੋਨੇ ਦਾ ਖਜ਼ਾਨਾ ਅੰਦਰ ਪਿਆ, ਹਟ ਜਾ ਤੇਰੇ, ਮੈਂ ਤੈਨੂੰ ਮਰਵਾ ਦੂੰਗਾ, ਮੈਂ ਫੌਜ ਨੂੰ ਹੁਣੇ ਹੁਕਮ ਦੇ ਦੇਣਾ। ਉਹ ਦਿਮਾਗ ਦੇ ਵਿੱਚ ਆ ਗਿਆ, ਇਤਿਹਾਸ ਹੋ ਗਿਆ ਉਸਨੂੰ ਇਸ ਗੱਲ ਦਾ, ਅਤੇ ਪਾਗਲ ਹੋ ਗਿਆ। ਹੁਣ ਦਿਮਾਗ ਤਾਂ ਸਾਡੇ ਵਰਗਾ ਸੀ, ਰੋਟੀ ਵੀ ਖਾਂਦਾ ਸੀ, ਪਾਣੀ ਵੀ ਪੀਂਦਾ ਸੀ, ਲੇਕਿਨ ਬ੍ਰੇਨ ਦੇ ਵਿੱਚ ਡਿਫੈਕਟ ਪੈ ਗਿਆ। ਹੁਣ ਉਹ ਡਿਫੈਕਟ ਦੇ ਵਿੱਚ ਹੁੰਦਾ ਹੋਇਆ, ਲੇਕਿਨ ਉਹਦੀ ਸੋਚ ਜਿਹੜੀ ਸੀ ਕਿੰਨੀ ਗਲਤ ਹੋ ਗਈ। ਲੱਕੜੀਆਂ ਪਈਆਂ ਉਹਨੂੰ ਸੋਫੇ ਸੈੱਟੇ ਕਹੀ ਜਾਂਦਾ, ਉੱਥੇ ਹੈ ਉਹਨੂੰ ਆਪਣਾ ਕਿਲਾ ਹੀ ਕਹੀ ਜਾਂਦਾ, ਇਮੈਜਨਰੀ ਕਹਿੰਦਾ ਮੇਰੀ ਰਾਣੀਆਂ ਅੰਦਰ ਨੇ, ਮੇਰਾ ਕਿਲਾ ਹੈ ਅੰਦਰ, ਮੇਰਾ ਤਖ਼ਤ ਹੈ ਅੰਦਰ। ਇਹਨੂੰ ਇਤਿਹਾਸ ਕਹਿੰਦੇ ਨੇ। ਇਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ, ਸਾਨੂੰ ਸਾਡਾ ਇਤਿਹਾਸ ਪੱਕ ਗਿਆ, ਅਸੀਂ ਸੀਤਾ ਆਤਮ ਸਹਿਜਾਦੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਪਰ ਅਸੀਂ ਸਮਝ ਕੀ ਰਿਹਾ, ਅਸੀਂ ਬਣ ਗਏ ਆ ਸਰੀਰ ਦਾ ਨਾਂ ਰੱਖ ਲਿਆ, ਫਲਾਣਾ ਸਿੰਘ ਅਸੀਂ ਉਹ ਬਣ ਗਏ, ਸਾਨੂੰ ਇਤਿਹਾਸ ਪੱਕ ਗਿਆ। ਹੁਣ ਜ਼ੋਰ ਲਾ ਲਓ ਜਿੰਨਾ ਲੱਗਦਾ, ਅਤੇ ਨਹੀਂ ਸਾਨੂੰ ਜਾਗ ਆਉਂਦੀ, ਮਹਾਂਪੁਰਸ਼ ਕਹੀ ਜਾਂਦੇ ਨੇ, ਮੱਥੇ ਅਸੀਂ ਟੇਕੀ ਜਾਵਾਂਗੇ, ਲੇਕਿਨ ਸਾਨੂੰ ਜਾਗ ਨਹੀਂ ਆਉਂਦੀ। ਅਖੀਰ ਮਹਾਂਪੁਰਸ਼ਾਂ ਨੂੰ ਇਸ ਤਰ੍ਹਾਂ ਦੇ ਨਾਲ ਕਹਿਣਾ ਪੈਂਦਾ। ਪਾਗਜਨਾਂ ਦੇ ਬੰਦੇ ਦਿੱਤੀਆਂ ਬਾਗਾਂ ਤੋਂ ਲਗਾ, ਪਾਗਜਨਾਂ ਦੇ ਬੰਦੇ ਦਿੱਤੀਆਂ ਬਾਗਾਂ ਤੋਂ ਜਾਗਦੇ, ਬਾਗਾਂ ਤੋਂ ਜਾ, ਬਾਗਾਂ ਦੇ ਬੰਦੇ ਦਿੱਤੀਆਂ ਬਾਗਾਂ।
ਚਾਹ ਕਹਿੰਦੇ ਆ, ਮੱਤੀ ਦਿੰਦੇ ਆ ਨਿੱਤ, ਜੋ ਸ਼ੈਤਾਨ ਮਝਾਇਆ ਸਿੱਖ ਇਤ ਫੇਰੇ ਚ, ਜੋ ਸ਼ੈਤਾਨ ਨੇ ਸੁਲਾ ਦਿੱਤਾ ਮਝਾ ਦਿੱਤਾ ਉਹ ਚਿੱਤ ਨਹੀਂ ਫੇਰਦਾ। ਗੁਰੂ ਕਹੀ ਜਾਵੇ ਜਿੰਨਾ ਜੀ ਕਰਦਾ ਆਪਣੇ ਆਪ 'ਤੇ ਹੀ ਰਹਿੰਦਾ, ਆਪਣੀ ਸੋਚ 'ਤੇ ਰਹਿੰਦਾ, ਗੁਰੂ ਦੀ ਸੋਚ ਨੂੰ ਨਹੀਂ ਅਪਣਾਉਂਦਾ। ਗੁਰੂ ਕਹਿੰਦਾ ਇੱਥੇ ਹੋਰ ਕੋਈ ਹੈ ਨਹੀਂ, ਬਰਮ ਦੀਸੇ ਬਰਮ ਸੁਣੀਏ ਏਕ ਏਕ ਬਖਾਣੀ, ਆਤਮ ਬਸਾਰਾ ਕਰਨ ਹਾਰਾ ਪ੍ਰਭ ਇਹਨਾਂ ਨਹੀਂ ਜਾਣੀਆਂ। ਇਹ ਸਿਧਾਂਤ ਹੈ। ਹੁਣ ਇੱਥੇ ਪਹੁੰਚਿਆ ਕਿਵੇਂ ਜਾਵੇ? ਸਾਧ ਸਿੰਘ ਜੀ ਗੱਲਾਂ ਨਾਲ ਤਾਂ ਪਹੁੰਚ ਨਹੀਂ ਸਕਦਾ, ਬਹੁਤ ਮੁਸ਼ਕਿਲ ਹੈ। ਜੇ ਕਿਸੇ ਦੇ ਮਨ ਵਿੱਚ ਸ਼ੌਕ ਪੈਦਾ ਹੋ ਜਾਵੇ, 84 ਦਾ ਚੱਕਰ ਕੱਟਣ ਦਾ ਇਰਾਦਾ ਬਣਾ ਲਵੇ, ਫਿਰ ਕੁਛ ਬਣ ਸਕਦਾ, ਕਿਉਂਕਿ ਪਹਿਲਾਂ ਇਰਾਦਾ ਬਣਨਾ ਬਹੁਤ ਜ਼ਰੂਰੀ ਹੈ। 84 ਤੋਂ ਉਸਨੂੰ ਡਰ ਲੱਗੇ ਕਿ ਮੈਂ ਹੁਣ ਤਾਂ ਮਨੁੱਖ ਹਾਂ, ਜੇ ਮੈਂ ਸੱਪ ਬਣ ਗਿਆ ਫਿਰ ਕੀ ਕਰੂੰਗਾ। ਬਣਦੇ ਨੇ, ਐਸੀਆਂ ਸਾਖੀਆਂ ਨੇ। ਬਾਬਾ ਸਾਹਿਬ ਸਿੰਘ ਜੀ, ਬੇਦੀ ਸਾਹਿਬ, ਰਾੜੇ ਸਾਹਿਬ ਦੀ ਸੰਪਰਦਾ ਨਾਲ ਉੱਪਰਲੇ ਮਹਾਤਮਾ ਨੇ, ਗੁਰੂ ਨਾਨਕ ਤੋਂ 11ਵੀਂ ਥਾਂ ਆਪਦਾ ਵਜੂਦ ਪ੍ਰਕਾਸ਼ ਹੋਇਆ, ਅਤੇ ਉਸ ਵੇਲੇ ਆਪ ਜੀ ਪੂਰਨ ਮਹਾਂਪੁਰਸ਼, ਅਨੁਭਵੀ ਮਹਾਂਪੁਰਸ਼, ਗੁਰਸਿੱਖੀ ਦਾ ਪ੍ਰਚਾਰ, ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਸੰਸਾਰ 'ਚ ਫੈਲਾ ਰਹੇ ਸੀ। ਆਪ ਜੀ ਸਾਹਨੇਵਾਲ ਆਏ, ਲੁਧਿਆਣੇ ਦੇ ਕੋਲੇ ਹੀ ਹੈ। ਉੱਥੇ ਸੁੱਧ ਸਿੰਘ ਨਾਮ ਦਾ ਸਰਦਾਰ ਜਿਸ ਮਿਸਲਾਂ ਦੇ ਵਿੱਚ ਰਾਜਾ ਸੀ, ਉੱਥੇ ਜਦ ਆਪ ਜਾਂਦੇ ਨੇ ਤਾਂ ਉਹ ਹਾਥੀ 'ਤੇ ਚੜ੍ਹ ਕੇ ਆਇਆ, ਹਾਥੀ ਬਿਠਾਇਆ ਅਤੇ ਸਤਸੰਗ ਹੋ ਰਿਹਾ ਸੀ। ਮਹਾਂਪੁਰਸ਼ਾਂ ਨੇ ਵੀ ਦੇਖ ਲਿਆ, ਉਹਨੇ ਨਮਸਕਾਰ ਕਰੀ। ਮਹਾਂਪੁਰਸ਼ਾਂ ਨੇ ਕਿਹਾ, ਸੁੱਧ ਸਿੰਘ ਆ ਹਾਥੀ 'ਤੇ ਨਾ ਬਈ ਬੈਠਿਆ ਕਰ, ਇਹ ਤੇਰਾ ਦੁਸ਼ਮਣ ਹੈ। ਕਹਿਣ ਲੱਗਿਆ, ਮਹਾਰਾਜ ਹੁਣ ਤੁਸੀਂ ਜੇ ਗੱਲ ਚਲਾ ਲਈ ਤਾਂ ਸਮਝਾ ਵੀ ਦੇਵੋ। ਕਹਿਣ ਲੱਗੇ, ਲੈ ਸਮਝ ਲੈ, ਪਿਛਲੇ ਜਨਮ ਦੇ ਵਿੱਚ ਤੂੰ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਨਾਲ ਜਦੋਂ ਘੇਰਾ ਪਿਆ ਅਨੰਦਪੁਰ ਦੇ ਕਿਲੇ ਵਿੱਚ ਸੀ, ਪਰ ਨਾਲ ਦੇ ਸਾਥੀਆਂ ਦੇ ਨਾਲ ਰਲ ਕੇ ਤੈਂ ਬੇਦਾਵਾ ਦੇ ਤਾ, ਆਪਣੇ ਘਰ ਚਲਿਆ ਗਿਆ। ਉੱਥੇ ਘਰ ਵਾਲਿਆਂ ਨੇ ਤੇਰੀ ਮੁਖਾਲਫਤ ਕਰੀ, ਕੁਝ ਦੇਰ ਤੂੰ ਕਰ ਰਿਹਾ ਉੱਥੇ, ਤੁਹਾਡੇ ਖੇਤੀ ਕਰਨ ਵਾਲਾ ਜਿਹੜਾ ਕਾਮਾ ਸੀ ਇਹ ਹਾਥੀ ਸੀਗਾ, ਜਿਹੜਾ ਹੁਣ ਹਾਥੀ ਬਣਿਆ ਆ, ਤੁਹਾਡੇ ਚੋਰੀ ਹੋ ਗਈ ਤੈਂ ਇੰਨਾ ਮਾਰਿਆ ਇਸਨੂੰ ਕਿ ਮਰ ਗਿਆ, ਹੁਣ ਇਹ ਹਾਥੀ ਬਣ ਗਿਆ, ਤੂੰ ਇੱਥੇ ਦਾ ਰਾਜਾ ਬਣ ਗਿਆ। ਹੁਣ ਇਹ ਕਰਮ ਜਿਹੜਾ ਹੈ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਿਆ ਵਰਜਨਾ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਤੇਰੇ ਮੱਥੇ ਵਿੱਚ ਲੇਖ ਲਿਖਿਆ ਜਾ ਚੁੱਕਿਆ ਕਿ ਇਹਨੇ ਹੁਣ ਤੇਰੇ ਬਦਲਾ ਲੈਣਾ। ਕਹਿੰਦਾ, ਮਹਾਰਾਜ ਇਹ ਤਾਂ ਬਹੁਤ ਸ਼ੀਲ ਹੈ, ਮੈਂ ਇਹਨੂੰ ਬਾਰਾਬਾਂਕੀ ਦੇ ਜੰਗਲਾਂ 'ਚੋਂ ਜਦ ਬੱਚਾ ਸੀ ਜਦ ਲੈ ਆਇਆ ਸੀ। ਉਹ ਕਹਿੰਦਾ, ਠੀਕ ਹੈ,
ਪਰ ਤੇਰਾ ਕਰਮ ਫਲ ਦੇਣ ਨੂੰ ਬਹੁਤ ਨੇੜੇ ਆ ਚੁੱਕਿਆ। ਵਚਨ ਮੰਨ ਲਏਗਾ ਵੱਧ ਜਾਏਗਾ, ਕਿਉਂਕਿ ਸਾਧੂ ਦੇ ਕੋਲ ਵੀਟੋ ਪਾਵਰ ਹੁੰਦੀ ਆ, ਹੋਰ ਕੋਈ ਵੀ ਟਾਲ ਨਹੀਂ ਸਕਦਾ। ਕੇਵਲ ਸੰਤਾਂ ਨੂੰ ਅਖਤਿਆਰ ਮਹਾਰਾਜ ਨੇ ਦਿੱਤਾ, ਜੋ ਕੁਛ ਕਰੇ ਸੋਈ ਭਰਾ ਮਾਨੇ ਹੋਏ ਰਾਮ ਨਾਮ ਰੰਗ ਰਾਤੇ। ਤਿੰਨਗੀ ਸੋਭਾ ਸਭਨੀ ਤਾਈ ਜਿਨ ਹਰ ਕੇ ਚਰਨ ਪਰਾਤੇ। ਮੇਰੇ ਰਾਮ ਸੰਤਾਂ ਜੇੜ ਨਾ ਕੋਈ, ਸਭ ਤੋਂ ਵੱਡੇ ਪਾਤਸ਼ਾਹਾਂ ਦੇ ਪਾਤਸ਼ਾਹ ਇਹਨਾਂ ਨੂੰ ਆਖਿਆ, ਜਿਸ ਨੂੰ ਬਖਸ਼ੇ ਸਿਵ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਹੋਰ ਪਾਤਸ਼ਾਹੀਆਂ ਕੁੜੀਆਂ, ਬਾਕੀ ਸਭ ਕੁੜੀਆਂ ਪਾੜੀਆਂ ਕੁੜੀਆਂ ਨੇ ਪਾਤਸ਼ਾਹੀਆਂ, ਅਤੇ ਸੰਤਾਂ ਦੀ ਬਰਾਬਰ ਕੋਈ ਨਹੀਂ ਹੋਇਆ ਸਰ, ਭਗਤ ਬਰਾਬਰ ਨਹੀਂ ਕੋਈ। ਸੰਤ ਕਹਿ ਕੇ ਚਲੇ ਗਏ, ਦੀਵਾਨ ਦੀ ਸਮਾਪਤੀ ਹੋ ਗਈ। ਇਹ ਵੀ ਤੁਰ ਪਿਆ ਅਤੇ ਇਹ ਤੁਰਿਆ ਜਾਂਦਾ, ਹਾਥੀ 'ਤੇ ਚੜ੍ਹਦਾ ਨਹੀਂ। ਨਾਲ ਦੇ ਬੋਡੀਗਾਰਡਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਹਾਥੀ 'ਤੇ ਨਹੀਂ ਚੜ੍ਹਦੇ? ਉਹ ਕਹਿੰਦੇ ਸੰਤਾਂ ਨੇ ਆਹ ਗੱਲ ਕਹੀ। ਉਹ ਤਾਂ ਕਹਿੰਦੇ ਸਾਨੂੰ ਜਦੇ ਪਤਾ ਲੱਗ ਗਿਆ ਸੀ ਵੀ ਸੰਤਾਂ ਨੇ ਤੁਹਾਨੂੰ ਹਾਥੀ ਤੋਂ ਲਾਹ ਦਿੱਤਾ, ਕਿਉਂਕਿ ਤੁਸੀਂ ਸਾਹਮਣੇ ਆ ਕੇ ਉਤਰੇ ਸੀ, ਉਹਨਾਂ ਨੇ ਬੁਰਾ ਬਣਾਇਆ। ਜਿਹੋ ਜਿਹੀ ਆਪਣੀ ਬੁੱਧੀ ਹੁੰਦੀ ਆ, ਉਸੇ ਤਰ੍ਹਾਂ ਸੰਤਾਂ ਦੀ ਗੱਲ ਸੋਚਦੀ, ਬਈ ਉਹ ਸੰਤਾਂ ਨੇ ਜੀ ਐਵੇਂ ਹੀ ਕਹਿਤਾ। ਕਹਿੰਦਾ ਨਹੀਂ, ਮਹਾਂਪੁਰਸ਼ ਬਹੁਤ ਤ੍ਰਿਕਾਲਦਰਸ਼ੀ ਨੇ। ਕਹਿੰਦੇ ਲਓ, ਸਾਨੂੰ ਤਾਂ ਜਦੇ ਪਤਾ ਲੱਗ ਗਿਆ ਸੀ ਵੀ ਤੁਸੀਂ ਹੁਣ ਹਾਥੀ 'ਤੇ ਨਹੀਂ ਚੜ੍ਹਨ ਦੇਣਾ, ਚੰਗਾ ਹੁੰਦਾ ਤੁਸੀਂ ਉਹਨਾਂ ਨੂੰ ਇਹ ਭੇਟਾ ਕਰ ਦਿੰਦੇ, ਫਿਰ ਗੱਲ ਬਣ ਜਾਣੀ ਸੀ। ਐਵੇਂ ਨਹੀਂ ਵਹਿਮ 'ਚ ਪਈ ਦਾ ਚੜ੍ਹੋ, ਹਾਥੀ 'ਤੇ ਚੜ੍ਹ ਗਿਆ। 3 ਮਹੀਨੇ ਬਾਅਦ ਸਾਹਨੇਵਾਲ ਦੀ ਸੰਗਤ ਉਨੇ ਸਾਹਿਬ ਗਈ ਅਤੇ ਉੱਥੋਂ ਹੋ ਕੇ ਜਾਇਆ ਕਰਦੀ ਸੀ ਅਨੰਦਪੁਰ ਸਾਹਿਬ। ਉੱਥੇ ਬਾਬਿਆਂ ਨੇ ਪੁੱਛਿਆ ਕਿ ਸੁੱਧੂ ਸਿੰਘ ਦਾ ਹਾਲ ਦੱਸੋ। ਕਹਿੰਦੇ ਮਹਾਰਾਜ, ਉਹ ਤਾਂ 1 ਮਹੀਨਾ ਹੋਇਆ ਹਾਥੀ 'ਤੇ ਬੈਠਾ ਸੀ, ਇਕੱਲਾ ਸੀ। ਉਹ ਹਾਥੀ ਨੇ ਸਿੱਟ ਲਿਆ, ਸਿੱਟ ਕੇ ਉਹਨੂੰ ਦਲਤਾ ਥੱਲੇ ਪੈਰ, 100 ਮਣ ਬੋਝ ਹੁੰਦਾ ਹਾਥੀ 'ਚ, ਪੈਰ ਰੱਖ ਕੇ ਹੀ ਮਾਰਤਾ ਉਹਨੂੰ। ਕਹਿੰਦੇ ਅਸੀਂ ਤਾਂ ਕਿਹਾ ਸੀ ਭਾਈ, ਵਚਨ ਨਾ ਮੰਨਣ ਕਰਕੇ ਉਹਦੇ ਇਹ ਹਾਲ ਹੋਇਆ। ਸੋ ਜੇ ਇਹ ਖਿਆਲ ਆ ਜਾਵੇ ਵੀ ਮੇਰਾ ਵੀ ਕਿਤੇ ਇਹੀ ਹਾਲ ਨਾ ਹੋਵੇ, ਫਿਰ ਕੁਛ ਫਿਕਰ ਪੈਦਾ ਹੁੰਦਾ ਮਨ 'ਚ, ਨੀਂਦ ਲਹਿੰਦੀ ਆ, ਝਟਕਾ ਲੱਗਦਾ ਬੰਦੇ ਨੂੰ। ਫਿਰ ਸੋਚਦਾ ਵੀ ਮੈਨੂੰ ਕੋਈ ਤਰੀਕਾ ਹੈ ਕਿ ਮੈਂ ਕਿਸੇ ਤਰੀਕੇ ਨਾਲ ਪੂਰਨ ਜਾਗ ਵਿੱਚ ਚਲਿਆ ਜਾਵਾਂ, ਜਿੱਥੇ ਜਾ ਕੇ ਜੰਮਣਾ ਅਤੇ ਮਰਨਾ ਨਹੀਂ ਹੈ। ਕਿਉਂਕਿ ਜਿੰਨਾ ਚਿਰ ਇਹਦੇ ਮਨ ਵਿੱਚ ਮੈਂ ਆਈ ਐਮ ਐਂਡ ਮਾਈ, ਸਾਰਿਆਂ ਦੇ ਆਪਣੇ ਕਿਹੜਾ ਹੈਗਾ ਜਿਹਦੇ ਨਹੀਂ ਹੈ। ਮਹਾਰਾਜ ਕਹਿੰਦੇ ਜਿੰਨਾ ਚਿਰ ਇਹ ਚੀਜ਼ ਹੈ, ਜਦ ਇਹ ਜਾਣੇ ਮੈਂ ਕੁਛ ਕਰਤਾ, ਜਦ ਇਹ ਜਾਣਦਾ ਵੀ ਮੈਂ ਕੁਛ ਕਰ ਰਿਹਾ, ਚਾਹੇ ਚੰਗਾ ਕਰ ਰਿਹਾ ਚਾਹੇ ਮਾੜਾ ਕਰ ਰਿਹਾ, ਤਬਲਾ ਕਰ ਜੋਨਵੇਂ ਫਿਰਦਾ। ਜਿੰਨੀ ਦੇਰ ਤੱਕ ਇਹਦੇ ਅੰਦਰ ਇਹ ਭਾਵਨਾ ਹੈ ਕਿ ਮੈਂ ਕਰਦਾ ਹਾਂ, ਚਾਹੇ ਕਹੀ ਜਾਵੇ ਵੀ ਮੇਰੇ ਤਾਂ ਗੁਰੂ ਸਾਹਿਬ ਕਰਾਉਂਦੇ ਨੇ, ਪਰ ਗੁੱਸੇ ਹੋ ਜਾਂਦਾ ਗੁਰਦੁਆਰੇ ਦੀ ਸੇਵਾ ਕਰਦਾ ਜੇ ਪ੍ਰੈਜ਼ੀਡੈਂਟ ਨਾ ਬਣਾਇਆ, ਮੁੜ ਕੇ ਗੁਰਦੁਆਰੇ ਹੀ ਨਹੀਂ ਆਉਂਦਾ, ਕਿਉਂਕਿ ਮੈਂ ਕਰਦਾ ਸੀ, ਮੇਰੀ ਕਦਰ ਨਾ ਕੀਤੀ, ਮੈਨੂੰ ਪਛਾਣਿਆ ਨਾ। ਇਹਨੂੰ ਮਹਾਰਾਜ ਹਉਮੈ ਕਹਿੰਦੇ ਨੇ। ਮੈਂ ਅਤੇ ਹੰਗਤਾ ਅਤੇ ਮਮਤਾ, ਜਿੱਥੇ ਦੋ ਚੀਜ਼ਾਂ ਜਾਗਣ, ਮੈਂ ਭਾਵ ਹੋਵੇ ਔਰ ਮੇਰਾ ਹੋਵੇ, ਉਹ ਹਉਮੈ ਕਹਾਇਆ ਕਰਦੀ। ਮਹਾਰਾਜ ਕਹਿੰਦੇ ਹਉਮੈ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਵੰਦਨਾ ਫਿਰ ਫਿਰ ਜੂਨੀ ਪਾਏ। ਉਹਦਾ ਰਿਜ਼ਲਟ ਕੀ ਹੁੰਦਾ? ਜੰਮਣਾ ਮਰਨਾ ਉਹਦਾ ਹਟਿਆ ਨਹੀਂ ਕਰਦਾ, ਜੰਮਦਾ ਅਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ, ਜੰਮਦਾ ਅਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ।
ਇਸਦਾ ਮੈਂ ਭਾਵ ਦੂਰ ਨਹੀਂ ਹੁੰਦਾ। ਇਹਦੇ ਕੋਲੋਂ ਜੰਮਣ ਅਤੇ ਮਰਨ ਦਾ ਜਿਹੜਾ ਸਿਲਸਿਲਾ ਹੈ ਦੂਰ ਨਹੀਂ ਹੋ ਸਕਦਾ। ਕਰਮਾਂ ਨੂੰ ਭੋਗਣਾ ਪੈਣਾ, ਕਰਮ ਕਰਦਾ ਹੀ ਹੈ, ਚੰਗੇ ਵੀ ਕਰਦਾ ਮਾੜੇ ਵੀ ਕਰਦਾ, ਕੋਈ ਕਰਮ ਐਸਾ ਨਹੀਂ ਜਿਹੜਾ ਭੋਗੇ ਬਿਨ ਚੱਲਿਆ ਜਾਵੇ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਮਾੜੇ ਅਤੇ ਮਾੜਾ ਵੀ ਕਰਮ ਭੋਗਣਾ ਪੈਂਦਾ, ਛੋਟੇ ਅਤੇ ਛੋਟਾ ਵੀ। ਰਾਜਾ ਧਿਤਰਾਸ਼ਟਰ ਜਿਸ ਵਕਤ ਪਾਂਡਵਾਂ ਮਹਾਂਭਾਰਤ ਦਾ ਯੁੱਧ ਹੋ ਹਟਿਆ, ਕ੍ਰਿਸ਼ਨ ਮਹਾਰਾਜ ਨੇ ਪਾਂਡਵਾਂ ਨੂੰ ਕਿਹਾ ਕਿ ਦੇਖੋ ਵਿਚਾਰੇ ਦਾ ਸਾਰਾ ਪਰਿਵਾਰ ਲੜਾਈ ਵਿੱਚ ਮਾਰਿਆ ਗਿਆ ਅਤੇ ਬਹੁਤ ਰਾਜ ਇਹਦਾ ਜਾਂਦਾ ਰਿਹਾ ਅਤੇ ਸਾਡਾ ਇਨਸਾਨੀ ਫਰਜ਼ ਬਣਦਾ ਹੈ ਕਿ ਆਪਾਂ ਪਰਚਾਉਣੀ ਕਰੀਏ ਜਾ ਕੇ। ਪੰਜਾਂ ਪਾਂਡਵਾਂ ਨੂੰ ਨਾਲ ਲਿਆ, ਕ੍ਰਿਸ਼ਨ ਮਹਾਰਾਜ ਉੱਥੇ ਚਲੇ ਗਏ, ਜਾ ਕੇ ਅਫਸੋਸ ਪ੍ਰਗਟ ਕੀਤਾ ਕਿ ਰਾਜਨ ਤੇਰੇ ਬੱਚੇ ਯੁੱਧ ਵਿੱਚ ਮਾਰੇ ਗਏ, ਰਾਜ ਭਾਗ ਜਾਂਦਾ ਰਿਹਾ। ਇਹ ਉਦੇਸ਼ਟਰ ਇਹ ਕਹਿਣ ਵਾਸਤੇ ਆਇਆ ਕਿ ਤੁਹਾਨੂੰ ਜੋ ਸਟੇਟਸ ਆਪਣੇ ਬੱਚਿਆਂ ਤੋਂ ਪ੍ਰਾਪਤ ਸੀ ਉਹੀ ਉਵੇਂ ਜਿਵੇਂ ਕਾਇਮ ਰਹੇਗਾ, ਉਸੇ ਤਰ੍ਹਾਂ ਦੇ ਨਾਲ ਸਟੇਟ ਤੁਹਾਨੂੰ ਰੁਜ਼ਗਾਰ ਦੇਵੇਗੀ, ਨੋਹਾਂ ਨੂੰ ਸਾਰੀਆਂ ਨੂੰ, ਬੱਚਿਆਂ ਨੂੰ ਸਾਰਿਆਂ ਨੂੰ। ਅਤੇ ਬੜਾ ਅਫਸੋਸ ਹੈ ਸਾਨੂੰ, ਕਹਿਣ ਲੱਗਿਆ ਕ੍ਰਿਸ਼ਨ ਮਹਾਰਾਜ, ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ, ਕਿਉਂਕਿ ਯੁੱਧ ਹੋਇਆ, ਇੱਕ ਧਿਰ ਮਾਰਿਆ ਹਾਰਿਆ ਕਰਦੀ ਹੈ ਕਿ ਜਿੱਤਿਆ ਕਰਦੀ ਹੈ, ਇੱਕ ਜਿਉਂਦਾ ਰਹਿ ਜਾਂਦਾ ਇੱਕ ਮਰ ਜਾਂਦਾ। ਠੀਕ ਹੈ, ਮੇਰੇ ਨਾਲ ਇਸੇ ਤਰ੍ਹਾਂ ਹੋਣੀ ਸੀ, ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਮੈਂ ਕੋਈ ਕਰਮ ਤਾਂ ਕੀਤਾ ਨਹੀਂ ਸੀ ਕਿ ਮੇਰੇ ਸਾਹਮਣੇ ਮੇਰਾ 100 ਪੁੱਤਰ ਮਾਰਿਆ ਜਾਂਦਾ। ਇਸ ਗੱਲ ਦੀ ਮੈਨੂੰ ਚਿੰਤਾ ਹੈ, ਹੋਰ ਨਹੀਂ ਚਿੰਤਾ, ਵੀ ਮੇਰੇ ਨਾਲ ਨਜਾਇਜ਼ ਕੀਤੀ ਹੈ ਭਗਵਾਨ ਨੇ। ਉਹ ਕਹਿਣ ਲੱਗੇ ਰਾਜਨ, ਨਜਾਇਜ਼ ਤਾਂ ਹੋਇਆ ਨਹੀਂ ਕਰਦੀ, ਪ੍ਰਭੂ ਦਾ ਐਸਾ ਇੰਤਜ਼ਾਮ ਹੈ ਕਿ ਕੀਤਾ ਹੋਇਆ ਜਿਹੜਾ ਕਰਮ ਹੈ ਉਹੀ ਫਲ ਦਿਆ ਕਰਦਾ ਸਮੇਂ ਦੇ ਉੱਤੇ, ਤੈਂ ਜ਼ਰੂਰ ਕੀਤਾ ਹੋਣਾ ਕੁਛ, ਤੈਨੂੰ ਕਿਵੇਂ ਪਤਾ ਵੀ ਮੈਂ ਨਹੀਂ ਕੀਤਾ। ਕਹਿੰਦਾ ਮੈਂ ਜਮਾਂਦਰੂ ਨੇਤਰਹੀਣ ਹਾਂ, ਮੈਂ ਯੋਗ ਕਰਕੇ ਆਪਣੀ ਬਿਰਤੀ ਨੂੰ ਸੁਹੋਨਾ ਨਾੜੀ ਦੇ ਵਿੱਚ ਪ੍ਰਵੇਸ਼ ਕਰਿਆ ਹੋਇਆ, ਇੱਥੋਂ ਮੈਂ 10ਵੇਂ ਦੁਆਰ ਤੱਕ ਪਹੁੰਚਦਾ। ਮੈਨੂੰ 100 ਜਨਮ ਦਾ ਗਿਆਨ ਜੋ ਮਾਤਾ ਦੇ ਪੇਟ ਵਿੱਚ ਸੀ ਉਸੇ ਤਰ੍ਹਾਂ ਕਾਇਮ ਹੈ, ਮੈਂ 100 ਜਨਮ ਵਿੱਚ ਕੋਈ ਐਸਾ ਪਾਪ ਨਹੀਂ ਕਰਿਆ ਜਿਹਦੇ ਨਾਲ ਮੈਨੂੰ ਇਹ ਬਦਲਾ ਦੇਣਾ ਪਿਆ। ਇਸ ਕਰਕੇ ਮੈਂ ਕਹਿਣਾ ਵੀ ਮੈਂ ਨਜਾਇਜ਼ ਕਰੀ ਆ। ਉਹ ਕਹਿਣ ਲੱਗੇ ਰਾਜਨ, ਉੱਪਰ ਵੀ ਤਾਂ ਜਨਮ ਹੈਗੇ 100 ਤੋਂ ਪਹਿਲਾਂ। ਕਹਿੰਦਾ ਉਹ ਤੁਸੀਂ ਦਿਖਾ ਦਿਓ, ਦ੍ਰਿਸ਼ਟੀ ਦੇ ਤੀ। ਕਹਿੰਦੇ 107ਵਾਂ ਜਨਮ ਦੇਖ, ਕੀ ਦੇਖਦਾ ਰਾਜਾ ਹੈ ਉਸ ਜਨਮ 'ਚ, ਮਾਸ ਖਾਣ ਦਾ ਬੇਅੰਤ ਸ਼ੌਕੀਨ ਹੈ। ਇੱਕ ਦਿਨ ਮਾਸ ਨਾ ਮਿਲਿਆ ਅਤੇ ਹੰਸ ਪਾਲੇ ਹੋਏ ਸੀ 100। ਕਹਿਣ ਲੱਗਿਆ ਇੱਕ ਹੰਸ ਮਾਰ ਲਓ, ਬੱਚੇ ਸੀ ਅਤੇ ਉਹ ਮਾਰ ਲਿਆ, ਟੇਸਟੀ ਲੱਗਿਆ। ਕਹਿੰਦਾ ਰੋਜ਼ ਇਹੀ ਬਣਾਇਆ ਕਰੋ,
ਸੌ ਦਿਨ ਦੇ ਅੰਦਰ ਬਣਾ ਦਿੱਤਾ। ਮਹਾਰਾਜ ਕਹਿੰਦੇ ਪਿਆਰਿਆ, ਜੇ ਕਿਸੇ ਦਾ ਗਲ ਵੱਢੇਗਾ ਤੈਨੂੰ ਵੀ ਵਢਾਉਣਾ ਪੈਣਾ, ਪਹਿਲਾਂ ਦੂਜੇ ਦਾ ਮਾਸ ਖਾ ਫਿਰ ਖਿਲਾਉਣ ਵਾਸਤੇ ਤੈਨੂੰ ਵੀ ਆਉਣਾ ਪੈਣਾ। ਕਬੀਰ ਖੂਬ ਖਾਣਾ ਖਿਚੜੀ ਜਾਵੇ ਅੰਮ੍ਰਿਤ ਲਾਉਣ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਸ਼ਿਕਾਰ ਖੇਲ ਕੇ ਕਹਿੰਦੇ ਉਹ ਰੋਟੀ ਬਣਾ ਕੇ ਖਾਣੀ ਫਿਰ ਆਪ ਵੀ ਮਰਨਾ ਪੈਂਦਾ। ਕਿਉਂ ਕਰਮ ਜਿਹੜਾ, ਕਰਮ ਦੀ ਥਿਉਰੀ ਬੜੀ ਜਟਿਲ ਹੈ। ਕੀਤਾ ਹੋਇਆ ਕਰਮ ਕਦੇ ਟਲਿਆ ਨਹੀਂ ਕਰਦਾ, ਭੋਗਣਾ ਹੀ ਪੈਂਦਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਸਿਧਾਂਤ ਜ਼ਬਰਦਸਤ ਹੈ ਕਰਮਾਂ ਦਾ, ਅਤੇ ਮਿਸਾਲਾਂ ਦੇ ਕੇ ਮਹਾਰਾਜ ਨੇ ਦੱਸਿਆ। ਰਾਜਾ ਜਨਵੇਜਾ ਦੇ ਮਤੀ ਵਰਜ ਬਿਆਸ ਪੜਾਇਆ, ਤਿੰਨ ਕਰ ਜੱਗ 18 ਕਾਏ ਕਿਰਤਨਾ ਚਲੇ ਚਲਾਇਆ। ਕਹਿੰਦੇ ਕਰਮ ਤਾਂ ਹਟਿਆ ਨਾ, 18 ਮਾਰ ਕੇ ਕੋਹੜੀ ਹੋ ਕੇ ਮਰਿਆ। ਇਸੇ ਤਰ੍ਹਾਂ ਬਹੁਤ ਮਿਸਾਲਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਕੱਤਕ ਕਰਮ ਕਮਾਵਣੇ, ਕੱਤਕ 'ਚ ਕਰਮ ਇਸ ਉਮਰ ਜੀਵਨ 'ਚ ਕਰਮ ਕਮਾਉਂਦਾ, ਆਪੇ ਹੀ ਭੋਗਦਾ, ਫਿਰ ਭੋਗਦਾ ਹੋਇਆ ਦੁਖੀ ਹੁੰਦਾ। ਮਹਾਰਾਜ ਕਹਿੰਦੇ ਦੁਖੀ ਕਿਉਂ ਹੁੰਦਾ, ਇਹ ਤੇਰੇ ਹੀ ਕੀਤੇ ਹੋਏ ਨੇ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀ ਜਾਇਆ ਵਰਜਨ। ਤਿੰਨ ਤਰ੍ਹਾਂ ਦੇ ਕਰਮ ਹੁੰਦੇ ਨੇ, ਇੱਕ ਕਿਰਿਆਮਾਨ ਜਿਹੜੇ ਅਸੀਂ ਹੁਣ ਕਰ ਰਹੇ ਹਾਂ, ਇਹਨਾਂ ਦਾ ਜਿਹੜਾ ਫਲ ਭੁਗਤ ਲਿਆ ਭੁਗਤ ਲਿਆ, ਅਤੇ ਜਿਹੜਾ ਬਕਾਇਆ ਬਚ ਗਿਆ ਉਹ ਅੱਗੇ ਜਾਂਦਾ, ਉਹਨੂੰ ਸੰਚਿਤ ਕਰਮ ਬਣ ਜਾਂਦਾ। ਹੋ ਕਨਵਰਟ ਹੋ ਕੇ ਸੰਚਿਤ ਕਹਿੰਦੇ ਨੇ, ਸਟੋਰ ਵਿੱਚ ਰੱਖਿਆ ਹੋਇਆ ਕਰਮ, ਸੁਰੱਖਿਅਤ। ਜਿਹਦੀ ਵਾਰੀ ਫਿਰ ਕਿਸੇ ਸਮੇਂ ਆਏਗੀ, ਉਸ ਵੇਲੇ ਉਹ ਭੋਗਿਆ ਜਾਂਦਾ। ਅਤੇ ਜਿਹੜਾ ਜਦੋਂ ਸੰਸਾਰ 'ਤੇ ਆਉਂਦਾ, ਉਸ ਵੇਲੇ ਉਹਦੇ ਨਾਲ ਜਿੰਨੇ ਕਰਮ ਉਹਨੇ ਭੋਗਣੇ ਨੇ ਨਾਲ ਲਾ ਦਿੱਤੇ ਜਾਂਦੇ ਨੇ, ਅਤੇ ਉਹਨਾਂ ਨੂੰ ਪਰਾਲਬਧ ਕਰਮ ਕਹਿੰਦੇ ਨੇ। ਪਰਾਲਬਧ ਬੋਲਿਆ ਜਾਂਦਾ ਆਮ ਤੌਰ 'ਤੇ, ਪਰਾਲਬਧ ਕਰਮ ਹੁੰਦੇ ਨੇ, ਇਹ ਹਰ ਬੰਦੇ ਨੂੰ ਭੋਗਣੇ ਪੈਂਦੇ ਨੇ। ਇਹਨਾਂ ਨੂੰ ਭੋਗੇ ਤੋਂ ਬਗੈਰ ਕੋਈ ਬਚ ਨਹੀਂ ਸਕਦਾ। ਤੂੰ ਕਹਿਣ ਲੱਗੇ ਕਿ ਰਾਜਨ ਦੇਖ ਲਿਆ ਤੈਂ, ਉਹ ਹੰਸ ਦੇ ਸਾਰੇ ਹੰਸ ਖਾ ਗਿਆ। ਉਹਦੇ ਬਾਅਦ ਉਹਦੇ ਪੇਰੈਂਟਸ ਆਏ, ਉਹ ਜਾਨਵਰ ਐਸਾ ਸੈਂਸਿਟਿਵ ਹੈ ਕਿ ਜੇ ਉਹਨੂੰ ਪਤਾ ਲੱਗ ਜਾਵੇ ਮੇਰੇ ਬੱਚੇ ਵਰਗੇ, ਉਹ ਵੀ ਪ੍ਰਾਣ ਦੇ ਦਿੰਦੇ ਨੇ, ਜੋੜਾ ਹੀ ਪ੍ਰਾਣ ਦੇ। ਇਹਦੇ ਮਹਿਲਾਂ ਦੇ ਉੱਪਰ ਘੁੰਮ ਘੁੰਮ ਕੇ ਬੇਹੋਸ਼ ਹੋ ਕੇ ਗਿਰ ਕੇ ਉਹ ਵੀ ਮਰ ਗਿਆ। ਕਹਿਣ ਲੱਗਿਆ ਮਹਾਰਾਜ ਜੀ ਇਹ ਤਾਂ ਠੀਕ ਹੈ, ਅਤੇ ਮੇਰੀਆਂ ਅੱਖਾਂ ਕਿਉਂ ਅੰਨੀਆਂ ਹੋ ਗਈਆਂ? ਕਹਿੰਦੇ ਉਹ ਵੀ ਤੈਂ ਕੁਛ ਕਰਿਆ ਹੋਇਆ। 104 ਜਨਮ ਦੇਖ ਕੀ ਇਹਦੇ ਤਾਂ ਬੱਚਿਆਂ ਨਾਲ ਖੇਡਦਾ, ਬੱਚੇ ਧਾਗਾ ਬੰਨ ਲੈਂਦੇ ਨੇ, ਟਿੱਡੇ ਅੱਕ ਦੇ ਉੱਤੇ ਹੁੰਦੇ ਨੇ ਹਰੇ ਟਿੱਡੇ, ਉਹ ਫੜ ਲੈਂਦੇ ਨੇ, ਉਹਨੂੰ ਐਵੇਂ ਹੀ ਉਡਾਈ ਜਾਣਗੇ। ਨਿਆਣਿਆਂ ਦਾ ਕੰਮ ਹੁੰਦਾ 4 ਸਾਲ 5 ਸਾਲ ਦੀ ਉਮਰ ਦਿਆਂ ਦਾ, ਇਹਨੇ ਟਿੱਡਾ ਫੜਿਆ, ਇਹਨੇ ਇਹ ਤਾਂ ਗੱਲ ਨਾ ਕਰੀ, ਸੂਲ ਤੋੜੀ, ਦੋਏ ਅੱਖਾਂ 'ਚ ਸਾਰ ਪਾਰ ਕੱਢ ਕੇ ਉੱਤੇ ਨੂੰ ਮਾਰਿਆ ਪਕਾ ਕੇ। ਉਹ ਜਿਹੜਾ ਟਿੱਡਾ ਸੀ ਤੜਫ ਤੜਫ ਕੇ ਜਾਨ ਦਿੱਤੀ। ਕਹਿੰਦੇ ਰਾਜਨ ਤੇਰੇ ਨੇਤਰ ਜਵਾਂਦਰੂ ਅੰਧ ਨੇ, ਕਿਉਂਕਿ 104 ਜਨਮ ਪਹਿਲਾਂ ਤਾਂ ਇਹ ਕਰਮ ਕਰਿਆ ਸੀ। ਪੁੱਤਰ ਤੇਰੇ ਮਾਰੇ ਗਏ ਤਾਂ 100 ਪੁੱਤਰ ਉਹਦਾ ਮਾਰਿਆ ਸੀ ਬਦਲਾ ਹੋ ਕੇ, ਹੁਣ 1300 ਪੁੱਤਰ ਮਰਿਆ। ਕਹਿਣ ਲੱਗਿਆ ਮਹਾਰਾਜ ਮੈਨੂੰ ਇੰਨੀ ਦੇਰ ਕਿਉਂ ਵੇਟ ਕਰਨਾ ਪਿਆ ਕਰਮ ਵਾਸਤੇ? ਉਹ ਕਹਿੰਦੇ ਤੇਰੇ ਪੁੰਨਾਂ ਦਾ ਚੱਕਰ ਚੱਲ ਰਿਹਾ ਸੀ, ਹੁਣ ਪੁੰਨ ਖਤਮ ਹੋਏ ਨੇ, ਅਨੀਤੀ ਕੀਤੀ ਹੈ ਤੇਰੇ ਪੁੱਤਰ ਨੇ, ਤਾਂ ਉਹਦਾ ਹੰਗਾਰਾ ਭਰਿਆ, ਉਹ ਪੁੰਨ ਗਲ ਗਏ ਤੇਰੇ, ਅਤੇ ਹੁਣ ਆ ਕੇ ਤੇਰੀ ਵਾਰੀ ਆਈ ਹੈ। ਸੋ ਇਸ ਤਰ੍ਹਾਂ ਕਰਮ ਆਦਮੀ ਨੂੰ ਭੋਗਣੇ ਪੈਂਦੇ ਨੇ, ਉਹਦੇ ਬੰਨੇ ਹੋਏ ਅਸੀਂ ਸੰਸਾਰ ਦੇ ਵਿੱਚ ਤੁਰੇ ਜਾ ਰਹੇ ਹਾਂ। ਇਸ ਕਰਕੇ ਇਹ ਜੰਮਣ ਮਰਨ ਦਾ ਜਿਹੜਾ ਚੱਕਰ ਹੈ ਬੜਾ ਖਤਰਨਾਕ ਹੈ, ਪਤਾ ਨਹੀਂ ਕਿਹੜੇ ਵੇਲੇ ਕਿਹੜੇ ਕਰਮ ਨੇ ਆਉਣਾ, ਅਤੇ ਫਿਰ ਅਸੀਂ ਔਖੇ ਹੋਣਾ, ਦੁਖੀ ਹੋਣਾ ਅਸੀਂ। ਅਨੇਕਾਂ ਮਿਸਾਲਾਂ ਗੁਰੂ ਘਰ ਦੇ ਅੰਦਰ ਇਤਿਹਾਸ 'ਚ ਆਉਂਦੀਆਂ ਨੇ, ਜਿੱਥੇ ਗੁਰੂ ਮਹਾਰਾਜ ਨੇ ਕਰਮਾਂ ਦਾ ਭੁਗਤਾਨ ਕੀਤਾ।
ਸੋ ਇਸ ਕਰਕੇ ਜਿਸਦੇ ਮਨ ਵਿੱਚ ਇਹ ਡਰ ਪੈ ਗਿਆ ਵੀ ਮੈਂ ਤਾਂ ਜੰਮਦਾ ਮਰਨਾ, ਮੈਨੂੰ ਫਿਰ ਸਰੀਰ ਛੱਡਣਾ ਪੈਣਾ, ਪਤਾ ਨਹੀਂ ਕਿਸੇ ਗਰੀਬ ਦੇ ਘਰ ਪੈਦਾ ਹੋ ਜਾ, ਕਿਹੋ ਜਿਹਾ ਹੋਵੇ, ਕਿਸੇ ਕੁੱਲੀ ਵਿੱਚ ਰਹਿਣ ਨੂੰ ਮਿਲ ਜਾਵੇ, ਹੁਣ ਤਾਂ ਮੈਂ ਵੱਡੇ ਵੱਡੇ ਮਹਿਲਾਂ 'ਚ ਰਹਿਣਾ। ਐਸੀ ਇੱਕ ਬਾਤ ਮੈਂ ਆਪ ਨੂੰ ਦੱਸਦਾ, 1958 ਦੀ, ਜਦ ਮੈਂ UP ਹੋਇਆ ਕਰਦਾ ਸੀ, ਉੱਥੇ ਬਦਾਈਓਂ ਇੱਕ ਮਾਸਟਰ ਸੀ, ਉਹਦੇ ਇੱਕ ਲੜਕਾ ਹੋਇਆ ਅਤੇ ਜਦੋਂ 4 ਸਾਲ ਦਾ ਹੋ ਗਿਆ, ਉਹ ਇਸ ਗੱਲ 'ਤੇ ਇਨਸਿਸਟ ਕਰਿਆ ਕਰੇ ਮੇਰਾ ਘਰ ਨਹੀਂ ਹੈ, ਮੇਰਾ ਘਰ ਤਾਂ ਫਲਾਣੇ ਥਾਂ। ਉਹ ਮਾਸਟਰ ਸੀਗਾ, ਸਕੂਲ ਲੈ ਜਾਣਾ, ਉੱਥੇ ਮਾਸਟਰਾਂ ਨੇ ਪੁੱਛਣ ਲੱਗ ਜਾਣਾ ਵੀ ਤੇਰਾ ਘਰ ਕਿੱਥੇ ਹੈ। ਉਹ 5 ਸਾਲ ਦਾ ਹੋ ਗਿਆ ਅਤੇ ਉਹ ਕਹਿਣ ਲੱਗੇ ਵੀ ਤੂੰ ਪਛਾਣ ਲਏਗਾ? ਕਹਿੰਦਾ ਹਾਂ ਪਛਾਣ ਲਊਗਾ, ਮੁਰਾਦਾਬਾਦ ਹੈ ਮੇਰਾ ਘਰ। ਮੁਰਾਦਾਬਾਦ ਆ ਗਏ ਅਤੇ ਕਹਿੰਦੇ ਹੁਣ, ਕਹਿੰਦਾ ਸਟੇਸ਼ਨ ਆ ਗਿਆ, ਹੁਣ ਮੇਰੇ ਪਿੱਛੇ ਲੱਗੋ, ਮੈਂ ਘਰ ਲੈ ਚੱਲਦਾ। ਉਹਦੇ ਪਿੱਛੇ ਲੱਗੇ, ਬੁੱਧ ਬਾਜ਼ਾਰ ਹੈ ਵਿਚਾਲੇ ਉਹਦਾ ਮੁਰਾਦਾਬਾਦ ਦਾ, ਉਸ ਬਾਜ਼ਾਰ 'ਤੇ ਹੀ ਜਾਂਦਾ 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 ਇੱਕ ਸੀਤਾ ਮਸ਼ੀਨਰੀ ਸਟੋਰ ਆ ਗਿਆ, ਸੀਤਾ ਰਾਮ ਦਾ। ਕਹਿੰਦਾ ਮੈਂ ਆਪਣੇ ਮਿੱਤਰ ਨੂੰ ਮਿਲਿਆ ਵਾਂ, ਸਾਰੇ ਉੱਥੇ ਖੜ੍ਹੇ ਕਰਤੇ, 100-200 ਬੰਦਾ ਇਕੱਠਾ ਹੋ ਗਿਆ, ਉੱਥੇ ਜਾ ਕੇ ਹੱਥ ਮਿਲਾਉਂਦਾ 5 ਸਾਲ ਦਾ ਮਿੱਤਰ, ਆਪਣਾ ਨਾਂ ਦੱਸਦਾ ਜੀ ਮੈਂ ਮੋਹਨ ਲਾਲ ਹਾਂ। ਉਹ ਹੈਰਾਨ ਹੁੰਦਾ, ਕਹਿੰਦਾ ਆਪਾਂ ਨਹਾਉਣ ਨਹੀਂ ਸੀ ਗਏ ਗੰਗਾ, ਕਿਸ਼ਤੀ 'ਚ ਆਪਾਂ ਬੈਠੇ ਸੀ ਜਦ ਆਏ ਹੋਇਆ? ਉਹ ਕਹਿੰਦਾ ਹਾਂ। ਉਹ ਵੀ ਹੈਰਾਨ ਹੋ ਗਿਆ, ਕਹਿਣ ਲੱਗਾ ਮੋਹਨ ਲਾਲ ਤੂੰ? ਕਹਿੰਦਾ ਮੈਂ ਉੱਥੇ ਪੈਦਾ ਹੋ ਗਿਆ ਜਾ ਕੇ। ਉਹਦੇ ਬਾਅਦ ਘਰ ਆ ਗਿਆ, ਘਰ ਆ ਕੇ ਸਭ ਤੋਂ ਪਹਿਲਾਂ ਡਾਂਟ ਆਪਣੇ ਘਰ ਵਾਲੀ ਨੂੰ ਪਾਈ ਜੋ ਬਿਰਧ ਸੀ। ਕਹਿਣ ਲੱਗਾ ਮੇਰੇ ਜਿੱਥੇ ਪੂਜਾ ਦਾ ਸਥਾਨ ਹੈ ਉੱਥੇ ਤੂੰ ਝਾੜਦੀ ਹੁੰਦੀ ਹੈ, ਮੈਂ ਦੇਖ ਕੇ ਆਉਣਾ। ਉੱਪਰ ਗਿਆ, ਉੱਥੇ ਗਰਦ ਪਈ, ਆ ਕੇ ਲੱਗ ਗਿਆ ਲੜਨ ਨੂੰ ਵੀ ਤੈਨੂੰ ਮੈਂ ਕਹਿ ਕੇ ਗਿਆ ਸੀਗਾ। ਨੋਹਾਂ ਨੂੰ ਕਹਿਣ ਲੱਗਿਆ ਪਰਦਾ ਕਰੋ। ਇਹ ਹਾਲ ਗੱਲ ਸ਼ਹਿਰ ਦੇ ਵਿੱਚ ਫੈਲ ਗਈ ਅਤੇ ਦੂਜੇ ਦਿਨ ਟਾਊਨ ਹਾਲ ਦੇ ਵਿੱਚ ਉਸ ਨੂੰ ਬੱਚੇ ਨੂੰ ਲਿਆਂਦਾ, ਸਾਰੀਆਂ ਗੱਲਾਂ ਪੁੱਛੀਆਂ। ਅਖੀਰ ਉਹ ਕਹਿਣ ਲੱਗਿਆ ਵੀ ਮੈਂ ਜਿਹੜਾ ਮੇਰੇ ਕੋਲਡ ਡਰਿੰਕਸ ਦਾ ਨੁਸਖਾ ਸੀ ਉਹ ਲੱਭ ਗਿਆ, ਬੱਚਿਆਂ ਨੂੰ ਪੁੱਛਿਆ, ਉਹ ਕਹਿੰਦੇ ਨਹੀਂ ਸਾਨੂੰ ਨਹੀਂ ਲੱਭਿਆ। ਕਹਿੰਦਾ ਮੇਰੇ ਟੇਬਲ ਦੇ ਦਰਾਜ ਵਿੱਚ ਪਿਆ। ਉਹ ਖੋਲ੍ਹਿਆ, ਖੋਲ੍ਹ ਕੇ ਕਾਗਜ਼ਾਂ 'ਚੋਂ ਕੱਢ ਕੇ ਫੜਾਤਾ, ਕਹਿੰਦਾ ਆਹ ਨੁਸਖਾ। ਹੁਣ ਕਹਿਣ ਲੱਗਿਆ ਮੇਰਾ ਤਾਂ ਘਰ ਇਹ ਆ, ਮੈਂ ਕਿਉਂ ਜਾਵਾਂ ਝੌਂਪੜੀ? ਉੱਥੇ ਉਹਨੇ ਬਾਹਰ ਜਾਇਦਾਦ ਬਣਾਈ ਹੋਈ, ਕਿੰਨੇ ਮਕਾਨ, ਕਿੱਡੀ ਦੁਕਾਨ, ਕਿੱਡਾ ਕੰਮ ਚੱਲੇ। ਮੁੰਡੇ ਕਹਿੰਦੇ ਅਸੀਂ ਇਹ ਜਵਾਕ ਨੂੰ ਕਿਉਂ ਰੱਖੀਏ, ਸਾਡਾ ਤਾਂ ਹੈ ਹੀ ਨਹੀਂ ਹੈ। ਉਸੇਟਾ ਖੜਾ ਹੋ ਗਿਆ। ਅਖੀਰ ਫਿਰ ਵਿੱਚ ਬਚਾ ਕਰਕੇ ਮਾਸਟਰ ਜੀ ਨੂੰ ਕਿਹਾ ਵੀ ਮਾਸਟਰ ਜੀ ਤੁਸੀਂ ਇਹਨੂੰ ਲੈ ਜਾਓ, ਸੰਬੰਧ ਦੁਨੀਆ ਦੇ ਨਾਲ ਇੱਕ ਜਨਮ ਦਾ ਹੀ ਹੋਇਆ ਕਰਦਾ, ਦੂਸਰੇ ਜਨਮ 'ਚ ਜੇ ਉੱਥੇ ਆ ਕੇ ਕਹੇ ਮੇਰਾ ਘਰ ਹੈ, ਮੇਰੇ ਬੱਚੇ ਨੇ, ਕੋਈ ਨਹੀਂ ਮੰਨਦਾ ਇਸ ਗੱਲ ਨੂੰ। ਸੋ ਇਹ ਚੀਜ਼ਾਂ ਆਮ ਹੁੰਦੀਆਂ ਨੇ। ਸੋ ਇਹ ਤੋਂ ਜੇ ਡਰ ਲੱਗਦਾ ਆਦਮੀ ਨੂੰ, ਫਿਰ ਉਹ ਰੂਹਾਨੀ ਰਸਤੇ 'ਤੇ ਤੁਰਦਾ ਵੀ ਮੈਂ ਕੋਈ ਐਸਾ ਰਸਤਾ ਅਖਤਿਆਰ ਕਰਾਂ ਕਿ ਮੇਰਾ ਜਨਮ ਮਰਨ ਖਤਮ ਹੋ ਜਾਵੇ। ਜਨਮ ਮਰਨ ਜਿੰਨੀ ਦੇਰ ਤੱਕ ਗਿਆਨ ਨਹੀਂ ਹੁੰਦਾ ਉਨੀ ਦੇਰ ਤੱਕ ਜਨਮ ਮਰਨ ਨਹੀਂ ਖਤਮ ਹੋਇਆ ਕਰਦਾ। ਗਿਆਨ ਜਿਹੜਾ ਉਹ ਗੁਰੂ ਤੋਂ ਬਗੈਰ ਨਹੀਂ ਹੋਇਆ ਕਰਨਾ। ਸਮਰੱਥ ਗੁਰੂ ਗਿਆਨ ਕਰਨ ਨੂੰ ਸਮਰੱਥ ਹੈ, ਹੋਰ ਕੋਈ ਕਰਾ ਨਹੀਂ ਸਕਦਾ ਐਸਾ ਫਰਮਾਨ। ਬਿਨਾਂ ਗੁਰਾਂ ਤੋਂ ਮੁਕਤ ਨਾ ਵੀ ਹੋਵੇ ਉਹ ਬਰਮੇਦਾਰ ਦੇ ਨੂੰ, ਗੁਰਾਂ ਤੋਂ ਮੁਕਤ ਨਾ
ਪੁੱਛੋ ਵਰਮੇ ਨਾਰ ਦੇ ਵੇਦ ਵਿਆਸਾ ਕੋਈ ਪੁੱਛੋ। ਮਿਸਾਲਾਂ ਦਿੱਤੀਆਂ ਨੇ ਵੱਡੇ ਵੱਡੇ ਜਿਹੜੇ ਪੁਰਸ਼ ਹੋ ਚੁੱਕੇ ਨੇ ਜਿਹਨਾਂ ਨੂੰ ਸੰਸਾਰ ਬਣਦਾ ਸੀ, ਨਹੀਂ ਪਤਾ ਲੱਗਿਆ ਕਰਦਾ ਅਗਿਆਨ ਦੇ ਅੰਦਰ ਆਦਮੀ ਜਿੰਨੀ ਦੇਰ ਤੱਕ ਇਹ ਨਹੀਂ ਜਾਣਦਾ ਕਿ ਮੈਂ ਕੌਣ ਆ, ਨਿਸ਼ਚੇ ਪੂਰਵਕ ਪਹੁੰਚਦਾ ਨਹੀਂ ਉੱਥੇ, ਉਨੀ ਦੇਰ ਤੱਕ ਇਹਦੇ ਕਰਮੇ ਨੂੰ ਲੱਗਣਿਆ ਕਿਉਂਕਿ ਹਉਮੈ ਦੇ ਸਫੀਅਰ 'ਚ ਚੱਲ ਰਿਹਾ, ਮਾਇਆ ਦੇ ਮੰਡਲ 'ਚ ਸਫ਼ਰ ਕਰ ਰਿਹਾ, ਇਹਨੇ ਜੰਮਣਾ ਮਰਨਾ, ਜੰਮਣਾ ਮਰਨਾ, ਵਿਆਹ ਜਾ ਬੀਜੂਗਾ ਜਿਹਾ ਬੀਜਾ ਸੋ ਲਾਉਣਾ, ਕਰਮਾਂ ਸੰਦਰਾ ਖੇਤ। ਇਹਦੇ ਵਾਸਤੇ ਮਹਾਰਾਜ ਕਹਿੰਦੇ ਪਿਆਰਿਆ ਇਹ ਕੰਮ ਦਾ ਇਹ ਜਿਹੜਾ ਹੈ ਨਾ ਸਬਜੈਕਟ, ਇਹਦੀ ਕੁੰਜੀ ਗੁਰੂ ਕੋਲ ਹੈ, ਹੋਰ ਕਿਸੇ ਕੋਲ ਹੈ ਨਹੀਂ, ਅਤੇ ਨਹੀਂ ਖੁੱਲ੍ਹਿਆ ਕਰਦਾ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ, ਅਣਕ ਪਾਪ ਕਰੇ ਨਹੀਂ ਪਾਵੈ ਬਿਨ ਸਤਿਗੁਰ ਸ਼ਰਨਾਈ। ਜਿੰਨਾ ਚਿਰ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦਾ ਉੰਨੀ ਦੇਰ ਤੱਕ ਨਹੀਂ ਪਤਾ ਲੱਗਦਾ ਤਨ ਪਿਰਕਾ ਇੱਕ ਹੀ ਸੰਗ ਬਾਸਾ ਵਿੱਚ ਹਉਮੈ ਪੀਤ ਕਰਾਰੀ, ਗੁਰਪੂਰੇ ਹਉਮੈ ਪੀਤ ਤੋਰੀ ਜਾਂ ਨਾਨਕ ਮਿਲੇ ਬਨਵਾਰੀ। ਪੂਰਾ ਗੁਰੂ ਹਉਮੈ ਦੀ ਕੰਧ ਤੋੜਨ ਨੂੰ ਸਮਰੱਥ ਹੁੰਦਾ ਰੱਬ ਨੂੰ ਮਿਲਾ ਦਿੰਦਾ, ਜਦ ਰੱਬ ਨੂੰ ਮਿਲਿਆ ਤਾਂ ਇਹ ਰੱਬ ਰੂਪ ਹੋ ਜਾਂਦਾ। ਬਿਰਤੀ ਹੈ ਜਿਹੇ ਜਿਹੇ ਥਾਂ ਜਿਸ ਚੀਜ਼ ਨਾਲ ਮਿਲਦੀ ਹੈ, ਕਬੀਰ ਮਨ ਪੰਛੀ ਪਿਆ ਉਡੇ ਚੌ ਦਿਸ ਜਾਏ, ਜਿੱਥੇ ਜਿੱਥੇ ਉੱਡਦਾ ਜਿਹੇ ਜਿਹੇ ਥਾਂ ਜਾਂਦਾ ਉਹ ਅਜਾ ਫਾਲੇ ਖਾਈ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਜਦ ਤੱਕ ਗੁਰੂ ਸਮਰੱਥ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਗੁਰੂ ਦਾ ਰਸਤਾ ਨਹੀਂ ਦੱਸਿਆ ਹੋਇਆ ਅਖਤਿਆਰ ਕਰਦਾ, ਉੰਨੀ ਦੇਰ ਤੱਕ ਇਹਦੀ ਮੁਕਤੀ ਨਹੀਂ ਹੋਇਆ ਕਰਦੀ। ਇਹ ਜੰਮਦਾ ਮਰਦਾ, ਜੰਮਦਾ ਮਰਦਾ, ਕਦੇ ਗਰੀਬ ਕਦੇ ਅਮੀਰ, ਕਦੇ ਗਰੀਬ ਕਦੇ ਅਮੀਰ। ਇਹਦੇ ਵਾਸਤੇ ਕੀ ਹੈ ਸਿਖਾਲਾ ਤਰੀਕਾ? ਇਹ ਹੈ ਕਿ ਪਰਮੇਸ਼ੁਰ ਦੀ ਭਗਤੀ ਕੀਤੀ ਜਾ। ਪਹਿਲੇ ਜ਼ਮਾਨਿਆਂ ਦੇ ਅੰਦਰ ਤਪ ਕੀਤਾ ਜਾਇਆ ਕਰਦਾ ਸੀ,
ਉਹਨੂੰ ਜ਼ੋਹਦ ਕਹਿੰਦੇ ਸੀ ਬਾਬਾ ਫਰੀਦ ਜੀ, ਜਿਹਨਾਂ ਦੀ ਬਾਣੀ ਪੂਰੇ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਹੈ। ਆਪਦਾ ਜੋ ਜੀਵਨ ਹੈ ਬੜਾ ਵਿਚਿੱਤਰ ਹੈ, ਛੋਟੀ ਉਮਰ ਦੇ ਵਿੱਚ ਮਾਤਾ ਨੇ ਬੰਦਗੀ ਕਰਨ ਲਾ ਦਿੱਤਾ। ਮਾਤਾ ਦੀ ਜਿਹੜੀ ਸ਼ਖਸੀਅਤ ਸੀ ਉਹ ਤੋਂ ਪ੍ਰਭਾਵਿਤ ਹੋਇਆ, ਬੰਦਗੀ ਵਾਲੀ ਸੀ, ਮਰੀਅਮ ਨਾਉਂ ਸੀ ਉਸਦਾ, ਬੰਦਗੀ ਕਰਨ ਲੱਗ ਗਿਆ ਛੋਟੀ ਉਮਰ 'ਚ। ਮਾਲਾ ਫੇਰਦਾ ਸੀ ਲੇਕਿਨ ਆਪੇ ਨਾਮ ਜਪਦਾ ਸੀ, ਕੋਈ ਮੁਰਸ਼ਦ ਨਹੀਂ ਸੀ ਮਿਲਿਆ। ਫਰਕ ਇਹ ਹੁੰਦਾ ਕਿ ਆਪੇ ਨਾਮ ਜਪਣ ਨਾਲ ਰਾਮ ਰਾਮ ਸਭ ਕੋ ਕਹੇ ਕਾਇਆ ਰਾਮ ਨਾ ਹੋਏ, ਗੁਰਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਨਗੁਰਾ 100 ਸਾਲ ਦੀ ਭਗਤੀ ਕਰੇ ਗੁਰੂ ਵਾਲਾ ਇੱਕ ਘੜੀ ਦੀ, ਇਹਦੀ ਬਹੁਤੀ ਮਹੱਤਤਾ ਹੋਇਆ ਕਰਦੀ। ਸੋ ਮਾਤਾ ਨੇ ਲਾ ਦਿੱਤਾ, ਇਹਦੇ ਅੰਦਰ ਲਗਨ ਲੱਗ। 18 ਸਾਲ ਦਾ ਜਦ ਹੋਇਆ ਪੜ੍ਹਾ ਦਿੱਤਾ, 5 ਸਾਲ ਦੇ ਇਹਦੇ ਕੁਰਾਨ ਸ਼ਰੀਫ ਯਾਦ ਸੀ। ਫਿਰ ਬਾਅਦ 'ਚ ਬੜੇ ਪੀਰਾਂ ਫਕੀਰਾਂ ਨੂੰ ਮਿਲਿਆ। 18 ਸਾਲ ਦੇ ਨੂੰ ਮਾਤਾ ਨੇ ਬੁਲਾਇਆ, ਕਹਿਣ ਲੱਗੇ ਫਰੀਦਾ ਜਿਸ ਮੰਜ਼ਿਲ 'ਤੇ ਪਹੁੰਚਣਾ ਤਾਂ ਉਹ ਬੜੀ ਦੂਰ ਹੈ, ਤੂੰ ਜਾ ਜਾ ਕੇ ਜ਼ੋਹਦ ਕਰ, ਤਪ ਕਰ ਜਾ ਕੇ, ਅਤੇ ਉਹ ਖੋਜ ਜਿਹੜਾ ਅੱਲਾ ਤਾਲਾ ਹੈ ਉਹਨੂੰ ਤਾਂ ਮਿਲਣਾ, ਜਦ ਤੱਕ ਨਹੀਂ ਮਿਲਣਾ ਤੇਰਾ ਜੰਮਣ ਮਰਨ ਦਾ ਚੱਕਰ ਨਹੀਂ ਕੱਟਿਆ ਜਾਣਾ। ਉਹਦੇ ਦਰਸ਼ਨ ਕਰਨ ਵਾਸਤੇ ਸਰੀਰ ਮਿਲਿਆ, ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ। ਬਾਕੀ ਜਿਹੜੇ ਆਲ ਅਦਰ ਵਰਸ ਆਰ ਵਰਥਲੈਸ, ਕਿਸੇ ਕੰਮ ਨਹੀਂ ਹੈ, ਇੱਥੇ ਛੱਡ ਜਾਣੇ ਨੇ। ਜੇ ਤਾਂ ਇਹਨਾਂ ਦੀ ਮਦਦ ਕਰਕੇ ਠੀਕ ਹੈ, ਮਹਾਰਾਜ ਨੇ ਕੰਮ ਤੋਂ ਨਹੀਂ ਸਾਨੂੰ ਹਟਾਇਆ, ਮਹਾਰਾਜ ਕਹਿੰਦੇ ਕੰਮ ਕਰ ਜੀ ਭਰ ਕੇ, ਲੇਕਿਨ ਮਾਇਆ ਕਮਾ ਜਿੰਨੀ ਤੇਰਾ ਜੀ ਕਰਦਾ, ਬਟ ਡੋਂਟ ਡਰਾਊਨ ਇਨ ਮਾਇਆ, ਡੁੱਬ ਨਾ ਉਹਦੇ ਵਿੱਚ। ਅਸਲੀ ਕੰਮ ਜਿਹੜਾ ਤੇਰਾ ਪਰਮੇਸ਼ੁਰ ਦਾ ਭਜਨ ਕਰਨਾ, ਉਹ ਮਾਇਆ ਵਾਲਾ ਸੈਕਿੰਡ ਕੈਟੇਗਰੀ ਦਾ, ਫਸਟ ਕੈਟੇਗਰੀ ਤਾਂ ਨਹੀਂ ਹੈ। ਫਸਟ ਕੈਟੇਗਰੀ ਹੈ ਤੇਰੀ ਪਰਮੇਸ਼ੁਰ ਨੂੰ ਮਿਲਣਾ। ਸੋ ਇਸ ਤਰ੍ਹਾਂ ਲਗਨ ਲਾ ਕੇ ਉਹਨੂੰ ਕਿਹਾ, ਜਾ ਤੂੰ ਤਪ ਕਰ। 3 ਗੱਲਾਂ ਕਹੀਆਂ ਫਰੀਦਾ, 3 ਗੱਲਾਂ ਮੇਰੀਆਂ ਯਾਦ ਰੱਖੀ। 1 ਤਾਂ ਤੂੰ ਕਿਲੇ ਵਿੱਚ ਰਹੀ, 2 36 ਪ੍ਰਕਾਰ ਦੇ ਭੋਜਨ ਖਾਈ, 3 ਰੇਸ਼ਮੀ ਗਦੈਲਿਆਂ 'ਤੇ ਸੋਏ। ਹੈਰਾਨ ਹੋ ਗਿਆ ਕਿ ਮਾਤਾ ਮੈਨੂੰ ਜੰਗਲਾਂ 'ਚ ਭੇਜ ਰਹੀ ਹੈ ਅਤੇ ਉੱਥੇ ਤਾਂ ਰੋਟੀ ਮਿਲੂ ਕਿ ਨਹੀਂ, 36 ਪ੍ਰਕਾਰ ਦੇ ਕੌਣ ਲਿਆਓ ਮੈਨੂੰ ਭੋਜਨ, ਜੰਗਲਾਂ 'ਚ ਕਿਲੇ ਕਿਹਨੇ ਬਣਾਏ ਨੇ, ਮੈਂ ਕਿਹੜੇ ਕਿਲੇ 'ਚ ਰਹੂੰ, ਅਤੇ ਮੈਂ ਰੇਸ਼ਮ ਦੇ ਵਸਤਰ ਕਿੱਥੇ ਪਹਿਨੂੰਗਾ, ਗਦੈਲੇ ਕਿੱਥੋਂ ਮਿਲਣਗੇ ਮੈਨੂੰ ਪਹਿਣ ਵਾਸਤੇ। ਕਹਿੰਦੀ ਫਰੀਦਾ, ਇਹ ਮੈਂ ਰਮਜ਼ ਦੀ ਬਾਤ ਕਰੀ ਹੈ, ਜਿਹੜੇ ਲੋਕਾਂ ਨਾਲ ਤੇਰਾ ਵਾਹ ਪੈਣਾ ਉਹ ਰਮਜ਼ ਦੀ ਗੱਲ ਕਰਨਗੇ, ਸਿੱਧੀ ਉਹਨਾਂ ਨੇ ਗੱਲ ਖੋਲ੍ਹ ਕੇ ਨਹੀਂ ਕਰਨੀ। ਹੁਣ ਜੀ ਖੁਦਾਏ ਦੇ ਭੇਤ ਨਾ ਕਿਸੇ ਦੇਣ, ਉਹਨਾਂ ਨੇ ਰਮਜ਼ ਮਾਰਨੀ ਹੈ, ਸਮਝ ਲਈ ਨਹੀਂ ਫਿਰ ਗਿਆ ਹੈ ਕੰਮ। ਉਸ ਵੇਲੇ ਬਾਬਾ ਫਰੀਦ ਜੰਗਲਾਂ 'ਚ ਚਲਿਆ ਗਿਆ। ਆਮ ਹੀ ਉਹਨਾਂ ਦਿਨਾਂ 'ਚ ਜੰਗਲਾਂ ਵਿੱਚ ਜਾਂਦੇ ਸੀ, ਉੱਥੇ ਜਾ ਕੇ ਬੜੀ ਭਾਰੀ ਉਹਨੇ 12 ਸਾਲ ਤਪੱਸਿਆ ਕੀਤੀ, ਖੜ ਖੜ ਕੇ ਕਰਦਾ, ਸਾਰੀ ਰਾਤ ਖੜਾ ਰਹਿੰਦਾ, ਕਦੇ ਭੁੱਖਾ ਰਹਿੰਦਾ, ਅਨੇਕਾਂ ਕਿਸਮ ਦੇ ਤਪ ਦੇ ਸਾਧਨ ਕਰ ਰਿਹਾ। 2 ਹੁੰਦੇ ਨੇ ਸਾਧ ਸਿੰਘ ਜੀ, ਇੱਕ ਨੂੰ ਤਪੱਸਿਆ ਕਹਿੰਦੇ ਨੇ, ਤਪੱਸਿਆ ਨੂੰ ਜ਼ੋਹਦ ਆਖਿਆ ਜਾਂਦਾ, ਇੱਕ ਹੋਇਆ ਕਰਦੀ ਹੈ ਰਿਆਜ਼ਤ, ਰਿਆਜ਼ਤ ਨੂੰ ਅਸੀਂ ਭਗਤੀ ਕਹਿੰਦੇ ਹਾਂ। ਭਗਤੀ 2 ਤੋਂ ਸ਼ੁਰੂ ਹੋਇਆ ਕਰਦੀ ਹੈ,
ਇੱਕ ਵਿੱਚ ਜਾ ਕੇ ਖਤਮ ਹੋਇਆ ਕਰਦੀ। ਤਪ ਜਿਹੜਾ ਇਹ ਕਿਸੇ ਕਿਨਾਰੇ ਨਹੀਂ ਬਚਾਇਆ ਕਰਦਾ, ਇਹਦੇ ਵਿੱਚ ਸ਼ਕਤੀਆਂ ਤਾਂ ਆ ਜਾਂਦੀਆਂ ਨੇ ਲੇਕਿਨ ਕ੍ਰੋਧ ਬਹੁਤ ਵੱਧ ਜਾਂਦਾ। ਗਿਆਨ ਨਹੀਂ ਹੋਇਆ ਕਰਦਾ ਤਪ ਨਾਲ, ਕਿਸੇ ਨੂੰ ਵੀ ਕਦੇ ਹੋਇਆ ਨਹੀਂ। ਗਿਆਨ ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਜਾ ਕੇ ਹੁੰਦਾ, ਉਹ ਨਹੀਂ ਹੋਇਆ ਕਰਦਾ। ਸੋ ਫਰੀਦ ਮਾਤਾ ਦੇ ਆਦੇਸ਼ ਦੇ ਅਨੁਸਾਰ ਤਪ ਕਰਦਾ ਰਿਹਾ। 12 ਸਾਲ ਲੰਘ, ਕਦੇ ਖੜ ਕੇ ਸਾਰੀ ਰਾਤ ਖੜ੍ਹਾ ਰਹਿੰਦਾ, ਕਦੇ ਭੁੱਖਾ ਰਹਿੰਦਾ। ਅਖੀਰ ਮਾਇਆ ਦੇ ਮਾਤਾ ਦੇ ਕੋਲ ਆਉਂਦਾ, ਮਾਤਾ ਨੇ ਗੱਲਬਾਤ ਸੁਣੀ, ਪਤਾ ਲੱਗਿਆ ਮਾਤਾ ਨੂੰ ਵੀ ਇਹਦੇ ਵਿੱਚ ਰਿੱਧੀ ਸਿੱਧੀ ਥੋੜ੍ਹੀ ਜਿਹੀ ਆ ਗਈ ਹੈ। ਕਹਿਣ ਲੱਗੀ, ਫਰੀਦਾ ਇਹ ਤਾਂ ਕੁਛ ਵੀ ਨਹੀਂ ਬਣਿਆ ਤੇਰਾ, ਚਿੜੀਆਂ ਨੂੰ ਮਾਰ ਦੇਣਾ, ਜਿਉਂਦਾ ਕਰ ਦੇਣਾ, ਇਹ ਤਾਂ ਮੂਲੀ ਗੱਲਾਂ ਹੋਇਆ ਕਰਦੀਆਂ, ਰੱਬ ਦੀ ਬਾਤ ਨਹੀਂ ਹੈ, ਇਹ ਤਾਂ ਰੱਬ ਤੋਂ ਬੜੀ ਦੂਰ ਮਾਇਆ ਦੇ ਮੰਡਲ ਦੀਆਂ ਬਾਤਾਂ ਨੇ, ਜਾ ਕੇ ਫਿਰ ਜਾ ਕੇ ਜ਼ੋਰ ਕਰ। ਉਸ ਵੇਲੇ 12 ਸਾਲ ਬਾਅਦ ਫਿਰ ਮੁੜਿਆ ਆਉਂਦਾ ਅਤੇ ਉਹਨਾਂ ਦਿਨਾਂ 'ਚ ਇੰਨਾ ਤਪ ਕਰਿਆ ਉਸਨੇ ਕਿ ਸਰੀਰ ਸੁਕਾ ਲਿਆ। ਅਤੇ ਉਹਨਾਂ ਦਿਨਾਂ ਬਾਰੇ ਹੀ ਆਪ ਦੱਸਦੇ ਹੋਏ ਇਸ ਤਰ੍ਹਾਂ ਦੇ ਸ਼ਬਦ ਉਚਾਰਨ ਕਰਦੇ ਨੇ, ਬੜੋ ਪਿਆਰਾ। ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਬੋਲਿਆ। Thank you.
ਕਹਿਣ ਲੱਗਾ ਸਰੀਰ ਸੁੱਕ ਗਿਆ, ਓਡਾ ਜਵਾਨ ਨਹੀਂ ਰਿਹਾ ਜਿੰਨਾ ਮੈਂ ਜਵਾਨ ਸੀ, ਇੱਕ ਹੱਡੀਆਂ ਦਾ ਢਾਂਚਾ ਰਹਿ ਗਿਆ, ਰੰਗ ਮੇਰਾ ਕਾਲਾ ਹੋ ਗਿਆ, ਅਤੇ ਅਜੇ ਤੱਕ ਵੀ ਖੁਦਾਵੰਦ ਤਾਲਾ ਨਹੀਂ ਵੋੜਿਆ, ਅਜੇ ਤੱਕ ਰੱਬ ਨਹੀਂ ਮੇਰੇ 'ਤੇ ਤਰਸ ਨਹੀਂ ਕੀਤਾ ਰੱਬ ਨੇ, ਅਤੇ ਮੈਨੂੰ ਦਰਸ਼ਨ ਨਹੀਂ ਦਿੱਤੇ। ਪੁੱਛਦਾ ਫਿਰਦਾ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਕਹਿ ਲੱਗੀ ਫਰੀਦਾ ਜਿਵੇਂ ਤੈਨੂੰ ਪਿਆਰ ਲੱਗਿਆ ਆਪਣੇ ਪਿਆਰੇ ਨਾਲ, ਮੈਨੂੰ ਵੀ ਆਪਣੇ ਪਿਆਰੇ ਨਾਲ ਪਿਆਰ ਹੈ, ਪਰ ਅਸੀਂ ਇਕੱਠੇ ਨਹੀਂ ਹੋ ਸਕਦੇ। ਆਪਣੇ ਪ੍ਰੀਤਮ ਕਿਹੋ ਬਿਰੋਂ ਜਾਲੀ, ਮੈਂ ਉਹਦੀ ਯਾਦ ਦੇ ਵਿੱਚ ਮੇਰਾ ਰੰਗ ਕਾਲਾ ਹੋ ਗਿਆ, ਮੈਨੂੰ ਵਿਛੜ ਕੇ ਵਿਛੋੜੇ ਦੇ ਨਾਲ ਹੋਇਆ। ਅਤੇ ਐਸੇ ਬਹਿਣਾ 'ਚ ਪਿਆ ਹੋਇਆ ਹੋਰ ਜ਼ਿਆਦਾ ਸਖ਼ਤ ਤਪ ਕਰਨ ਲੱਗ ਗਿਆ, ਅਤੇ ਕਾਵਾਂ ਨੇ ਇਹਨੂੰ ਮੁਰਦਾ ਸਮਝ ਲਿਆ। ਅਤੇ ਇੱਥੇ ਤੱਕ ਦੇਖਦੇ ਹਾਂ ਕਿ ਕਾਕਾ ਕਰਕ ਡੋਲਿਆ, ਸਗਲਾ ਖਾਇਆ ਮਾਸ, ਮਾਸ ਖਾਣਾ ਸ਼ੁਰੂ ਕਰਤਾ, ਜਦੋਂ ਅੱਖ 'ਤੇ ਠੁੰਗ ਮਾਰਨ ਲੱਗੇ ਉਸ ਵੇਲੇ ਕੌਣ ਨੂੰ ਵਰਜਿਆ ਨੇ, ਉਹ ਕਾਕਾ ਇਹ ਦੋਨਾ ਜ਼ੋਹਦ ਦੀ ਹੱਦ ਹੋ ਗਈ ਆ।
ਤਪ ਹੋ ਗਿਆ ਬੇਅੰਤ, ਫਰੀਦ ਦਾ ਤਪ ਫੈਲਿਆ ਦੂਰ ਤੱਕ, ਬੜੇ ਬੜੇ ਸਾਧੂ ਉਸਦੇ ਤਪ ਨੂੰ ਦੇਖਣ ਵਾਸਤੇ ਆਉਂਦੇ ਨੇ। ਇੱਕ ਦਿਨ ਇੱਕ ਮਹਾਤਮਾ ਆਏ, ਉੱਥੇ ਆਏ ਤਾਂ ਉਹਨਾਂ ਨੂੰ ਸੀਟ ਆਫਰ ਕੀਤੀ, ਉਹਦੇ ਉੱਤੇ ਬੈਠ ਕੇ ਅਤੇ ਕਹਿਣ ਲੱਗੇ ਫਰੀਦਾ ਕਿੱਥੇ ਪਹੁੰਚ ਗਿਆ, ਤੇਰੀ ਸ਼ੋਹਰਤ ਬੜੀ ਸੁਣੀ ਗਈ ਹੈ, ਇਸਲਾਮ ਦੇ ਜਗਤ ਵਿੱਚ ਤੇਰਾ ਨਾਮ ਬੜਾ ਉੱਚਾ ਹੋ ਗਿਆ, ਅਤੇ ਵੱਡੇ ਵੱਡੇ ਪੀਰ ਤੇਰੇ ਜ਼ੋਹਦ ਨੂੰ ਦੇਖ ਕੇ ਮਾਤ ਪੈਂਦੇ ਜਾਂਦੇ ਨੇ। ਪਰ ਪਿਆਰਿਆ, ਮੈਂ ਇਹ ਪੁੱਛਣ ਵਾਸਤੇ ਤੇਰੇ ਕੋਲ ਆਇਆ, ਤੂੰ ਕਹਿਣ ਲੱਗਿਆ ਇਹ ਤਾਂ ਮੈਨੂੰ ਪਤਾ ਨਹੀਂ ਹੈ, ਇਹ ਇਸ਼ਾਰਾ ਕਰਦਾ। ਉਹ ਚੌਂਕੀ 'ਤੇ ਬੈਠਾ ਸੀ, 5 ਫੁੱਟ ਉੱਚੀ ਚੌਂਕੀ ਚਲੀ ਗਈ, ਦੇਖਦਾ ਰਿਹਾ ਉਹਨੇ ਚੌਂਕੀ 'ਤੇ ਹੱਥ ਮਾਰਿਆ, ਉਹ ਥੱਲੇ ਆ ਗਈ। ਕਹਿੰਦਾ ਫਰੀਦਾ, ਅਜੇ ਤਾਂ ਤੂੰ ਮਾਇਆ ਮੰਡਲ ਦੇ ਵਿੱਚ ਘੁੰਮ ਰਿਹਾ, ਰੂਹਾਨੀ ਮੰਡਲ 'ਚ ਤਾਂ ਪੈਰ ਹੀ ਨਹੀਂ ਰੱਖਿਆ, ਅਜੇ ਤਾਂ ਇੱਕ ਕਦਮ ਵੀ ਨਹੀਂ ਤੁਰਿਆ, ਅਤੇ ਮੈਂ ਤੈਨੂੰ ਸਲਾਹ ਦਿੰਦਾ, ਪੜ੍ਹੋ ਪਿਆਰ ਨਾਲ। ਪਿਆਰੇ ਜੰਗਲਾਂ ਦੇ ਵਿੱਚ ਕਰੂੰ
ਕਿੱਦੀ ਗਲਤ ਬਾਤ ਹੋ ਰਹੀ ਠੀਕ ਹੈ ਤੂੰ ਰੋਧ ਕਰ ਰਿਹਾ ਤਪ ਕਰ ਰਿਹਾ ਤਪ ਦੇ ਰਸਤੇ ਪੈ ਗਿਆ ਪਰ ਪਿਆਰਿਆਂ 'ਚ ਸਾਰੀ ਜ਼ਿੰਦਗੀ ਤਪ ਕਰੀ ਜਾ ਤਪ ਨਹੀਂ ਲੱਭਣਾ ਕਿਉਂਕਿ ਜਿੱਥੇ ਤੂੰ ਟੋਲਦਾ ਉੱਥੇ ਉਹ ਚੀਜ਼ ਹੈ ਨਹੀਂ ਉਹਦੀ ਤਲਾਸ਼ ਜਿੱਥੇ ਹੈ ਜਿੱਥੇ ਉਹ ਰਹਿੰਦੀ ਹੈ ਉਹਦੇ ਵਿੱਚ ਉਹਦੀ ਤਲਾਸ਼ ਕਰ ਕਹਿਣ ਲੱਗੇ ਤੇਰੇ ਅੰਦਰ ਖੁਦਾ ਵੱਸਦਾ ਪਰ ਉਹ ਖੁਦ ਹੀ ਨੇ ਟਕਿਆ ਹੋਇਆ ਜਦ ਤੱਕ ਖੁਦੀ ਦਾ ਨਾਸ਼ ਨਹੀਂ ਹੋਣਾ ਉਨੀ ਦੇਰ ਤੱਕ ਖੁਦਾ ਦੇ ਦਰਸ਼ਨ ਨਹੀਂ ਹੋਣੇ ਖੁਦੀ ਇੱਕ ਦੀਵਾਰ ਹੈ ਉਹ ਪ੍ਰਭੂ ਅੰਦਰ ਵੱਸਦੇ ਰੱਬ ਨੂੰ ਦਿਸਣ ਨਹੀਂ ਦਿਆ ਕਰਦੀ ਉਹ ਖੁਦੀ ਦੀ ਦੀਵਾਰ ਮੁਰਸ਼ਦੇ ਕਾਮਲ ਤੋਂ ਬਗੈਰ ਕੋਈ ਤੋੜ ਨਹੀਂ ਸਕਿਆ ਕਰਦਾ ਹਾਂ ਭੀਤ ਪਇਓ ਹੈ ਵਿੱਚੋ ਸੁੰਤ ਦੇਸ਼ ਨਿਕਲਾਇਓ ਪਾਂਬੀਰੀ ਕੇ ਪਾਤ ਪਾਰ ਦੋ ਬਿਨ ਭੇਖੇ ਦੁਰਾਇਓ ਉਹ ਹੈ ਬਹੁਤ ਪਤਲਾ ਪੜਦਾ ਤਨ ਬਿਰਕਾ ਹਿੱਕ ਹੀ ਸੰਗ ਬਾਸਾ ਵਿੱਚ ਹਉਮੈ ਪੀਤ ਕਰਾ ਗੁਰਪੂਰੇ ਹਉਮੈ ਪੀਤ ਤੋਰੀ ਉਹ ਕੰਧ ਗੁਰੂ ਪੂਰਾ ਤੋੜ ਸਕਦਾ ਮੁਰਸ਼ਦੇ ਕਾਮਲ ਦੀ ਛੰਨ ਵਿੱਚ ਜਾ ਉਹਦੇ ਉਹ ਤਾਂ ਸਿੱਖ ਵੀ ਮੈਂ ਖੁਦਾ ਦੇ ਰਸਤੇ 'ਤੇ ਚੱਲਣਾ ਕਿਹੜਾ ਰਸਤਾ ਹੈ ਮੈਨੂੰ ਉਸ ਰਸਤੇ ਪਾ ਉੱਥੇ ਜਾ ਕੇ ਆਪਣਾ ਤਨ ਮਨ ਦੇ ਫਿਰ ਫਰੀਦਾ ਤੈਨੂੰ ਰਾਹ ਮਿਲੇਗਾ ਇਹ ਤਾਂ ਰਿਧੀਆਂ ਸਿੱਧੀਆਂ ਦੇ ਰਾਹ ਤੂੰ ਪੈ ਗਿਆ ਸ਼ਕਤੀਆਂ ਦੇ ਰਾਹ 'ਚ ਪੈ ਗਿਆ ਇਹ ਤਾਂ ਭੁੱਲ ਗਿਆ ਤੂੰ ਬਹੁਤ ਕਿਰਾਏ ਪੈ ਗਿਆ ਤੂੰ ਇਸ ਗੱਲ ਨੂੰ ਵਿਸ਼ਵਾਸ ਵਿੱਚ ਲਿਆ ਤੇਰੇ ਅੰਦਰ ਹਰੀ ਦਾ ਵਾਸਾ ਪਰਦਾ ਹਉਮੈ ਵਾਲਾ ਪੈ ਗਿਆ ਅੰਦਰ ਹਰੀ ਦਾ ਪਰਦਾ ਹਉਮੈ ਵਾਲਾ ਪੈ ਗਿਆ Thank you.
ਪਏ ਪਰਮੇਸ਼ਰ ਇੱਕ ਥਾਂ ਵਸਦੇ ਹੋ, ਲੇਕਿਨ ਤੁਹਾਡੇ ਅੰਦਰ ਖੁਦੀ ਦੀ ਇੰਨੇ ਦੁਜੈਗੀ ਪਾ ਦਿੱਤੀ। ਇਹ ਪੜਦੇ ਨੂੰ ਤੋੜਨ ਵਾਸਤੇ ਕੋਈ ਦੁਨੀਆ ਦੀ ਸ਼ਕਤੀ, ਨਾ ਕੋਈ ਤਪ, ਨਾ ਕੋਈ ਪੜ੍ਹਨ ਕਿਤਾਬਾਂ, ਨਾ ਕੁਛ ਭਰਮਣਾ, ਕੋਈ ਵੀ ਸਮਰੱਥ। ਇਹਦਾ ਇਲਾਜ ਗੁਰੂ ਪੂਰੇ ਕੋਲ ਹੈ। ਗੁਰੂ ਪੂਰੇ ਕੋਲ ਨਾਮ ਹੋਇਆ ਕਰਦਾ, ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ। ਉਹ ਨਾਮ ਜਿਹੜਾ ਖੁਦੀ ਦਾ ਵਿਰੋਧੀ ਹੈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਏਕਤਾ। ਜਾਂ ਕਿਸੇ ਮੁਰਸ਼ਿਦ ਦੀ ਸ਼ਰਨ ਵਿੱਚ ਜਾ ਅਤੇ ਤਲਾਸ਼ ਕਰ, ਕਿਉਂ ਤੂੰ ਹੱਟ ਗਾਲ ਰਿਹਾ, ਕੀ ਲੋੜ ਹੈ ਇੰਨੀ ਤਕਲੀਫ ਸਹਿਣ ਦੀ, ਅਤੇ ਤੂੰ ਮੁਰਸ਼ਿਦ ਕਮਲ ਚ ਜਾ, ਦੇ ਪਾਸ ਜਾ, ਤੇਰੇ ਅੰਦਰ ਪਰਮੇਸ਼ਰ ਵੱਸਦਾ ਹੈ, ਉਹ ਤੈਨੂੰ ਜੁਗਤ ਦੱਸੇਗਾ, ਉਹਦੇ ਨਾਲ ਤੇਰਾ ਮਿਲਾਪ ਹੋਏਗਾ। ਸੋ ਉਸ ਵੇਲੇ ਫਰੀਦ ਨੇ ਇਰਾਦਾ ਬਣਾ ਲਿਆ, ਮੁਰਸ਼ਿਦ ਦੀ ਤਲਾਸ਼ ਸ਼ੁਰੂ ਹੋ ਗਈ। ਇਹ ਪਹਿਲੀ ਮੰਜ਼ਿਲ ਹੈ ਰੂਹਾਨੀਅਤ ਦੀ, ਜਿਹੜੀ 24 ਸਾਲ 'ਚ ਉਹਨੇ ਤੈਅ ਕਰੀ। ਇਹਦਾ ਨਾਂ ਹੈ ਵਾਦੀਏ ਤਲਾਸ਼, ਵਾਹਿਗੁਰੂ ਦੀ ਤਲਾਸ਼ ਕਰਨੀ। ਅਖੀਰ ਪਤਾ ਚੱਲ ਗਿਆ, ਉਸ ਵੇਲੇ ਮੁਰਸ਼ਿਦ ਦੀ ਤਲਾਸ਼ ਕਰਦਾ। ਮੁਰਸ਼ਿਦ ਦਾ ਇਹ ਹੁੰਦਾ, ਗੁਰੂ ਦਾ ਜਿਹਾ ਸਤਿਗੁਰ ਕਰ ਜਾਣਿਆ ਅਤੇ ਉਹ ਜਿਹਾ ਸੁੱਖ ਹੋਏ। ਇਹ ਸੈਸਾ ਮੂਲੇ ਨਹੀਂ ਪਾਓ ਲਾਏ ਜਨ ਕੋਈ। ਜੇ ਤਾਂ ਉਹਦੇ ਉੱਤੇ ਵਿਸ਼ਵਾਸ ਕਰ ਲਿਆ ਗੁਰੂ 'ਤੇ, ਵੀ ਮੇਰਾ ਗੁਰੂ ਅਤੇ ਪਰਮੇਸ਼ਰ ਇੱਕ ਨੇ। ਸਮੁੰਦਰ ਬਰੋਲ ਸਰੀਰ ਆਮ ਦੇਖਿਆ ਇੱਕ ਵਸਤ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਤਾਂ ਚੱਲ ਜਾਏਗਾ ਰੂਹਾਨੀ ਮਾਰਗ 'ਤੇ, ਨਹੀਂ ਚੱਲ ਸਕਦਾ। ਗੁਰ ਪਰਮੇਸ਼ਰ ਇੱਕੋ ਜਾਣ, ਦੋ ਨਹੀਂ ਹੋਇਆ ਕਰਦੇ। ਗੁਰੂ ਸਾਕਾਰ ਪਰਮੇਸ਼ਰ ਦਾ ਸਰੂਪ ਹੈ। ਸੋ ਇਸ ਤਰ੍ਹਾਂ ਦੇ ਨਾਲ ਚੱਲਦਾ ਚੱਲਦਾ ਪਹੁੰਚ ਜਾਂਦਾ ਹੈ ਅਜਮੇਰ ਸ਼ਰੀਫ। ਉੱਥੇ ਇੱਕ ਬਹੁਤ ਵੱਡੇ ਮਹਾਂਪੁਰਸ਼ ਬਖਤਿਆਰ ਕਾਕੀ ਮੋਹੀਉਦੀਨ ਦੇ ਮਰੀਦ ਜਿਹੜੇ ਸੀ, ਉਹ ਉੱਥੇ ਨਿਵਾਸ ਰੱਖਦੇ ਨੇ ਪੂਰਨ ਬ੍ਰਹਮ ਗਿਆਨ ਅਵਸਥਾ ਵਿੱਚ। ਉੱਥੇ ਜਦ ਜਾਂਦਾ ਤਾਂ ਉਹ ਬੱਚਿਆਂ ਨਾਲ ਗੇਂਦ ਨਾਲ ਖੇਲ ਰਹੇ ਨੇ। ਆਪ ਗੇਂਦ ਉੱਤੇ ਨੂੰ ਮਾਰਦੇ ਨੇ, ਛੋਟੇ ਛੋਟੇ ਬੱਚੇ ਨੇ ਨੱਠ ਕੇ ਉਹ ਗੇਂਦ ਨੂੰ ਬੋਚਦੇ ਨੇ। ਫਰੀਦ ਗਿਆ ਤਾਂ ਜਾ ਕੇ ਦੇਖ ਲਿਆ ਵੀ ਉਹ ਮੁਰਸ਼ਿਦ ਖੜ੍ਹਾ, ਇਹ ਹੈ ਮਹਾਤਮਾ ਜਿਹਦੇ ਕੋਲ ਮੈਂ ਜਾਣਾ। ਉਹਨੇ ਗੇਂਦ ਮਾਰੀ ਆਪਣੀ ਖਬਰ ਦੇਣ ਵਾਸਤੇ, ਉੱਤੇ ਨੂੰ ਝਾਕਿਆ, ਗੇਂਦ ਸਮਾਨ 'ਚ ਰੋਕਤੀ। ਮਹਾਂਪੁਰਸ਼ ਨੇ ਦੇਖਿਆ ਵੀ ਕੌਣ ਆ ਗਿਆ ਜਿਹਨੇ ਗੇਂਦ ਰੋਕਤੀ, ਦੇਖਿਆ ਤਾਂ ਫਰੀਦ ਖੜ੍ਹਾ। ਖੇਲ ਬੰਦ ਕਰ ਦਿੱਤੀ, ਗੇਂਦ ਥੱਲੇ ਮੰਗਾ ਲਈ। ਕਹਿਣ ਲੱਗੇ ਕੌਣ ਹੈ ਤੂੰ, ਕੀ ਕਰਨ ਵਾਸਤੇ ਆਇਆ ਇੱਥੇ? ਕਹਿਣ ਲੱਗਿਆ ਮੈਂ ਤੁਹਾਨੂੰ ਮੁਰਸ਼ਿਦ ਬਣਾਉਣ ਵਾਸਤੇ ਆਇਆ। ਕਹਿੰਦੇ ਆਹ ਤਾਂ ਜਿਹੜਾ ਕੰਮ ਕਰਿਆ ਮੁਰਸ਼ਿਦ ਬਣਾਉਣ ਵਾਲਾ ਨਹੀਂ ਹੈ, ਇਹ ਤਾਂ ਤੂੰ ਮੈਨੂੰ ਮਰੀਦ ਬਣਾਉਣ ਵਾਸਤੇ ਆਇਆ। ਸ਼ਕਤੀਆਂ ਦਿਖਾਈ ਦੀਆਂ ਨੇ, ਜਾਂ ਤੂੰ ਅਜੇ ਫਿੱਟ ਨਹੀਂ ਹੈਗਾ, ਫਿਰ ਐਂ ਕਦੇ। ਫਰੀਦ ਚਲਿਆ ਜਾਂਦਾ, ਨਿਰਾਸ਼ ਹੋ ਗਿਆ ਬਹੁਤ, ਮਨ ਵਿੱਚ ਸੋਚਦਾ ਕਿ ਮੈਨੂੰ ਸੱਚ ਇਹ ਕਿਹਾ ਸੀ ਕਿ ਮਰੀਜ਼ ਕੋਲ ਜੇ ਜਾਣਾ ਹੋਵੇ, ਜੇ ਗੁਰੂ ਕੋਲ ਜਾਣਾ ਹੋਵੇ ਤਾਂ ਆਪਣਾ ਆਪਾ ਤਿਆਗ ਕੇ ਜਾਈਦਾ, ਜੇ ਮੈਂ ਭਾਵ ਲੈ ਕੇ ਜਾ ਤਾਂ ਖਾਲੀ ਆਉਂਦਾ, ਖਾਲੀ ਹੋ ਕੇ ਜਾ ਭਰ ਕੇ ਹੁੰਦਾ ਗੁਰੂ ਕੋਲ। ਦੁਬਾਰਾ ਫਿਰ ਆਇਆ, ਉਸ ਵੇਲੇ ਉਹ ਇੱਕ ਸੁੱਕੇ ਹੋਏ ਮੁੱਢ ਦੇ ਥੱਲੇ ਬੈਠੇ ਸੀ, ਜੇਠ ਦਾ ਮਹੀਨਾ ਸੀ, ਸੂਰਜ ਤਪ ਰਿਹਾ ਸੀ ਪੂਰੇ ਜੋਰ ਨਾਲ, ਛਾਂ ਉਹਨਾਂ ਉੱਤੇ ਕੋਈ ਨਹੀਂ ਸੀ, ਸੁੱਕੇ ਦਰਖਤ ਦੇ ਥੱਲੇ ਬੈਠੇ। ਉਸ ਵੇਲੇ ਇਹਨੇ ਕਿਹਾ ਵੀ ਮੈਂ ਸੇਵਾ ਕਰਾਂ,
ਫਰੀਦ ਨੇ ਦਰਖਤ ਵੱਲ ਦੇਖਿਆ, ਉਸੇ ਵੇਲੇ ਦਰਖਤ ਹਰਾ ਹੋ ਗਿਆ। ਜਦ ਹਰਾ ਹੋਇਆ, ਠੰਡ ਲੱਗੀ, ਉਹਨੇ ਫਿਰ ਦੇਖਿਆ ਮੁਖਤਿਆਰ ਕਾਕੀ ਨੇ ਦੇਖਿਆ ਤਾਂ ਵੀ ਉਹੀ ਬੰਦਾ ਫੇਰ ਖੜਾ। ਇੱਕ ਨਿਗਾਹ ਕੀਤੀ, ਸਾਰੇ ਜਿੰਨੇ ਹਰੇ ਟਾਹਣੇ ਨਿਕਲੇ ਸੀ, ਪੱਤੇ ਨਿਕਲੇ, ਸਭ ਖਤਮ ਕਰਕੇ ਫੇਰ ਡੁੰਡ ਬਣਾ ਤਾ। ਇਹਨਾਂ ਨੂੰ ਫਰੀਦ ਨੇ ਆ ਕੇ ਸਜਦਾ ਕੀਤਾ, ਕਹਿੰਦੇ ਫਰੀਦਾ ਤੂੰ ਤਾਂ ਬਈ ਸ਼ਕਤੀਆਂ ਦਿਖਾਲਦਾ, ਤੇਰਾ ਮੇਰਾ ਸੰਬੰਧ ਨਹੀਂ ਹੋਣਾ। ਗੁਰੂ ਕੋਲ ਜੇ ਮੁਰਸ਼ਿਦ ਕੋਲ ਆਉਣਾ ਹੋਵੇ ਤਾਂ ਮਰ ਕੇ ਆਉਣਾ ਪੈਂਦਾ, ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਅਖੀਰ ਬਹੁਤ ਤਰਲਾ ਕੀਤਾ ਉਸਨੇ ਕਿ ਮੁਰਸ਼ਿਦ ਮੈਂ ਭੁੱਲ ਗਿਆ, ਮੈਂ ਸਾਧੂਆਂ ਵਿੱਚ ਰਿਹਾ ਨਹੀਂ, ਮੈਨੂੰ ਸਾਧੂਆਂ ਨਾਲ ਵਰਤਣ ਦੀ ਜਾਂਚ ਨਹੀਂ ਆਈ, ਮੈਨੂੰ ਨਹੀਂ ਪਤਾ ਵੀ ਕਿਵੇਂ ਵਰਤਿਆ ਜਾਂਦਾ। ਮੁਰਸ਼ਿਦ ਮੈਂ ਤਾਂ ਸੇਵਾ ਕੀਤੀ ਸੀ ਵੀ ਤੁਹਾਡੇ ਉੱਤੇ ਧੁੱਪ ਹੈ ਅਤੇ ਹੋਵੇ ਨਾ ਤਾਂ ਮੈਂ ਛਾਉਂ ਕਰਦਾ। ਕਹਿੰਦੇ ਫਰੀਦਾ ਇਸ ਤਰ੍ਹਾਂ ਨਹੀਂ ਆਇਆ ਕਰਦੇ, ਗੁਰੂ ਕਿਹੜੀ ਗੱਲ 'ਚੋਂ ਘੱਟ ਹੁੰਦਾ, ਜੇ ਛਾਉਂ ਕਰਨੀ ਹੁੰਦੀ ਮੈਂ ਆਪੇ ਕਰ ਲੈਂਦਾ। ਉਸ ਵੇਲੇ ਬਹੁਤ ਮਿੰਨਤਾਂ ਤਰਲੇ ਮੰਨ ਕੇ ਉਹਨਾਂ ਨੇ ਸਲਾਹ ਦਿੱਤੀ, ਕਹਿਣ ਲੱਗੇ ਫਰੀਦਾ ਐਵ ਰੀਤ ਨਹੀਂ ਹੋਇਆ ਕਰਦੇ, ਇਹਦੇ ਵਿੱਚ ਆਪਣੀ ਹੋਂ ਖੁਦੀ ਨੂੰ ਪੂਰੀ ਤਰ੍ਹਾਂ ਮਾਰਨਾ ਪੈਂਦਾ। ਹੰਗਤਾ ਅਤੇ ਮਮਤਾ ਦੋਵੇਂ ਚੀਜ਼ਾਂ ਖਤਮ ਕਰਨੀਆਂ ਪੈਂਦੀਆਂ, ਗੱਲ ਯਾਦ ਰੱਖ। ਮੁਰਦਾ ਹੋਏ ਕੇ ਮਰੀਦ ਬਣੇ
ਮੁਰਸ਼ਦਾਂ ਦੇ ਨਾਲ ਜੇ ਸੰਬੰਧ ਜੋੜਨਾ ਤਾਂ ਜਿਉਂਦੇ ਨਹੀਂ, ਜਿਉਂਦਿਆਂ ਦਾ ਨਹੀਂ ਜੁੜਿਆ ਕਰਦਾ, ਮਰ ਕੇ ਆਵੇ ਫਿਰ ਜੁੜਿਆ ਕਰ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ ਪਰਮ ਪਾਉ ਖੋਣਾ, ਗੋਲਾ ਮੁੱਲ ਖਰੀਦ ਕਾਰੇ ਜੋਣਾ। ਨਾ ਤਿਸ ਨੀਂਦ ਨਾ ਭੁੱਖ, ਨਾ ਖਾਣਾ ਨਾ ਸੋਵਣਾ, ਪੱਖੇ ਦੀ ਤਾਗੀਦ ਪਲ ਪੱਗ ਮਲ ਧੋਵਣਾ, ਪੀਣ ਹੋਏ ਜਦੀਦ ਪਾਣੀ ਧੋਵਣਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰਦ ਰਵੇਸ਼ ਰਸੀਦ ਪਿਰਮ ਰਸ ਪੋਵਣਾ। ਪਿਆਰਿਆ ਜੇ ਰਹਿਤ ਰੱਖੇਗਾ ਫਿਰ ਤੂੰ ਪੁੱਗ ਜਾਏਗਾ, ਫਿਰ ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਫਿਰ ਸਾਰੀ ਦੁਨੀਆਂ 'ਚ ਜੈ ਜੈਕਾਰ ਹੋ ਜਾਂਦੀ ਆ। ਪਹਿਲਾਂ ਮਰਨਾ ਪੈਂਦਾ, ਮਰ ਕੇ ਗੁਰੂ ਕੋਲਾ ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਰਨ। ਉਸ ਵੇਲੇ ਬਹੁਤ ਮਿੰਨ ਤਰਲਾ ਦੇਖ ਕੇ, ਉੱਤਮ ਅਧਿਕਾਰੀ ਦੇਖ ਕੇ ਮੁਰਸ਼ਦ ਨੇ ਕਬੂਲ ਫਰਮਾ ਲਿਆ। ਉਸ ਵੇਲੇ ਉਹਨਾਂ ਨੇ ਮੰਤਰ ਦੇ ਦਿੱਤਾ ਵੀ ਇਹਦਾ ਜਾਪ ਕਰ, ਬਾਕੀ ਜਿਹੜੀ ਤੂੰ ਜੋਹਦ ਕਰਦਾ ਸੀ ਜੋਹਦ ਦੀ ਥਾਂ ਦੇ ਉੱਤੇ ਸੇਵਾ ਕਰ। ਹੁਣ ਲੰਗਰ ਤਿਆਰ ਕਰਨੇ ਨੇ, ਪਾਣੀ ਢੋਣੇ ਨੇ, ਝਾੜੂ ਦੇਣੇ ਨੇ, ਵਸਤਰ ਕਰਨੇ ਆ, ਹੋਰ ਅਨੇਕਾਂ ਆਏ ਗਏ ਸਾਧੂਆਂ ਦੀ ਸੇਵਾ ਕਰਨੀ ਹੈ। ਇਸ ਤਰ੍ਹਾਂ ਤੂੰ ਕਰ, ਹੁਣ ਬੰਦਗੀ ਕਰ। ਉਸ ਦਿਨ ਉਹਨਾਂ ਨੇ ਉਪਦੇਸ਼ ਦੇ ਕੇ ਮੁੜ ਕੇ ਫਰੀਦ ਨੂੰ ਬੁਲਾਇਆ ਜੀ। ਫਰੀਦ ਦਾ ਪਿਆਰ ਹੋ ਗਿਆ ਮੁਰਸ਼ਦ ਨਾਲ, ਕਿਉਂ ਜਿੰਨੀ ਦੇਰ ਤੱਕ ਆਪਣੇ ਗੁਰੂ ਨਾਲ ਪਿਆਰ ਨਹੀਂ ਹੁੰਦਾ ਨਹੀਂ ਲੰਘਿਆ ਕਰਦਾ। ਮਹਾਰਾਜ ਨੇ ਕਿਹਾ ਜੇ ਪਿਆਰ ਨਹੀਂ ਹੈ ਤਾਂ ਇਹ ਮੁਰਦਾ ਹੈ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਪਊ। ਪਿਆਰ ਇੱਕ ਰਿਸ਼ਤਾ ਐਸਾ ਹੈ ਜਿਹੜਾ ਪਾਰ ਲਗਾਉਂਦਾ ਨਹੀਂ। ਮੁਰਸ਼ਦ ਦੇ ਨਾਲ ਜੇ ਪਿਆਰ ਨਾ ਹੋਵੇ ਮਰ ਜਾ ਟੱਕਰਾਂ ਜਿੰਨੀਆਂ ਜੀ ਕਰਦਾ, ਕਿਉਂਕਿ ਜਿਹਦੇ ਨਾਲ ਜਿਹਨੇ ਸਾਨੂੰ ਰਸਤਾ ਦਿਖਾਉਣਾ ਹੈ ਉਹਦੇ ਨਾਲ ਤਾਂ ਪਿਆਰ ਨਹੀਂ ਹੈ। ਜਿਹਨਾਂ ਨੇ ਭੁਲਾਉਣਾ ਉਹਦੇ ਨਾਲ ਪਿਆਰ ਹੈ, ਬਾਲ ਬੱਚਿਆਂ ਨਾਲ ਪਿਆਰ ਹੈ, ਮਾਇਆ ਨਾਲ ਪਿਆਰ ਹੈ, ਮਕਾਨਾਂ ਨਾਲ ਪਿਆਰ ਹੈ, ਆਪਣੀ ਹਸਤੀ ਨਾਲ ਪਿਆਰ ਹੈ। ਹੁਕਮ ਇਹ ਹੈ ਕਿ ਲੋਕ ਕਟੰਬ ਸਭੂ 'ਤੇ ਤੋੜੇ ਤੋ ਆਪਣ ਬੇਦੀ ਆਵੇ। ਸੋ ਦੂਸਰੀ ਜਿਹੜੀ ਵਾਦੀ ਹੈ, ਮੰਜ਼ਿਲ ਹੈ ਰੂਹਾਨੀਅਤ ਦੀ, ਉਹ ਪਿਆਰ ਦੀ ਹੈ। ਵਾਦੀਏ ਇਸ਼ਕ ਕਹਿੰਦੇ ਨੇ ਪਿਆਰ ਦੀ ਵਾਦੀ। ਮੁਰਸ਼ਦ ਤੋਂ ਬਗੈਰ ਜਿਉਂਦੇ ਨਾ ਰਹਿਣਾ, ਹਰ ਵਕਤ ਉਹਦੇ ਦਰਸ਼ਨ ਕਰਨੇ। ਜੇ ਕਿਤੇ ਲਾਂਭੇ ਹੋ ਗਿਆ ਥੋੜ੍ਹਾ ਜਿਹਾ, ਫਿਰ ਤਰਲੇ ਲੈਣੇ ਦਰਸ਼ਨਾਂ ਦੇ ਬਾਅਦ, ਜਿਸ ਤਰ੍ਹਾਂ ਦੇ ਨਾਲ ਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਫਰਮਾਨ ਆਉਂਦੇ ਨੇ। ਬ੍ਰਹਮ ਦੇ ਦਰਸ਼ਨ ਤਾਈ ਮੇਰਾ ਮਨ ਰੋਚ, ਬ੍ਰਹਮ ਦੇ ਦਰਸ਼ਨ ਤਾਈ ਮੇਰਾ ਮਨ ਰੋਚ ਲੈ। Oh, my God.
ਨਾਲ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਸ਼ਾਨਾ ਉਤਰੇ ਸ਼ਾਦ ਨਾ ਵੈ ਬਿਨ ਦਰਸ਼ਨ ਸੰਤ ਪਿਆਰੇ ਜੀ। ਇਹ ਜਿੰਨੀ ਦੇਰ ਤੱਕ ਸਿੱਖ ਦੇ ਮਨ ਵਿੱਚ ਭਾਵਨਾ ਅਤੇ ਜਜ਼ਬਾ ਪੈਦਾ ਨਹੀਂ ਹੁੰਦਾ, ਓਨੀ ਦੇਰ ਤੱਕ ਅਗਲੀ ਪੌੜੀ 'ਤੇ ਪੈਰ ਨਹੀਂ ਧਰ ਹੁੰਦਾ। ਸੋ ਪਰਮੇਸ਼ੁਰ ਦੇ ਦਰਸ਼ਨ ਵਾਸਤੇ ਛਟਪਟ ਆਉਂਦਾ, ਰੋਂਦਾ ਹੈ, ਭਜਨ ਕਰਦੇ ਦੇ ਅੱਖਾਂ 'ਚੋਂ ਹੰਝੂ ਜਾਂਦੇ ਨੇ, ਬੇਨਤੀਆਂ ਕਰਦੇ ਆ, ਹੇ ਪ੍ਰਭੂ ਤੂੰ ਕਦ ਦਰਸ਼ਨ ਦੇਵੇਗਾ। ਗੁਰੂ ਨਾਲ ਅੱਤ ਦਾ ਪਿਆਰ ਪੈ ਜਾਂਦਾ, ਇਹਨੂੰ ਮੰਜਲੇ ਇਸ਼ਕ ਆਖਿਆ ਜਾਂਦਾ, ਬਾਤੀਏ ਇਸ਼ਕ ਕਹਿੰਦੇ ਨੇ। ਦੂਸਰੀ ਪੌੜੀ ਜਿੱਤ ਜਾਂਦਾ, ਫਿਰ ਗੁਰੂ ਦੇ ਬਚਨ ਸੁਣਦਾ। ਤਤਵੇ 'ਤੇ ਮਹਾਂਪੁਰਸ਼ ਕਦੇ ਦੁਨੀਆਂ ਦੀ ਬਾਤ ਨਹੀਂ ਕਰਦੇ, ਨਾ ਕਿਸੇ ਕਰਮਕਾਂਡ ਦੀ ਬਾਤ ਕਰਦੇ ਨੇ। ਉਹ ਉੱਥੋਂ ਗੱਲ ਲੈਂਦੇ ਨੇ ਜਿੱਥੇ ਦੁਨੀਆਂ ਦਾ ਨਿਸ਼ਚਾ ਅਤੇ ਦੁਨੀਆਂ ਦੀ ਅਪਰੋਚ ਖਤਮ ਹੁੰਦੀ ਹੈ, ਉਹਦੇ ਉੱਤੋਂ ਚੱਲਦੇ ਨੇ। ਉਹਨਾਂ ਦੇ ਬਚਨ ਹਮੇਸ਼ਾ ਮਾਰਫਤ ਦੇ ਬਚਨ ਹੋਇਆ ਕਰਦੇ ਆ, ਹੱਕ ਦੇ ਹੁੰਦੇ ਨੇ, ਹਕੀਕਤ ਦੇ ਬਚਨ ਹੁੰਦੇ ਨੇ। ਉਸ ਵੇਲੇ ਇਸ ਮੰਜ਼ਿਲ ਨੂੰ ਵਾਦੀਏ ਮਾਰਫਤ ਆਖਿਆ ਜਾਂਦਾ, ਲੇਕਿਨ ਅਜੇ ਲੱਭਿਆ ਕੁਛ ਨਹੀਂ, ਲੇਕਿਨ ਥੋ ਸਾਰਾ ਲੱਗ ਗਿਆ। ਸੋ ਇਹਦੇ ਵਿੱਚ ਬਾਬਾ ਫਰੀਦ ਧਿਆਨ ਧਰਦਾ, ਵਾਹਿਗੁਰੂ ਸਾਰੇ ਪਰਿਪੂਰਨ ਹੁੰਦੇ ਹੁੰਦੇ ਇਸ ਤੋਂ ਉੱਪਰ ਦਰਜਾ ਚੜ੍ਹ ਜਾਂਦਾ, ਨਾਮ ਜਪਦੇ ਜਪਦੇ ਚੌਥਾ ਡੰਡਾ ਆ ਜਾਂਦਾ, ਜਿਹਨੂੰ ਵਾਦੀਏ ਮਹਿਬਤ ਕਹਿੰਦੇ ਨੇ। ਮਹਿਬੀਅਤ ਆਪਣੇ ਜ਼ਬਾਨ ਦੇ ਅੰਦਰ ਲਿਬ ਦੀ ਅਵਸਥਾ ਕਹਿੰਦੇ, ਲਿਬ ਲਾਗੀ ਤੇ ਸਤੋਤਿਓ, ਨਿੱਤ ਪੜ੍ਹਾਏ ਕਰੇ ਅਸੋਤਾ। ਲਿਬ ਤੋਂ ਬਿਨਾਂ ਮਹਾਰਾਜ ਨੇ ਕਿਹਾ, ਸਾਚੀ ਲਿਬੈ ਬਿਨ ਦੇਨ ਬਾਣੀ, ਦੇਨ ਬਾਣੀ ਲਿਬੈ ਵਾਜੋਂ ਕਿਆ ਕਰੇ ਵਿਚਾਰੀ। ਕਹਿੰਦੇ ਕੋੜ ਹੋਇਆ ਹੋਇਆ ਜਿਹਨੂੰ ਲਿਬ ਨਹੀਂ ਲੱਗੀ ਹੋਈ, ਜਿਹਨੂੰ ਲਿਬ ਲੱਗੀ ਹੈ ਮਹਾਰਾਜ ਕਹਿੰਦੇ ਉਹਦੀ ਗੱਤ ਹੋਈ ਜਾਂਦਾ, ਉਹਦੇ ਬਾਰੇ ਐਸਾ ਫਰਮਾਨ ਹੈ। ਸਹਿਜ ਸੁਆਦ ਲੱਗੀ ਲਿਬ ਅੰਤਰ ਥੋੜਾ ਸਵਾਦ ਲਗੀ ਦੇ ਅੰਦਰ ਸੋਈ
ਲੱਗੀ ਲਿਵਾ ਅੰਤਰ ਸੋ ਰਸ ਹੋਈ ਜਾਂਦਾ। ਜਦ ਲਿਵ ਲੱਗ ਜਾਂਦੀ ਹੈ ਤੇ ਫੇਰ ਆਖਾਂ ਜੀਵਾਂ ਬਿਸਰਾ ਮਰ ਜਾਓ। ਸੋ ਇਸ ਤਰ੍ਹਾਂ ਦੇ ਨਾਲ ਜੋ ਇਹ ਮੰਜ਼ਿਲ ਹੈ ਜਿਹਨੂੰ ਮਹਿਵੀਅਤ ਦੀ ਮੰਜ਼ਿਲ ਕਹਿੰਦੇ ਨੇ, ਇਹ ਚੌਥਾ ਡੰਡਾ ਹੋਇਆ ਕਰਦਾ ਰੂਹਾਨੀਅਤ ਦਾ। ਇਹ ਤੇ ਉੱਪਰ ਹੋਇਆ ਕਰਦਾ ਮੁਰਸ਼ਦ ਦੀ ਸੰਗਤ ਕਰਦੇ ਕਰਦੇ, ਗੁਰੂ ਦੀ ਤੱਤ ਬੇਤੇ ਮਹਾਂਪੁਰਸ਼ ਦੀ ਸੰਗਤ ਕਰਦੇ ਕਰਦੇ ਕੁਛ ਗਿਆਨ ਦੀ ਰੋਸ਼ਨੀ ਆਉਣੀ ਸ਼ੁਰੂ ਹੋ ਜਾਇਆ ਕਰਦੀ। ਪਤਾ ਲੱਗ ਜਾਂਦਾ ਕਿ ਪਰਮੇਸ਼ੁਰ ਇੱਥੇ ਆਪ ਹੀ ਹੈ, ਮੈਂ ਨਹੀਂ ਹਾਂ। ਫਿਰ ਉਹ ਜਦੋਂ ਪਹੁੰਚਦਾ ਹੈ ਅੰਦਰ ਨਾਮ ਦੇ ਵੱਲ ਨਾਲ, ਉੱਥੇ ਵਿਵੇਕ ਮੰਡਲ 'ਚ ਜਾ ਕੇ ਉਸਨੂੰ ਸੋਝੀ ਹੁੰਦੀ ਹੈ ਵੀ ਮੈਂ ਨਹੀਂ, ਮੈਂ ਨਾ ਹੀ, ਪ੍ਰਭ ਸਭ ਕੁਛ ਤੇਰਾ, ਈਗੈ ਨਿਰਗੁਣ ਉਗੈ ਸਰਗੁਣ ਕੇਲ ਕਰਦ ਵਿੱਚ ਸੁਆਮੀ ਮੇਰ, ਇਹ ਤਾਂ ਤੂੰ ਹੀ ਹੈ, ਦੂਜਾ ਇੱਥੇ ਹੈ ਕੋਈ ਨਹੀਂ। ਇਹ ਨੂੰ ਮੰਜ਼ਲੇ ਬਹਿਦੀਅਤ ਕਹਿੰਦੇ ਨੇ, ਪੰਜਵੀਂ ਪੌੜੀ ਹੋਇਆ ਕਰਦੀ ਹੈ। ਅਤੇ ਉਹਦੇ ਬਾਅਦ ਅਗਲੀ ਜੋ ਅਵਸਥਾ ਹੁੰਦੀ ਹੈ ਉਹ ਵਿਸਮਾਦ ਦੀ ਹੋਇਆ ਕਰਦੀ ਹੈ, ਆਨੰਦ ਹੋਇਆ ਕਰਦਾ ਨਾਮ ਦੇ ਅੰਦਰ, ਕਿਉਂਕਿ ਪਰਮੇਸ਼ੁਰ ਦੇ ਨੇੜੇ ਪਹੁੰਚ ਗਿਆ ਅਤੇ ਉਹਦਾ ਜਿਹੜਾ ਸਤਚਿਤ ਆਨੰਦ ਦਾ ਪ੍ਰਤੀਬਿੰਬ ਹੈ, ਅਸਰ ਹੈ, ਉਹ ਇਹਦੇ ਹਿਰਦੇ 'ਚ ਆਉਣਾ ਸ਼ੁਰੂ ਹੋ ਜਾਂਦਾ। ਉਸ ਵੇਲੇ ਪੂਰਨ ਆਨੰਦਿਤ ਹੋਇਆ ਕਰ, ਵਿਸਮਾਦ ਦੇ ਵਿੱਚ ਹੋਇਆ ਕਰ। ਇਹਨੂੰ ਮੰਜ਼ਲੇ ਹੈਰਾਨ ਵੀ ਕਹਿੰਦੇ ਨੇ, ਮੰਜ਼ਲੇ ਵਿਸਮਾਦ ਵੀ ਕਹਿੰਦੇ ਨੇ, ਵਾਦੀਏ ਨੂਰ ਵੀ ਕਹਿੰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਬਾਬੇ ਫਰੀਦ ਨੇ ਤਰੱਕੀ ਕੀਤੀ ਅਤੇ ਇੱਥੇ ਤੱਕ ਪਹੁੰਚਣ ਦੀ ਜਾਂਚ ਉਹਨੂੰ ਮਿਲ ਗਈ। ਹਰ ਰੋਜ਼ 14 ਸਾਲ ਲੱਗ ਗਏ। ਅੱਜ ਮੁਰਸ਼ਦ ਨੇ ਦੇਖਿਆ ਕਿ ਹੁਣ ਇਹਨੂੰ ਅਗਲਾ ਸਬਕ ਜੋ ਗੁਰੂ ਦਿਆ ਕਰਦਾ ਹੈ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਉਹ ਇਹਨੂੰ ਪੂਰਾ ਕਰ ਦਿੱਤਾ ਜਾਵੇ ਤਾਂ ਕਿ ਇਹਦੇ ਨੇਤਰ ਖੁੱਲ੍ਹ ਜਾਣ। ਖੁੱਲ੍ਹੇ ਹੋਏ ਨੇਤਰਾਂ ਦੇ ਨਾਲ ਇਹ ਸੰਸਾਰ ਦੇ ਵਿੱਚ ਪਰਮੇਸ਼ੁਰ ਦੇ ਦਰਸ਼ਨ ਕਰ ਲਵੇ, ਪ੍ਰਭੂ ਦੇ ਦਰਸ਼ਨ। ਉਸ ਵੇਲੇ ਉਹਨਾਂ ਨੇ ਕਸਵੱਟੀ ਲਾ ਤੀ ਇਮਤਿਹਾਨ ਲੈਣ ਵਾਸਤੇ ਬਈ ਪਾਸ ਵੀ ਹੁੰਦਾ ਕਿ ਨਹੀਂ। ਕਸਵੱਟੀ ਦਾ ਇਹ ਕਿ ਰਾਮ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰਜ਼ੀ ਵਾ ਹੋਏ। ਜਿਹਨੇ ਦੇਹ ਹੰਕਤਾ ਛੱਡੀ ਹੋਈ ਹੈ ਉਹ ਤਾਂ ਪਾਰ ਹੋ ਜਾਂਦਾ, ਦੂਜਾ ਇੱਥੇ ਫੇਲ ਹੋ ਜਾਇਆ ਕਰ। ਪੰਜ ਪਿਆਰਿਆਂ ਨੂੰ ਜਦੋਂ ਗੁਰੂ ਮਹਾਰਾਜ ਨੇ ਸੀਸ ਦੀ ਵੰਗਾਰ ਕੀਤੀ, ਉਸ ਵੇਲੇ ਉਹੀ ਪਾਸ ਹੋਏ ਜਿਨ੍ਹਾਂ ਨੇ ਕਸਵੱਟੀ ਸਹਿਲੀ। ਫਿਰ ਹੋਏ ਕਿ ਇਹਨੂੰ ਕਹਾ ਆਪਣਾ ਰੂਪ ਬਣਾ ਲਿਆ ਕਰਦਾ ਗੁਰੂ, ਦੂਜਾ ਨਹੀਂ ਰਹਿਣ ਦਿਆ ਕਰਦਾ, ਬ੍ਰਹਮ ਗਿਆਨ ਦੇ ਭੰਡਾਰੇ ਖੋਲ੍ਹ ਦਿੰਦਾ, ਆਪਣੇ ਨਾਲ ਮੇਲ ਲਿਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਕਸਵੱਟੀ ਲਾ ਦਿੱਤੀ। ਇਹ ਅੰਮ੍ਰਿਤ ਵੇਲੇ ਉੱਠ ਕੇ ਪਾਣੀ ਗਰਮ ਕਰਿਆ ਕਰਦਾ ਸੀ ਅਤੇ ਇਸ਼ਨਾਨ ਕਰਾਇਆ ਕਰਦਾ ਸੀ ਆਪਣੇ ਮੁਰਸ਼ਦ। ਅੱਜ ਉਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਇੰਨੀ ਬਾਰਿਸ਼ ਕਰਾਉਣੀ ਸ਼ੁਰੂ ਕਰ ਦਿੱਤੀ ਕਿ ਬਰਾਂਡੇ ਵਿੱਚ ਪਾਣੀ ਆ ਗਿਆ। ਉਹ ਟੋਆ ਜਿਹਦੇ ਵਿੱਚ ਰੱਖਿਆ ਕਰਦੇ ਸੀ ਅੱਗ ਦੱਬ ਕੇ, ਉਹ ਪਾਣੀ ਨਾਲ ਭਰ ਗਿਆ। ਜਦੋਂ ਉੱਠੇ ਦੇਖਿਆ ਵੀ ਅੱਗ ਤਾਂ ਹੈ ਨਹੀਂ, ਹੁਣ ਕੀ ਹੋਊਗਾ। 14 ਸਾਲ ਜੇ ਇੱਕ ਦਿਨ ਨੇਮ ਟੁੱਟ ਜਾਵੇ ਤਾਂ ਮੁੜ ਕੇ ਐਦੂ ਵਾਰ ਹੋ ਜਾਇਆ ਕਰਦਾ। ਇਸੇ ਕਰਕੇ ਰੂਹਾਨੀ ਖੇਡ ਜਿਹੜੀ ਹੈ ਇਹ ਸਿਖਾਲੀ ਨਹੀਂ ਹੋਇਆ ਕਰਦੀ, ਬਹੁਤ ਔਖੀ ਹੋਇਆ ਕਰਦੀ ਹੈ। ਉਹਦੇ ਬਾਰੇ ਐਸਾ ਫਰਮਾਨ ਹੈ, ਬੜੋ ਪਿਆਰਾ, ਸੀਸ ਤਲੀ ਤੇ ਤਰਨਾ ਪੈਂਦਾ ਔਖੀ ਖੇਡ ਪ੍ਰੇਮ ਦੀ, ਤਲੀ ਤੇ ਤਰਨਾ ਪੈਂਦਾ ਖੇਡ ਪ੍ਰੇਮ ਦੀ, ਤਲੀ ਤੇ ਤਰਨਾ ਪੈਂਦਾ।
ਕਿਰਤਾਂ ਪੂਰੀ ਤਰ੍ਹਾਂ ਨਾਲ ਤਿਆਗਣੀ ਪੈਂਦੀ ਹੈ। ਸੋ ਉਸ ਵੇਲੇ ਬਾਬੇ ਫਰੀਦ ਨੇ ਬਹੁਤ ਹੈਰਾਨ ਹੋ ਕੇ ਦੇਖਿਆ ਕਿ ਅੱਗ ਤਾਂ ਬੁਝ ਗਈ, ਹੁਣ ਕੀ ਹੋਵੇ। ਉਧਰਲੇ ਪਾਸੇ ਛਾਛੜੇ ਦਾ ਮੀਂਹ ਪੈਂਦਾ, ਰਿਵੀ ਚੱਲ ਰਹੀ ਹੈ ਠੰਡੀ ਹਵਾ, ਕੱਪੜਾ ਕੋਈ ਹੈ ਨਹੀਂ, ਕੋਈ ਛਤਰੀ ਨਹੀਂ ਹੈ, ਕੋਈ ਬਰਸਾਤੀ ਨਹੀਂ ਹੈ। ਉਸ ਵੇਲੇ ਆਪਦੇ ਸਲੋਕ ਨੇ ਫਰੀਦਾ, ਗਲੀ ਚਿੱਕੜ ਦੂਰ ਕਰ ਮੇਰੇ ਨਾਲ ਪਿਆਰੇ ਨੇ, ਹੁਣ ਚਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ। ਜੇ ਮੈਂ ਚੱਲ ਕੇ ਕਿਤੋਂ ਅੱਗ ਭਾਲਦਾ ਤਾਂ ਮੇਰੀ ਕੰਬਲੀ ਭਿੱਜਦੀ ਹੈ, ਜੇ ਰਹਿਣਾ ਤਾਂ ਮੇਰਾ ਨਿਉਂ ਟੁੱਟ ਜਾਂਦਾ। ਉਸ ਵੇਲੇ ਫੈਸਲਾ ਕਰ ਲਿਆ, ਭਿੱਜੋ ਸਿੱਜੋ ਕੰਬਲੀ, ਅੱਲੋ ਵਰਸੇ ਮੈਂ ਜਾਇ ਮਿਲਾ ਤੈਨੂੰ ਸੱਜਣਾ, ਮੇਰਾ ਟੁੱਟੇ ਨਹੀਂ, ਕਿਤੇ ਮੇਰੇ ਪ੍ਰੇਮ ਵਾਲੀ ਜਿਹੜੀ ਡੋਰੀ ਹੈ ਨਿਉਂ ਹੈ, ਕਿਤੇ ਇਹ ਨਾ ਟੁੱਟ ਜਾਵੇ। ਕੋਈ ਪਰਵਾਹ ਨਹੀਂ ਜੇ ਕੱਪੜੇ ਭਿੱਜ ਜਾਣੇ। ਉਸ ਵੇਲੇ ਇਰਾਦਾ ਕਰਿਆ ਬਈ ਸ਼ਹਿਰ ਵਿੱਚ ਜਾਵਾਂ, ਹੁਣ ਜਾ ਕੇ ਕਿਸੇ ਨੂੰ ਬੇਨਤੀ ਕਰਾਂ ਅਤੇ ਅੱਗ ਲੈ ਕੇ ਆਵਾਂ। ਉਸ ਵੇਲੇ ਉਵੇਂ ਜਿਵੇਂ ਭਿੱਜਦਾ ਭਿੱਜਦਾ ਸ਼ਹਿਰ ਭਰ ਚਲਿਆ ਗਿਆ, ਨੇਰ ਗੁਬਾਰ ਪਿਆ, ਗਲੀਆਂ ਚੌਂਕਣੀਆਂ ਨੇ, ਤਿਲਕ ਤਿਲਕ ਗਿਰਦਾ, ਬੜੀ ਮੁਸ਼ਕਿਲ ਦੇ ਨਾਲ ਪਿੰਡ ਦੇ ਕੁੱਤੇ ਪਿੱਛੇ ਪੈਂਦੇ ਨੇ, ਭੌਂਕਦੇ ਆ ਸ਼ਹਿਰ ਦੇ ਕੁੱਤੇ। ਅਤੇ ਚੱਲਦਾ ਚੱਲਦਾ ਇੱਕ ਘਰ ਦੇ ਅੰਦਰ ਰੋਸ਼ਨੀ ਨਜ਼ਰ ਆ ਗਈ। ਉਸ ਵੇਲੇ ਉਹਦਾ ਜਾ ਕੇ ਦਰਵਾਜ਼ਾ ਖੜਕਾਇਆ, ਉੱਤੋਂ ਆਵਾਜ਼ ਆਈ, ਕੌਣ? ਆਪਣਾ ਆਪ ਪਰਿਚਾ ਦਿੱਤਾ ਕਿ ਮੈਂ ਫਰੀਦ ਹਾਂ, ਇੱਥੇ ਜੋ ਤਕੀਆ ਹੈ ਉਹਦਾ ਮੈਂ ਮੁਰਸ਼ਦ ਦਾ ਮਰੀਦ ਹਾਂ। ਕਹਿਣ ਲੱਗੀ, ਫਰੀਦਾ ਤੂੰ ਤਾਂ ਭੁੱਲ ਕੇ ਆ ਗਿਆ, ਇਹ ਬੇਸਵਾ ਦਾ ਘਰ ਹੈ, ਇੱਥੇ ਤੇਰਾ ਮਰੀਦਾਂ ਪੀਰਾਂ ਦਾ ਕੀ ਕੰਮ ਹੈ? ਇੱਥੇ ਤਾਂ ਉਹ ਆਉਂਦੇ ਜਿਹਨਾਂ ਨਰਕਾਂ ਦਾ ਟਿਕਟ ਲੈਣਾ ਹੁੰਦਾ, ਕੀ ਕੰਮ ਹੈ ਤੈਨੂੰ? ਕਹਿਣ ਲੱਗਿਆ, ਭੈਣਾ ਹੇਠਾਂ ਬੇਟੀ ਹੇਠਾਂ ਮੈਂ ਤੈਨੂੰ ਆਪਣੀ ਵੇਦਨਾ ਦੱਸਣੀ ਚਾਹੁੰਦਾ। ਅਖੀਰ ਬੜਾ ਸਖ਼ਤ ਦਿਲ ਉਸਦਾ ਹੋ ਗਿਆ, ਰੁੱਖਾ ਬੋਲਦੀ ਹੈ। ਕਹਿਣ ਲੱਗੀ, ਕੀ ਗੱਲ ਹੈ? ਕਹਿਣ ਲੱਗਿਆ, ਸਾਡੀ ਅੱਗ ਬੁਝ ਗਈ, ਮੈਂ ਮੁਰਸ਼ਦ ਦਾ ਇਸ਼ਨਾਨ ਕਰਾਉਣਾ, ਮੈਂ ਅੱਗ ਲੈਣ ਵਾਸਤੇ ਤੇਰੇ ਕੋਲ ਬੇਨਤੀ ਕਰਾਂ। ਕਹਿੰਦੀ, ਬੜਾ ਪਿਆਰ ਆ ਤੇਰਾ ਮੁਰਸ਼ਦ ਨਾਲ, ਇਹ ਫਿਰ ਮੁਫ਼ਤ ਅੱਗ ਨਹੀਂ ਮਿਲਣੀ ਪਿਆਰਿਆ, ਤੈਨੂੰ ਸਰੀਰ ਦਾ ਕੋਈ ਅੰਗ ਦੇਣਾ ਪੈਣਾ, ਉਹਦੇ ਬਦਲੇ ਅੱਗ ਮਿਲ ਜਾਏਗੀ। ਕਹਿਣ ਲੱਗਿਆ, ਜੋ ਤੈਨੂੰ ਚਾਹੀਦਾ ਲੈ ਲੈ ਬੇਟਾ, ਬੀਬਾ ਤਨ ਗੰਦਗੀ ਦੀ ਕੋਲੜੀ, ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਚਾਲ। ਕਹਿਣ ਲੱਗੀ, ਇਹ ਨਹੀਂ ਮੈਨੂੰ ਚਾਹੀਦਾ, ਮੈਨੂੰ ਤੇਰੀ ਅੱਖ ਦਾ ਡੇਲਾ ਚਾਹੀਦਾ। ਛੁਰੀ ਮੰਗਾ ਲਈ। ਕਹਿਣ ਲੱਗਿਆ, ਛੁਰੀ ਮੰਗਾ ਲਓ, ਪਲੇਟ ਲਿਆਓ, ਅੱਖ ਅੱਗੇ ਕਰ ਦਿੱਤੀ। ਉਹ ਕਹਿੰਦੀ, ਮੈਂ ਨਹੀਂ ਤੇਰਾ ਡੇਲਾ ਕੱਢਣਾ, ਤੂੰ ਆਪ ਕੱਢ ਕੇ ਡੇਲਾ ਰੱਖ, ਮੈਂ ਉਹਦੇ ਬਰਾਬਰ ਅੱਗ ਰੱਖ ਦਾਂਗੀ। ਸੋ ਇਹ ਮੌਕਾ ਹੈ ਜਿਸ ਦੇ ਬਾਰੇ ਐਸਾ ਫਰਮਾਨ ਹੈ, ਬੜੋ ਪਿਆਰ। Yeah.
ਪੂਰਨ ਤੌਰ ਦੇ ਉੱਤੇ ਗੁਰੂ ਦੇ ਚਰਨਾਂ ਵਿੱਚ ਨਿਸ਼ਾਵਰ ਕਰਨੀ ਪੈਂਦੀ। ਉਸ ਵੇਲੇ ਫਰੀਦ ਨੇ ਕਸੀਸਵਤੀ ਡੇਲਾ ਕੱਢ ਕੇ ਉਹਦੇ ਵਿੱਚ ਰੱਖ ਦਿੱਤਾ, ਸਾਫਾ ਪਾਲਿਆ ਅਤੇ ਅੱਖ ਦੇ ਉੱਤੇ ਬੰਨ ਲਿਆ। ਮਨ ਵਿੱਚ ਬੜੀ ਖੁਸ਼ੀ ਹੈ ਕਿ ਮੈਨੂੰ ਅੱਗ ਮਿਲ ਗਈ, ਕੋਈ ਸ਼ਿਕਵਾ ਨਹੀਂ ਹੈ, ਕੁਛ ਨਹੀਂ ਹੈ। ਉਸ ਵੇਲੇ ਜਾ ਕੇ ਉਹਨੇ ਅੱਗ ਬੜੀ ਮੁਸ਼ਕਲ ਦੇ ਨਾਲ ਲੈ ਕੇ ਗਿਆ, ਪਾਣੀ ਗਰਮ ਕਰਿਆ ਅਤੇ ਮੁਰਸ਼ਦ ਦਾ ਇਸ਼ਨਾਨ ਕਰਾਇਆ, ਅਤੇ ਇਸ਼ਨਾਨ ਕਰਾਉਣ ਤੋਂ ਪਿੱਛੋਂ ਜਾ ਕੇ ਭਜਨ ਬੰਦਗੀ ਵਿੱਚ ਲੀਨ ਹੋ ਗਿਆ, ਇਬਾਦਤ ਕਰਨ ਵਿੱਚ ਬੈਠ ਗਿਆ। ਦਿਨ ਚੜ੍ਹ ਗਿਆ। ਉਸ ਵੇਲੇ ਉਸਦੇ ਮੁਰਸ਼ਦ ਨੇ, ਪੀਰ ਨੇ ਕਿਹਾ ਕਿ ਫਰੀਦ ਨਹੀਂ ਨਜ਼ਰ ਆ ਰਿਹਾ, ਕਿੱਥੇ ਹੈ? ਕਹਿੰਦੇ ਜੀ ਉਹ ਬੰਦਗੀ ਕਰਦਾ, ਇਬਾਦਤ ਕਰ ਰਿਹਾ, ਸਮਾਧੀ ਸਥਿਤ ਹੈ। ਕਹਿਣ ਲੱਗੇ ਬੁਲਾਓ ਸਾਡੇ ਕੋਲ। ਉਸ ਵੇਲੇ ਆਪ ਨੇ ਬੁਲਾਇਆ, ਕਹਿਣ ਲੱਗੇ ਫਰੀਦਾ ਅੱਖ ਬੰਨੀ ਹੈ? ਹੁਣ ਜੇ ਤਾਂ ਸਾਡੇ ਵਰਗਾ ਹੁੰਦਾ ਪਹਿਲਾਂ ਨਹਾਉਣ ਵੇਲੇ ਹੀ ਕਹਿਣਾ ਸੀ, ਨਹਾਉਣ ਵੇਲੇ ਵੀ ਮਹਾਰਾਜ ਅੱਜ ਤਾਂ ਬੜੀ ਮੁਸ਼ਕਲ ਨਾਲ ਅੱਗ ਲਿਆਂਦੀ ਆ, ਕੋਈ ਗੱਲ ਨਹੀਂ ਕਰੀ। ਉਹ ਇਹ ਜਾਣਦਾ ਸੀ ਵੀ ਇਹ ਸਭ ਕੁਝ ਜਾਣਦੇ ਆ, ਅੰਤਰਜਾਮੀ ਆ, ਇਹਨੂੰ ਹਰੇਕ ਗੱਲ ਦਾ ਪਤਾ, ਇਹਦੇ ਕੋਲ ਮੈਂ ਕੀ ਗੱਲ ਕਰਨੀ ਆ। ਉਸ ਵੇਲੇ ਉਹਨੇ ਕਿਹਾ ਕਿ ਹਜ਼ੂਰ ਅੱਖ ਆਈ ਹੋਈ ਆ, ਹਜ਼ਰਤ ਮੇਰੀ ਅੱਖ ਆਈ ਹੋਈ ਆ। ਕਹਿਣ ਲੱਗੇ ਫਰੀਦਾ ਗਈਆਂ ਹੋਈਆਂ ਅੱਖਾਂ ਬੰਨੀ ਦੀਆਂ, ਆਈਆਂ ਹੋਈਆਂ ਨਹੀਂ ਬੰਨੀ ਦੀਆਂ ਹੁੰਦੀਆਂ, ਆਈ ਹੋਈ ਹੈ ਤਾਂ ਪੱਟੀ ਲਾ ਦੇ। ਪੱਟੀ ਲਾ ਤੀ, ਹੈਰਾਨ ਹੋ ਗਿਆ ਕਿ ਅੱਖ ਦਾ ਡੇਲਾ ਉਵੇਂ ਜਿਵੇਂ ਸਾਬਤ ਮਿਲ ਗਿਆ, ਪਰ ਪਰਮੇਸ਼ਰ ਵਾਲੇ ਡੇਲੇ ਨਾਲੋਂ ਥੋੜ੍ਹਾ ਜਿਹਾ ਛੋਟਾ। ਅੱਜ ਵੀ ਉਹਦੀ ਕੌਮ ਦੇ ਔਲਾਦ ਦੇ ਅੰਦਰ ਇੱਕ ਛੋਟਾ ਡੇਲੇ ਹੈ, ਇੱਕ ਵੱਡਾ। ਸੋ ਇਸ ਤਰ੍ਹਾਂ ਦੇ ਨਾਲ ਉੱਠ ਕੇ ਖੜ੍ਹੇ ਹੋ ਗਏ, ਬੁੱਕਲ 'ਚ ਲੈ ਲਿਆ। ਉਸ ਵੇਲੇ ਆਪਦੇ ਮੁੱਖ ਤੋਂ ਫਰਮਾਨ ਹੋਇਆ, ਹਮਾ ਓਸਤ ਹਮਾ ਅਦ ਓਸਤ। ਇਹ ਉਪਦੇਸ਼ ਹੈ ਜਿਹੜਾ ਗੁਰੂ ਪ੍ਰਸੰਨ ਹੋ ਕੇ ਸਿੱਖ ਨੂੰ ਦਿੰਦਾ ਅਤੇ ਆਪਣੀ ਪੂਰੀ ਸ਼ਕਤੀ ਦੇ ਨਾਲ ਉਹਦੇ ਹਿਰਦੇ 'ਚ ਵਸਾ ਦਿੰਦਾ। ਇੱਥੇ ਨਹੀਂ, ਉਹਦੇ ਨੇਤਰ ਖੋਲ੍ਹ ਦਿੰਦਾ। ਫਰੀਦ ਕੀ ਦੇਖਦਾ ਕਿ ਹਰ ਥਾਂ ਦੇ ਉੱਤੇ ਅੱਲਾ ਦਾ ਨੂਰ, ਕੋਈ ਥਾਂ ਐਸਾ ਨਹੀਂ ਜਿੱਥੇ ਉਹਦਾ ਨੂਰ ਨਹੀਂ। ਉਸ ਵੇਲੇ ਬਦਜ ਆ ਕੇ ਫਰੀਦ ਐਸੇ ਭਾਵ ਪ੍ਰਗਟ ਕਰਦਾ, ਸਤਿ ਸ਼੍ਰੀ ਅਕਾਲ।
ਅੱਖ ਖੋਲ ਦਿੱਤੀ ਗੁਰੂ ਨੇ। ਈਤਾ ਉਤਾ ਘੱਟ 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 ਤੂੰ ਹੀ ਮੋਹਿੰਦਾ, ਕੀ ਦੇਖਦਾ ਆਪਣੇ ਵਿੱਚ ਵੀ ਉਹੀ ਜੋਤ ਹੈ, ਉਹੀ ਸੰਸਾਰ ਦੇ ਅੰਦਰ ਜਿੱਧਰ ਦੇਖਦਾ ਇੱਕੋ ਜੋਤ, ਜਿਮੀ ਦਿਵਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਕਰ ਹੋਤ। ਪੰਜਾਂ ਭਰਮਾਂ ਦਾ ਨਾਸ਼ ਕਰ ਦਿੱਤਾ, ਭੇਦ ਭਰਮ, ਕਰਤੱਤਵ ਭਰਮ, ਸੰਘ ਭਰਮ, ਜਗਤ ਭਰਮ, ਵਿਕਾਰ ਭਰਮ, ਅੱਡੋ ਅੱਡ ਕਰਕੇ ਪੰਜਾਂ ਕੋਸ਼ਾਂ 'ਚ, ਪੰਜਾਂ ਤੱਤਾਂ ਤੋਂ, ਪੰਚੀ ਪ੍ਰਕਿਰਤੀਆਂ ਤੋਂ, ਪੰਜ ਕਰਮ ਅਤੇ ਪੰਜ ਗਿਆਨ ਇੰਦਰੀਆਂ ਤੋਂ, ਪੰਜ ਪੁਰਾਣਾਂ ਤੋਂ, ਤਿੰਨ ਸਰੀਰਾਂ ਤੋਂ, ਮਨ ਤੋਂ, ਬੁੱਧ ਤੋਂ, ਚਿੱਤੋਂ, ਅਹਾਂ ਭਾਵ ਤੋਂ ਉੱਪਰ ਜੋ ਪਰਿਪੂਰਨ ਆਤਮਾ ਇੱਕੋ ਹੀ ਪਸਰ ਰਹੀ ਹੈ ਸਾਰੇ ਸੰਸਾਰ ਦੇ ਅੰਦਰ, ਉਹ ਪਰਮੇਸ਼ੁਰ ਦੇ ਦਰਸ਼ਨ ਕਰਾ ਕੇ ਫਰੀਦ ਨੂੰ ਫਨਾਹੇ ਫਿਲਾ ਉਸ ਅਵਸਥਾ 'ਤੇ ਪਹੁੰਚਾ ਦਿੱਤਾ ਜਿੱਥੇ ਜਾ ਕੇ ਤੂੰ ਤੂੰ ਕਰਦਾ ਤੂੰ ਹੋਆ, ਮੁਝਵੇਂ ਰਾਹ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਤੇ ਖਾਤਾ। ਸੋ ਜਿਹੜਾ ਆਪਾਂ ਪਹਿਲਾਂ ਸ਼ਬਦ ਪੜ੍ਹਿਆ ਸੀ, ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਏਕੋ ਕਹੀਏ ਨਾਨਕਾ ਦੂਜਾ ਕਹੇ, ਪ੍ਰਤੱਖ ਰੂਪ ਜਾਂ ਦਿਸਿਆ ਮੈਂ ਦਾ ਖਾਤਮਾ ਹੋ ਗਿਆ। ਹੁਣ ਰਹਿ ਕੀ ਗਿਆ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ, ਵਾਹਿਗੁਰੂ ਇਹ ਹੋ ਗਿਆ, ਉਹਦੇ ਵਿੱਚ ਇਹ ਜਾ ਰਲਿਆ, ਫਨਾਹ ਹੋ ਗਿਆ। ਇਹ ਆਖਰੀ ਮੰਜ਼ਿਲ, ਸੱਤਵੀਂ ਮੰਜ਼ਿਲ ਹੋਇਆ ਕਰਦੀ ਹੈ ਰੂਹਾਨੀਅਤ ਦੀ, ਜਿੱਥੇ ਭਗਤ ਭਗਤੀ ਕਰਦਾ ਕਰਦਾ ਰੱਬ ਦਾ ਰੂਪ ਬਣ ਜਾਏਗਾ। ਸੋ ਇਸ ਤਰ੍ਹਾਂ ਮੈਂ ਜੋ ਬੇਨਤੀ ਕਰੀ ਸੀ ਕਿ ਪਿਆਰਿਓ ਆਹ ਜਨਮ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਹੋਇਆ, ਇਹਦੇ ਵਿੱਚ ਵਿੱਚ ਜੇ ਤਾਂ ਕੰਮ ਬਣ ਗਿਆ ਬਹੁਤ ਵਧੀਆ, ਫਿਰ ਪਤਾ ਨਹੀਂ ਕੱਲ ਜੋ ਗਏ ਤੂੰ ਵੀ ਵੱਧ ਤੋਂ ਵੱਧ ਤੁਰਿਆ ਆ ਰਿਹਾ, ਕਿਹੋ ਜਿਹੀ ਬਿਰਤੀ ਹੋਵੇ, ਕਿਹੋ ਜਿਹੀ ਸੁਰਤੀ ਹੋਵੇ, ਕਿਹੋ ਜਿਹਾ ਲਿਟਰੇਚਰ ਹੋਵੇ, ਕਿਹੋ ਜਿਹੇ ਬੰਦੇ ਮਿਲ, ਸੋ ਤਤਵੇ ਅਤੇ ਮਹਾਂਪੁਰਸ਼ ਦੀ ਸੰਗਤ ਕਰਕੇ ਅਸੀਂ ਆਪਣੇ ਜਨਮ ਨੂੰ ਸਫਲ ਕਰ ਸਕਦੇ ਹਾਂ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਅਤੇ ਮੈਂ ਇੱਥੇ ਹੀ ਸਮਾਪਤ ਕਰਦਾ। ਆਨੰਦ ਸਾਹਿਬ ਦਾ ਕੀਰਤਨ ਭਾਈ ਕਿਰਪਾਲ ਸਿੰਘ ਜੀ ਕਰਨਗੇ ਬਾਜਾ ਮੰਗਾਲੋ। ਸੋ ਇੱਕ ਬੇਨਤੀ ਹੈ ਕਿ ਜੋ ਪ੍ਰੋਗਰਾਮ ਚੱਲ ਰਹੇ ਨੇ ਉਹ ਇੱਥੇ ਦਾ ਰਿਵਾਜ਼ ਹੀ ਲੱਗਦਾ ਮੈਨੂੰ। ਮੈਂ ਅਮੈਰੀਕਾ ਗਿਆ ਸੀ, ਉੱਥੇ ਵੀ ਇਸੇ ਤਰ੍ਹਾਂ ਕਰਦੇ ਸੀ, ਅੱਜ ਫਲਾਣੇ ਗੁਰਦੁਆਰੇ 'ਚ, ਫਲਾਣੇ ਗੁਰਦੁਆਰੇ। ਮੈਂ ਕਿਹਾ ਮੈਂ ਇਸ ਤਰ੍ਹਾਂ ਨਹੀਂ ਆਇਆ ਕੰਮ ਕਰਨ ਵਾਸਤੇ, ਕੋਈ ਗੱਲ ਕਰਨੀ ਆ ਤੁਹਾਡੇ ਨਾਲ, ਕਿਤੇ ਟਿਕ ਕੇ ਬੈਠ ਕੇ ਕੋਈ ਸਾਂਝਾ ਥਾਂ ਛੱਡ ਲਓ ਉੱਥੇ, ਕਿਉਂਕਿ ਸੰਗਤ ਹਾਲਾਂ 'ਚ ਆ ਨਹੀਂ ਸਕਦੀ। ਉੱਥੇ ਬੜਾ ਇੱਕ ਹਾਲ ਲਿਆ ਗਿਆ, ਬਹੁਤ ਵੱਡਾ ਹਾਲ, ਉਹਦੇ ਮੰਦਰ ਦਾ ਹਾਲ ਸੀ। ਉੱਥੇ 12 ਦਿਨ ਫਿਰ ਇਕੱਠੇ ਹੋਏ, ਦੂਰ ਦਰਾਜ 200 ਮੀਲ ਤੋਂ ਸੰਗਤ ਆਉਂਦੀ ਰਹੀ, ਅੰਮ੍ਰਿਤ ਵੀ ਛਕਾਇਆ। ਇਹਦਾ ਇੱਕ ਨਮਾਇਸ਼ ਜੀ ਹੈ ਵੀ ਇਹ ਗੁਰਦੁਆਰੇ ਆ ਕੇ ਨਮਾਇਸ਼ ਦਿਖਾਤੀ, ਆਪਣੀ ਪਬਲਿਸਿਟੀ ਕਰਤੀ, ਉਹ ਤਾਂ ਕਰਦਾ, ਸਾਡਾ ਮਤਲਬ ਨਹੀਂ ਹੱਲ ਹੁੰਦਾ ਇਹਨਾਂ ਗੱਲਾਂ ਨਾਲ। ਅਸੀਂ ਕੋਈ ਪੈਸਾ ਕਮਾਉਣ ਵਾਸਤੇ ਨਹੀਂ ਇੱਥੇ ਆਏ ਵੀ ਸਰੋਪੇ ਲੈਣੇ ਆ, ਬਾਜਿਆਂ 'ਤੇ ਪੈਸੇ ਲੈਣੇ, ਅਸੀਂ ਸੱਤ ਦਾ ਬਾਤ ਕਰਨ ਵਾਸਤੇ ਆਏ ਹਾਂ ਉਹਨਾਂ ਜਗਿਆਸੂਆਂ ਨਾਲ ਜਿਨ੍ਹਾਂ ਦੇ ਅੰਦਰ ਚਾਹ ਹੈ। ਚਲੋ ਫਿਰ ਹੁਣ ਜੇ ਇਸੇ ਤਰ੍ਹਾਂ ਦਾ ਤੁਹਾਡਾ ਹੈ ਰਿਵਾਜ, ਥੋੜ੍ਹਾ ਬਹੁਤਾ ਜਿਹੜਾ ਸਮਾਂ ਹੈ ਇਹ ਕੀਤਾ ਜੇ। ਮਹਾਰਾਜ ਵੀ ਐਂ ਨਹੀਂ ਸੀ ਕਰਦੇ, ਉਹ ਵੱਖਰਾ ਹਾਲ ਲੈਂਦੇ ਸੀ, ਉੱਥੇ ਦੀਵਾਨ ਲੱਗਿਆ ਕਰਦੇ ਸੀ, ਉਹਦੇ ਵਿੱਚ ਕੁਛ ਸਮਝ ਆ ਜਾਇਆ ਕਰਦੇ। ਇਹ ਸਿਧਾਂਤ ਇੰਨੇ ਨਰੋਏ ਨੇ, ਇੰਨੇ ਵਿਸਥਾਰ ਵਾਲੇ ਨੇ ਕਿ ਜੇ ਸਮਝਾਵੋ ਨਾ ਤਾਂ ਸਮਝ 'ਚ ਨਹੀਂ ਆਉਂਦੇ। ਸੋ ਹੁਣ ਆਪ ਅਗਲਾ ਪ੍ਰੋਗਰਾਮ ਵੀ ਸੁਣੋ ਅਤੇ ਆਨੰਦ ਸਾਹਿਬ ਦਾ ਪਾਠ ਇਹ ਕਰਨਗੇ। ਮੈਂ ਇੱਥੋਂ ਹੀ ਛੁੱਟੀ ਮੰਗਦਾ, ਵਾਹਿਗੁਰੂ ਜੀ ਕਾ ਖਾਲਸਾ। ਕਈ ਪ੍ਰੇਮੀ ਮੈਨੂੰ ਇਹ ਕਹਿੰਦੇ ਨੇ ਜੀ ਤੁਸੀਂ ਸਰੋਪਾ ਨਹੀਂ ਲੈਂਦੇ, ਉਹ ਪਿੱਛੋਂ ਉਹਨਾਂ ਨੇ ਧੰਨਵਾਦ ਕਰਨਾ ਹੁੰਦਾ ਹੈ, ਉਹ ਤਾਂ ਚਾਰ ਅੱਖਰ ਸੁਣ ਲਿਆ ਕਰੋ। ਮੈਂ ਕਿਹਾ ਉਹ ਸਭ ਨੁਮਾਇਸ਼ ਹੁੰਦੀ ਹੈ, ਕੋਈ ਬਾਤ ਨਹੀਂ ਹੁੰਦੀ,
ਜਿਹਦੇ ਅੰਦਰ ਪਿਆਰ ਹੁੰਦਾ ਮੈਨੂੰ ਇੱਥੇ ਆ ਕੇ ਹੀ ਮਿਲ ਲੈਂਦਾ, ਮੈਂ ਸਭ ਜਾਣਦਾ, ਸਾਰੀ ਜ਼ਿੰਦਗੀ ਲੰਘੀ ਹੋਈ ਹੈ ਮੇਰੀ। ਇਹ ਐਵੇਂ ਰਿਵਾਜਨ ਅੱਖਰ ਹੁੰਦੇ ਨੇ ਜੀ, ਬੜਾ ਸੋਹਣਾ ਕੀਰਤਨ ਕਰਿਆ ਜੀ, ਬੜੀ ਰੌਣਕ ਲਾਈ, ਫਜ਼ੂਲ ਗੱਲਾਂ ਨੇ। ਮੈਂ ਤਾਂ ਗੁਰੂ ਸਾਹਿਬ ਦੇ ਭੇਟਾ ਕਰਨ ਆਉਣਾ ਆਪਣੀ ਅਕੀਦਤ, ਕੋਈ ਸ਼ੋਹਰਤ ਨਹੀਂ ਚਾਹੁੰਦਾ ਨਾ ਮੈਂ ਆਪਣੀ ਵਡਿਆਈ ਚਾਹੁੰਦਾ। ਸੋ ਇੱਥੇ ਹੀ ਖਿਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।